ਦਾ ਦਿਲ ਨਹੀਂ ਚਾਹੁੰਦਾ ਹੁੰਦਾ ਕਿ ਆਪਣੀ ਪਾਰਟੀ ਦੇ ਵਿੱਚ ਬਗਾਵਤ ਦਾ ਝੰਡਾ ਚੁੱਕ ਕੇ ਤੁਰਿਆ ਜਾਵੇ ਇਸ ਸਮੇਂ ਜਿਸ ਨੂੰ ਬਾਗੀ ਧੜਾ ਕਿਹਾ ਜਾ ਰਿਹਾ ਉਸ ਦਾ ਤੁਸੀਂ ਚਿਹਰਾ ਹੋ ਪਿਛਲੇ ਸਮੇਂ ਦੇ ਵਿੱਚ ਕਾਲੀ ਦਲ ਡਾਊਨ ਗਿਆ ਉਹਦੇ ਜ਼ਿੰਮੇਵਾਰ ਸਿਰਫ ਸੁਖਵੀਰ ਸਿੰਘ ਬਾਦਲ ਉਹ ਤਾਂ ਇਹ ਕਹਿੰਦੇ ਰਹੇ ਵੀ ਮੈਂ ਮਾਏ ਭਾਵੇਂ ਇਕੱਲਾ ਰਹਿ ਜਾ ਬਈ ਪ੍ਰਧਾਨਗੀ ਤਾਂ ਮੈਂ ਛੱਡ ਦਿੱਤੀ ਇਹ ਸਰਬਜੀਤ ਸਿੰਘ ਦੀ ਆਮਰਿਤਪਾਲ ਦੀ ਜਿੱਤ ਨੇ ਇਸ਼ਾਰਾ ਕੀਤਾ ਕਿ ਨਹੀਂ ਪੰਜਾਬ ਦੇ ਵਿੱਚ ਪੰਥਕ ਸਿਆਸਤ ਦੀ ਸਪੇਸ ਇਹ ਗੱਲ ਬੜੀ ਕਲੀਅਰ ਹੋ ਗਈ ਵੀ ਪੰਥ ਮਰਿਆ ਨਹੀਂ 2007 ਵਾਲਾ ਮਾਮਲਾ ਬੇਦਬੀ ਦਾ ਮਾਮਲਾ ਡੇਰਾ ਮੁਖੀ ਨੂੰ ਦਿੱਤੀ ਮਾਫੀ ਦਾ ਮਾਮਲਾ ਕੀ ਤੁਸੀਂ ਸਿੱਧੇ ਤੌਰ ਤੇ ਸੁਬੀਰ ਬਾਦਲ ਨੂੰ ਜ਼ਿੰਮੇਵਾਰ ਮੰਨਦੇ ਹੋ ਅੱਗੇ 42 ਇਲੈਕਸ਼ਨ ਪੰਜਾਬ ਦੇ ਵਿੱਚ ਆਣੀਆਂ ਵਿਧਾਨ ਸਭਾ ਸੀਟਾਂ ਦੇ ਉੱਤੇ ਕੀ ਬਾਗੀ ਤੜਾ ਆਪਣੇ ਅਲੱਗ ਤੋਂ ਉਮੀਦਵਾਰ ਉਤਾਰੇਗਾ ਪੰਜਾਬੀਆਂ ਦੇ ਲਈ ਇੱਕ ਗੱਲ ਕਹੀ ਜਾਂਦੀ ਹੈ ਕਿ ਬਾਧੀ ਪੋਣਾ ਬਗਾਵਤ ਸਾਡੇ ਖੂਨ ਦੇ ਵਿੱਚ ਹੈ ਪਰ ਇਹ ਵੀ ਸਿਆਣੇ ਕਹਿੰਦੇ ਨੇ ਕਿ ਬਗਾਵਤ ਦਾ ਝੰਡਾ ਚੁੱਕਣਾ ਵੀ ਔਖਾ ਤੇ ਚੁੱਕ ਕੇ ਅੱਗੇ ਤੁਰਨਾ ਵੀ ਔਖਾ ਨਿਊਜ਼ ਰੂਮ ਕਟੈਰਾ ਦੇ ਵਿੱਚ ਤੁਹਾਡਾ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਅੱਜ ਬਗਾਵਤ ਦੀ ਮੈਂ ਇਸ ਕਰਕੇ ਚਰਚਾ ਕੀਤੀ ਹੈ ਜਾਂ ਗੱਲ ਕੀਤੀ ਸ਼ੁਰੂਆਤ ਦੇ ਵਿੱਚ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇੱਕ ਵੱਡੀ ਤੇ ਦੇਸ਼ ਦੀ ਸਭ ਤੋਂ ਪੁਰਾਣੀਆਂ ਪਾਰਟੀਆਂ ਦੇ ਵਿੱਚੋਂ ਇੱਕ ਉਹਨਾਂ ਦੇ ਵਿੱਚ ਕਈ ਵੱਡੇ ਸਿਆਸੀ ਆਗੂਆਂ ਨੇ ਬਗਾਵਤ ਦਾ ਝੰਡਾ ਚੁੱਕਿਆ ਬਾਗੀ ਧੜਾ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਪਰ ਸਵਾਲ ਇਹ ਜ਼ਰੂਰ ਹੈ ਕਿ ਆਖਿਰ ਬਗਾਵਤ ਦੀ ਜ਼ਰੂਰਤ ਪੈ ਕਿਉਂ ਜਾਂਦੀ ਹੈ ਅੱਜ ਉਸ ਦੇ ਉੱਤੇ ਹੀ ਗੱਲਬਾਤ ਕਰਾਂਗੇ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਸਵਾਗਤ ਕਰਾਂਗੇ ਨਿਊਜ਼ਰੂਮ ਕਟੈਰਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵੱਡੇ ਚਿਹਰੇ ਜੋ ਇਸ ਸਮੇਂ ਬਾਗੀ ਢੜੇ ਦਾ ਫੇਸ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਜੀ ਦਾ ਸਭ ਤੋਂ ਪਹਿਲਾਂ ਤਾੜੀਆਂ ਦੇ ਨਾਲ ਅਸੀਂ ਸਵਾਗਤ ਕਰਦੇ ਹਾਂ ਮੈਂ ਨਿਊਜ਼ਰੂਮ ਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਜੀ ਅਸੀਂ ਸਵਾਗਤ ਕਰਾਂਗੇ ਸਰ ਬਹੁਤ-ਬਹੁਤ ਸਵਾਗਤ ਹੈ ਨਿਊਜ਼ਰੂਮ ਕਟੈਰਾ ਦੇ ਵਿੱਚ ਤਾਂ ਪ੍ਰਿੰਸ ਸਿੰਘ ਚੰਦੂਮਾਜਰਾ ਜੀ ਸਾਡੇ ਨਾਲ ਜੁੜ ਚੁੱਕੇ ਨੇ ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਨਿਊਜ਼ਰੂਮ ਕਟੈਰਾ ਦੇ ਵਿੱਚ ਇਸ ਚਰਚਾ ਦੇ ਵਿੱਚ ਸਾਨੂੰ ਸਮਾਂ ਦੇਣ ਦੇ ਲਈ ਬਹੁਤ-ਬਹੁਤ ਸ਼ੁਕਰੀਆ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਪੰਜਾਬ ਦੀ ਸਿਆਸਤ ਦਾ ਇੱਕ ਵੱਡਾ ਨਾਮ ਨੇ ਆਪਾਂ ਸਾਰੇ ਬਖੂਬੀ ਇਸ ਗੱਲ ਨੂੰ ਜਾਣਦੇ ਹਾਂ ਤੇ ਸਮਝਦੇ ਹਾਂ ਪਰ ਇਸ ਸਬ ਦੇ ਵਿੱਚ ਆਲੇ ਸਵਾਲ ਬਹੁਤ ਸਾਰੇ ਉੱਠਦੇ ਨੇ ਜਿਹੜੇ ਅੱਜ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਰ ਇਸ ਤੋਂ ਪਹਿਲਾਂ ਬਹੁਤ ਸਾਰੀਆਂ ਇੰਟਰਵਿਊਜ਼ ਹੋਈਆਂ ਚੰਦੂ ਮਾਜਰਾ ਜੀ ਦੀਆਂ ਪਰ ਉਹਨਾਂ ਦੇ ਵਿੱਚ ਗੱਲ ਅਕਾਲੀ ਦਲ ਨੂੰ ਲੈ ਕੇ ਹੁੰਦੀ ਸੀ ਗੱਲ ਅੱਜ ਵੀ ਅਕਾਲੀ ਦਲ ਨੂੰ ਲੈ ਕੇ ਹੋਏਗੀ ਪਰ ਉਹਨਾਂ ਦੇ ਕੋਲ ਕੀ ਵੱਖਰੀ ਕੋਈ ਰਣਨੀਤੀ ਕੋਈ ਸਟ੍ਰੈਟੇਜੀ ਹੈ ਆਖਿਰ ਕਿਉਂ ਉਸ ਰਾਹ ਦੇ ਉੱਤੇ ਤੁਰਨਾ ਪਿਆ ਜਿਸ ਰਾਹ ਦੇ ਉੱਤੇ ਕੋਈ ਪਾਰਟੀ ਦੇ ਅੰਦਰ ਰਹਿਦਾ ਹੋਇਆ ਤੁਰਨਾ ਨਹੀਂ ਚਾਹੁੰਦਾ ਤਾਂ ਅਸੀਂ ਗੱਲਬਾਤ ਦੀ ਸ਼ੁਰੂਆਤ ਕਰਾਂਗੇ ਮੇਰੇ ਸੀਨੀਅਰ ਸਹੀ ਹੋਗੀ ਵਿਜੇਪਾਲ ਬਰਾੜ ਵੀ ਸਾਡੇ ਨਾਲ ਹੋਣਗੇ ਚੰਦੂ ਮਾਜਰਾਈ ਬਹੁਤ ਬਹੁਤ ਸਵਾਗਤ ਹੈ న్యూਜ਼ ਇਟ ਇਨ ਪੰਜਾਬ ਦੇ ਉੱਤੇ ਅ ਅਸੀਂ న్యూਜ਼ ਰੂਮ ਦੇ ਵਿੱਚ ਮੌਜੂਦ ਹਾਂ ਸਾਡੇ ਜਿਹੜੇ ਇੱਥੇ ਯੰਗ ਸਾਥੀ ਨੇ ਸਾਰੇ ਜਿਹੜੇ ਹੈਗੇ ਨੇ ਉਹ ਵੀ ਕੋਸ਼ਿਸ਼ ਕਰਨਗੇ ਕਿ ਅੱਜ ਤੁਹਾਡੇ ਤੋਂ ਅਸੀਂ ਸਵਾਲ ਜਵਾਬ ਕਰ ਸਕੀਏ ਮੈਂ ਸ਼ੁਰੂਆਤ ਕਰਦਾ ਹਾਂ ਇਸੀ ਗੱਲ ਤੋਂ ਕਿਸੇ ਦਾ ਦਿਲ ਨਹੀਂ ਚਾਹੁੰਦਾ ਹੁੰਦਾ ਕਿ ਆਪਣੀ ਪਾਰਟੀ ਦੇ ਵਿੱਚ ਬਗਾਵਤ ਦਾ ਝੰਡਾ ਚੁੱਕ ਕੇ ਤੁਰਿਆ ਜਾ ਕਿਉਂ ਇਹ ਨੌਬਤ ਆਈ ਕਿ ਤੁਸੀਂ ਅੱਗੇ ਤੁਰੇ ਔਰ ਇਸ ਸਮੇਂ ਜਿਸ ਨੂੰ ਬਾਗੀ ਧੜਾ ਕਿਹਾ ਜਾ ਰਿਹਾ ਹੈ ਉਸ ਦਾ ਤੁਸੀਂ ਚਿਹਰਾ ਹੋ ਗੌਰਵ ਜੀ ਤੁਸੀਂ ਬਿਲਕੁਲ ਸਹੀ ਗੱਲ ਕਹੀ ਆ ਵੀ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਵੀ ਆਪਣੀ ਪਾਰਟੀ ਦੇ ਵਿੱਚੋਂ ਕੋਈ ਮਤਲਬ ਇਸ ਤਰ੍ਹਾਂ ਦਾ ਅਲੱਗ ਹੋ ਕੇ ਕੋਈ ਗੱਲ ਕਹੀ ਜਾਵੇ ਪਾਰਟੀ ਦੇ ਵਿੱਚ ਰਹਿ ਕੇ ਹੀ ਕੋਸ਼ਿਸ਼ ਕੀਤੀ ਆ ਜੀ ਪਰੰਤੂ ਜਦੋਂ ਕਹਿੰਦੇ ਨੇ ਪਾਣੀ ਸਿਰ ਤੋਂ ਲੰਘ ਜੇ ਜਦੋਂ ਇਤਹਾਅ ਹੋ ਜੇ ਜਦੋਂ ਸਾਰੀਆਂ ਹੱਦਾਂ ਬੰਨੇ ਟੱਪ ਜੇ ਗੱਲ ਫੇਰ ਕਈ ਵਾਰੀ ਮਤਲਬ ਜ਼ੋਰ ਦੇ ਕੇ ਗੱਲ ਕਰਨੀ ਪੈਂਦੀ ਆ ਤੇ ਉਹਨੂੰ ਤੁਸੀਂ ਬਗਾਵਤ ਸਮਝ ਲਓ ਉਹਨੂੰ ਤੁਸੀਂ ਪਾਰਟੀ ਤੋਂ ਅਲੱਗ ਵਾਲੀ ਗੱਲ ਸਮਝ ਲਓ ਉਹਨੂੰ ਉਹਦਾ ਕੋਈ ਵੀ ਨਾਮ ਦੇ ਦਿਓ ਔਰ ਸਾਡੀ ਜਿੱਥੇ ਤੱਕ ਗੱਲ ਆ ਸਾਡਾ ਤਾਂ ਮਤਲਬ ਮੈਕਸਿਮਮ ਕੋਸ਼ਿਸ਼ ਰਹੀ ਆ ਤੁਸੀਂ ਹੁਣ ਵੀ ਸਮਝ ਰਹੇ ਹੋ ਅੱਜ ਤੱਕ ਵੀ ਇਹੀ ਕੋਸ਼ਿਸ਼ ਆ ਕਿ ਸ਼ਰੋਮਣੀ ਅਕਾਲੀ ਦਲ ਜਿਹੜਾ ਆਕਾਸ਼ ਤੋਂ ਫਰਸ਼ੇ ਆ ਗਿਆ ਦੇ ਦੇਤਾ ਮਤਲਬ بار بار ਲੋਕਾਂ ਦਾ ਫਤਵਾ ਸ਼੍ਰੋਮਣੀ ਅਕਾਲੀ ਦਲ ਦੇ ਵਿਰੁੱਧ ਆ ਰਿਹਾ ਪਰ ਕਿੱਥੇ ਅਸੀਂ 34% ਹੁੰਦੇ ਸੀ ਫਿਰ 28% 24% 18% ਹੁਣ 12% ਰਹਿ ਗਏ ਅੱਜ ਜਲੰਧਰ ਪੱਛਮੀ ਨੇ ਤਾਂ ਜਮਾ ਹੇਠਾਂ ਨੂੰ ਤੋਰਤੇ ਮਤਲਬ ਇਹ ਹਾਲ ਜਦੋਂ ਅਕਾਲੀ ਦਲ ਦਾ ਬਿਲਕੁਲ ਨਿੱਗਰ ਰਹੀ ਹਾਲਾਤ ਬਣੇ ਉਦੋਂ ਜ਼ਰੂਰ ਅਸੀਂ ਜ਼ੋਰ ਦੇ ਕੇ ਕਿਹਾ ਔਰ ਮੈਂ ਮੈਕਸਿਮਮ ਕੋਸ਼ਿਸ਼ ਕੀਤੀ ਵੀ ਕੋਈ ਇਸ ਰਾਤ ਨਾ ਤੁਰਿਆ ਜਾਵੇ ਕਿਉਂਕਿ ਤੁਸੀਂ ਬਿਲਕੁਲ ਸਹੀ ਕਹੀ ਯਾਰ ਆ ਬੜਾ ਔਖਾ ਔਰ ਸਾਡੇ ਲਈ ਤਾਂ ਬੜਾ ਸੌਖਾ ਸੀ ਅਸੀਂ ਵੀ ਚੁੱਪ ਕਰਕੇ ਜਿਵੇਂ ਚੱਲ ਰਿਹਾ ਸੀ ਚਲਾਈ ਜਾਂਦੇ ਪਰ ਅਸੀਂ ਜਵਾਬ ਦੇ ਸੀ ਲੋਕਾਂ ਨੂੰ ਅਸੀਂ ਜਵਾਬ ਦੇ ਸੀ ਪੰਜਾਬ ਦੇ ਲੋਕਾਂ ਸਾਹਮਣੇ ਜਿਨ੍ਹਾਂ ਨੇ ਸਾਨੂੰ ਰਾਜ ਭਾਗ ਦਿੱਤੇ ਦੇਸ਼ اور ਪੰਜਾਬ ਦੇ ਵਿੱਚ ਰਾਜ ਭਾਗ ਹੰਡਾਏ ਅਸੀਂ ਉਹਨਾਂ ਲੋਕਾਂ ਨੂੰ ਜਵਾਬ ਦੇ ਸੀ ਕਿ ਆਖਰ ਉਹ ਲੋਕ ਸਾਡੇ ਵਿਰੁੱਧ ਫਤਵਾ ਦੇ ਰਹੇ ਨੇ ਬਾਰ-ਬਾਰ ਕਿ ਅਸੀਂ ਉਹਨਾਂ ਦੇ ਫਤਵਿਆਂ ਦਾ ਸਤਕਾਰ ਨਹੀਂ ਕਰਨਾ ਕਿ ਉਹਨਾਂ ਦੇ ਫਤਵਿਆਂ ਨੂੰ ਪ੍ਰਵਾਨ ਨਹੀਂ ਕਰਨਾ ਅਸੀਂ ਸਾਹ ਸੁਖਵੀਰ ਸਿੰਘ ਬਾਦਲ ਨੂੰ ਇਹੀ ਗੱਲ ਕਹੀ ਜੀ ਵੀ ਪ੍ਰਧਾਨ ਜੀ ਲੋਕ ਬਾਰ-ਬਾਰ ਫਤਵਾ ਦੇ ਰਹੇ ਨੇ ਵਿਰੁੱਧ ਔਰ ਲੋਕਾਂ ਦੀ ਨਬਜ਼ ਜਿਹੜੀ ਆ ਲੋਕਾਂ ਦੀ ਭਾਵਨਾ ਜਿਹੜੀ ਆ ਸਾਹ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਆਪ ਕਮੇਟੀ ਬਣਾਈ ਆਪਣੀ ਮਰਜ਼ੀ ਦੇ ਬੰਦੇ ਲਏ ਉਹ ਉਹਨੇ ਸਾਰੇ ਪੰਜਾਬ ਦਾ ਰਾਉਂਡ ਲਾਇਆ ਇਕੱਲੇ ਇਕੱਲੇ ਵਰਕਰ ਨਾਲ ਉਹਨੇ رابطہ ਕੀਤਾ ਤੇ ਸਾਰਿਆਂ ਦੇ ਕਲਮਬੰਦ ਜਦੋਂ ਭਾਵਨਾ ਨੂੰ ਕੀਤਾ ਗਿਆ ਤੇ ਕੁੱਲ ਨਿਰਜਾਏ ਪਹੁੰਚਿਆ ਵੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਪਰੇ ਕਿਰੇ ਬਿਨਾ ਲੀਡਰਸ਼ਿਪ ਤੋਂ ਮਤਲਬ ਉਹਨੇ ਸਪੱਸ਼ਟ ਕਿਹਾ ਵੀ ਸਾਥ ਸੁਖਵੀਰ ਸਿੰਘ ਬਾਦਲ ਸੀ ਸਿਹਰਲੀ ਲੀਡਰਸ਼ਿਪ ਉਹੀ ਆ ਵੀ ਉਹਨੂੰ ਪਰੇ ਕਿਰੇ ਬਿਨਾ ਅਕਾਲੀ ਦਲ ਮੋੜ ਸਰਜੀਤ ਨਹੀਂ ਹੋ ਸਕਦਾ ਮੋੜ ਉਹਨਾਂ ਲੀਹਾਂ ਤੇ ਨਹੀਂ ਆ ਸਕਦਾ ਤੇ ਉਹ ਰਿਪੋਰਟ ਦੇਤੀ ਤੇ ਬਾਰ-ਬਾਰ ਅਸੀਂ ਕਹਿੰਦੇ ਰਹੇ ਵੀ ਲੋਕਾਂ ਦੇ ਫਤਵੇ ਅੱਗੇ ਜਿੱਤ ਨਾ ਕਰੋ ਲੋਕਾਂ ਦੇ ਫਤਵੇ ਅੱਗੇ ਅੜੀ ਨਹੀਂ ਕਰੀ ਦੀ ਆਖਰ ਤੁਸੀਂ ਆਪਣੀ ਮਰਜ਼ੀ ਦਾ ਜਿਹਨੂੰ ਮਰਜ਼ੀ ਸੰਭਾਲ ਦੋ ਤੇ ਕੋਈ ਪ੍ਰੋਵੀਜੀਅਨ ਬਣਾ ਦੋ ਕੋਈ ਸੱਤ ਮੈਂਬਰੀ ਬਣਾ ਦੋ ਕੋਈ ਕੱਲੇ ਬੰਦੇ ਨੂੰ ਕਿਸੇ ਨੂੰ ਅਧਿਕਾਰ ਦੇ ਦੋ ਜਿਹੜਾ ਤੁਹਾਡਾ ਜੀ ਕਰਦਾ ਪਰ ਜੇ ਲੋਕ ਇਹ ਬਾਰ-ਬਾਰ ਤੁਹਾਡੇ ਵਿਰੁੱਧ ਫਤਵਾ ਦੇ ਰਹੇ ਨੇ ਤਾਂ ਤੁਹਾਨੂੰ ਇੱਕ ਵਾਰ ਪਰੇ ਹੋ ਜਾਣਾ ਚਾਹੀਦਾ ਤਾਂ ਕਿ ਅਕਾਲੀ ਦਲ ਨੂੰ ਆਪਾਂ ਬਚਾ ਲਈਏ ਸਾਡੀ ਮਨੋਂ ਇਮਾਨਦਾਰੀ ਨਾਲ ਕਹਿੰਦੇ ਆ ਕਿ ਇਹੀ ਇੱਛਾ ਹੁੰਦੋਂ ਸੀ ਇਹੀ ਇੱਛਾ ਹੋਣਾ ਤੁਸੀਂ ਮੀਡੀਆ ਦੇ ਵਿੱਚ ਇਹ ਗੱਲ ਕਹੀ ਹੈ ਵੀ ਤੁਸੀਂ ਪ੍ਰਧਾਨਗੀ ਛੱਡ ਦਿਓ ਇੱਕ ਵਾਰ ਹੀ ਨਹੀਂ ਬਹੁਤ ਵਾਰ ਮਤਲਬ ਮੀਟਿੰਗਾਂ 'ਚ ਨਹੀਂ ਕੱਲੇ ਨੂੰ ਕੱਲਿਆਂ ਨੂੰ ਮਿਲ-ਮਿਲ ਕੇ ਵੀ ਬਲਕਿ ਧਾਰਨਾ ਤਾਂ ਇੱਥੇ ਤੱਕ ਵੀ ਦੇ ਰਹੇ ਉਹ ਵੀ ਆਪੂਆਂ ਨੇ ਕਹੀਆਂ ਬਹੁਤ ਨੇ ਹੂੰ ਬਾਦਲ ਸਾਹਿਬ ਦੇ ਹੁੰਦੇ ਵੀ ਗੱਲਾਂ ਹੋਈਆਂ ਸੀ ਤੇ ਇਹਨਾਂ ਦੇ ਹੁੰਦੇ ਵੀ ਹੋਈਆਂ ਗੱਲਿਆਂ ਨਾਲ ਵੀ ਤੇ ਮਿੱਟੀਆਂ ਚ ਵੀ ਤੇ ਵੈਸੇ ਨਾ ਜੀ ਲੋਕ ਮਾਇਨੇ ਕੱਲੇ ਨੇ ਬਹੁਤ سارے ਐਗਜ਼ਾਮਪਲ ਕਾਂਗਰਸ ਦੀ ਵੀ ਦਿੰਦੇ ਰਹੇ ਵੀ ਜੇ ਖੜਗੇ ਬਣਾਤਾ ਉਹਨਾਂ ਨੇ ਖੜਗੇ ਸਾਹਿਬ ਨੂੰ ਤਾਂ ਗੱਲ ਤਾਂ ਰਾਹੁਲ ਜੀ ਦੀ ਚੱਲਦੀ ਆ ਸੋਨੀਆ ਜੀ ਦੀ ਚੱਲਦੀ ਆ ਮਤਲਬ ਦੂਜੀਆਂ ਪਾਰਟੀਆਂ ਦੀ ਅਸੀਂ ਗੱਲ ਕਰਦੇ ਰਹੇ ਦੂਜਾ ਅਕਾਲੀ ਦਲ ਚ ਪੰਥਕ ਵਿਰਾਸ ਚ ਤਿਆਗ ਜਿਹੜਾ ਨਾ ਤਿਆਗ ਦੀ ਬੜੀ ਵੱਡੀ ਮਹੱਤਤਾ ਇਹ ਵੀ ਅਸੀਂ ਗੱਲਾਂ ਕਰਦੇ ਰਹੇ ਵੀ ਤਿਆਗ ਦੀ ਬੜੀ ਮਹੱਤਤਾ ਅੱਜ ਸਮਾਂ ਆ ਗਿਆ ਜੇ ਤਿਆਗ ਦਿਖਾ ਦੋਗੇ ਤਾਂ ਇਹਦੇ ਨਾਲ ਨਾ ਇੱਕ ਚੰਗਾ ਮੈਸੇਜ ਆਊਗਾ ਅੱਜ ਲੋਕ ਜਿਹੜੀ ਆਸ ਕਰਦੇ ਆ ਨਾ ਇਹੀ ਆਸ ਕਰਦੇ ਆ ਕਿ ਇੱਕ ਨਵਾਂ ਜਿਹੜਾ ਲਿਆਣ ਕੇ ਮਲਿਕ ਨਵੀਂ ਦਿਖ ਦਿਖਾ ਕੇ ਨਹੀਂ ਜਦੋਂ ਜਦੋਂ ਤੁਸੀਂ ਇਹ ਸਾਰੀਆਂ ਗੱਲਾਂ ਕੀਤੀਆਂ ਕੋਈ ਤੇ ਜਵਾਬ ਹੋਣਾ ਹੈ ਉਹਨਾਂ ਦਾ ਬਸ ਇਹ ਮੈਂ ਕਹਿਣਾ ਨਹੀਂ ਚਾਹੁੰਦਾ ਪਰ ਲੋਕਾਂ ਨੂੰ ਪਤਾ ਹੁਣ ਸਾਹਮਣੇ ਆ ਗਈ ਗੱਲ ਉਹ ਤਾਂ ਇਹ ਕਹਿੰਦੇ ਰਹੇ ਵੀ ਮੈਂ ਭਾਵੇਂ ਇਕੱਲਾ ਰਹਿ ਜਾਂ ਵੀ ਪ੍ਰਧਾਨਗੀ ਤਾਂ ਮੈਂ ਛੱਡੀ ਨਹੀਂ ਹੋਣੇ ਇਹ ਕਲੀਅਰ ਕੱਟੇ ਕਹਤਾ ਬਿਲਕੁਲ ਇਹ ਮੈਨੂੰ ਨਹੀਂ ਕਿਹਾ ਮੀਟਿੰਗ ਚ ਕਿਹਾ ਇੱਕ ਵਾਰੀ ਨਹੀਂ ਕਈ ਵਾਰ ਕਿਹਾ ਅੱਛਾ ਭਲੀ ਗੱਲ ਹੈ ਬੇ ਹੁਣ ਸਾਡੇ ਵਰਗੇ ਬੰਦੇ ਤੇ ਸਵਾਲ ਉੱਠਦੇ ਸੀ ਵੀ ਤੁਸੀਂ ਕਿਉਂਕਿ ਮੇਰਾ ਖਿਆਲ ਆ ਵੀ ਜਾਂਤਾ ਭੁੰਦਰ ਸਾਵਾ ਪਾਰਟੀ ਚ ਅੱਜ ਹੂੰ ਤੇ ਜਾਂ ਫਰਮਾਇਆ ਹੂੰ ਬਸ ਜਿਨ੍ਹਾਂ ਨੇ ਮਿੱਸਾ ਵੀ ਲੱਗਿਆ ਹੋਏ ਜੇੜਾ ਕੱਟੀਆਂ ਹੋਣ ਸੰਘਰਸ਼ਾਂ ਵਿੱਚ ਮਤਲਬ ਐਨਐਸਏ ਲੱਗੇ ਹੋਣ ਦਾਂ ਗਾਂ ਖਾਧੀਆਂ ਹੋਣ ਹਾਂਜੀ ਮਤਲਬ ਇਹ ਜਿਹੜੀ ਗੱਲ ਆ ਵੀ ਅੱਜ ਢੀਂਟ ਸਾਹਿਬ ਪੁੰਦਰ ਸਾਹਿਬ ਤੋਂ ਬਾਅਦ ਮੇਰਾ ਖਿਆਲ ਹੈ ਮਾਇਆ ਜੀ ਤੇ ਮੈਂ ਨਾ ਤਾ ਐਨਐਸਏ ਮੇਰੇ ਖਲਪ ਕੱਲਾ ਮੈਂ ਅੱਜ ਦੀ ਅੱਜ ਦੀ ਵੀ ਤੁਹਾਨੂੰ ਪ੍ਰਦਾਨ ਨਾ ਦਿੱਤਾ ਜਾਵੇ ਬਿਲਕੁਲ ਨਹੀਂ ਮਾਤਾ ਬੜਾ ਸਪਸ਼ਟ ਕਹਿਤਾ ਸੀ ਮੈਂ ਨਾ ਪ੍ਰਧਾਨਗੀ ਦਾ ਕਾਗ ਨਾ ਮੈਂ ਪ੍ਰਧਾਨ ਬਣਨਾ ਚਾਹੁੰਦਾ ਮੈਂ ਤਾਂ ਲੋਕਾਂ ਦੀ ਜਿਹੜਾ ਲੋਕਾਂ ਦਾ ਫਤਵਾ ਉਹ ਉਹ ਲੋਕਾਂ ਦਾ ਫਤਵਾ ਇਹ ਨਹੀਂ ਵੀ ਏਬੀਸੀ ਨੂੰ ਬਣਾ ਦੋ ਲੋਕਾਂ ਦਾ ਫਤਵਾ ਵੀ ਸੁਖਵੀਰ ਜੀ ਇੱਕ ਵਾਰੀ ਪਰੇ ਹੋ ਜਾਣ ਮਤਲਬ ਜੋ ਪਰਸੈਪਸ਼ਨ ਬਣ ਗਈ ਉਹਨਾਂ ਬਾਰੇ ਮਤਲਬ ਸੋਸ਼ਲ ਮੀਡੀਆ ਚ ਲੋਕਾਂ ਚ ਉਤੋਂ ਹੀ ਨਹੀਂ ਜਾ ਸਕਦੀ ਦੇਖੋ ਤੁਹਾਨੂੰ ਵੀ ਪਤਾ ਹੀ ਆ ਜਦੋਂ ਲੋਕ ਕਿਸੇ ਦੇ ਪਿੱਛੇ ਪੈ ਜਾਣ ਤਾ ਫਿਰ ਸਿਰੇ ਲਾ ਕੇ ਹਟਦੇ ਆ ਇੱਕ ਕਨਸੈਪਟ ਬਣ ਗਈ ਆਉ ਦਿੱਤੀ ਆ ਵੀ ਹੁਣ ਲੋਕ ਇੰਨੇ ਪਿੱਛੇ ਪੈ ਗਏ ਹੁਣ ਇਹ ਸਿਰੇ ਲਾ ਕੇ ਹਟਣਗੇ ਸਿਆਣੀ ਗੱਲ ਇਹ ਹੀ ਆ ਵੀ ਲੋਕਾਂ ਦੇ ਫਤਵੇ ਅੱਗੇ ਸਿਰ ਝੁਕਾ ਦਈਏ ਤੇ ਲਾਂਬੇ ਹੋ ਜਾਈਏ ਤੇ ਆ ਬਲਕਿਸਤਾ ਵੀ ਕਹਿੰਦੇ ਰਹੇ ਵੀ ਤੁਸੀਂ ਆਪਣੀ ਮਰਜ਼ੀ ਦਾ ਕਿਸੇ ਨੂੰ ਬਣਾ ਦੋ ਤੇ ਹੁਣ ਮਤਲਬ ਜੇ ਉਹ ਅੜੀ ਕਰ ਲਈ ਅਚਿਆਗਲ ਸ਼ੁਰੂ ਜਿੱਥੋਂ ਹੋਈ ਹਲੇ ਅਸੀਂ ਤਾਂ ਕੋਈ ਬੱਖਗਾਨ ਤਾਂ ਗੱਲੇ ਨਹੀਂ ਅੱਜ ਵੀ ਨਹੀਂ ਹੈ ਅਸੀਂ ਤਾਂ ਸਾਨੂੰ ਬੁਲਾਉਣਾ ਹੀ ਬੰਦ ਕਰਤਾ ਉਹਨਾਂ ਨੇ ਸਿਲੇਕਟਡ ਬੰਦਿਆਂ ਨੂੰ ਕਿਤੇ ਦਿੱਲੀ ਬੁਲਾ ਲਿਆ ਕਿਤੇ ਚੰਡੀਗੜ੍ਹ ਬੁਲਾ ਲਿਆ ਮਨ ਸਾਨੂੰ ਬੁਲਾਉਣਾ ਹੀ ਬੰਦ ਕਰਤਾ ਫਿਰ ਅਸੀਂ ਅੰਮ੍ਰਿਤਸਰ ਆਪਣਾ ਜਲੰਧਰ ਇਕੱਠੇ ਹੋਏ ਵੀ ਆਖਰਕਾਰ ਸਾਡੀ ਡਿਊਟੀ ਆ ਲੋਕ ਸਾਨੂੰ ਦੇਖੀ ਜਾਂਦੇ ਆ ਲੋਕ ਕਹਿੰਦੇ ਵੀ ਇੰਨਾ ਕੁਝ ਹੋਇਆ ਤੁਸੀਂ ਵੀ ਨਹੀਂ ਬੋਲਦੇ ਤੁਸੀਂ ਵੀ ਨਹੀਂ ਬੋਲਦੇ ਕਿਉਂਕਿ ਲੋਕ ਤਵਕਕੂ ਕਰਦੇ ਤੁਸੀਂ ਵੀ ਜ਼ਰੂਰ ਕਰਦੇ ਹੋਵੋਗੇ ਵੀ ਸੀਨੀਅਰ ਬੰਦੇ ਕੋਈ ਸੱਚ ਤਾਂ ਬੋਲਣ ਕੋਈ ਸਾਰੇ ਹੀ ਮਤਲਬ ਹੁਣ ਭੇਡਾ ਬਣ ਕੇ ਚੱਲਣਗੇ ਤੇ ਮਤਲਬ ਉਦੋਂ ਅਸੀਂ ਸੋਚਿਆ ਵੀ ਯਾਰ ਉਹ ਘੱਟੋ ਘੱਟ ਅਸੀਂ ਗਾਲਾਂ ਵਿਖਾਈ ਜਾਂਦੇ ਆ ਤੇ ਇਹ ਸਾਡੀ ਗੱਲ ਨਹੀਂ ਮੰਨਦੇ ਦੇ ਇਹਨਾਂ ਨੇ ਪਾਰਟੀ ਪ੍ਰਧਾਨ ਨੇ ਆਪੇ ਪਾਰਟੀ ਨੂੰ ਤੋੜਨਾ ਸ਼ੁਰੂ ਕਰਤਾ ਆਪੇ ਆਪਣੇ ਘਰ ਨੂੰ ਲਾਂਬੂ ਲਾਉਣਾ ਸ਼ੁਰੂ ਕਰਤਾ ਆਪੇ ਆਪਣੇ ਸਿਲੈਕਟਡ ਬੰਦਿਆਂ ਨੂੰ ਬੁਲਾ ਕੇ ਅੱਡ ਢੜਾ ਬਣਾਉਣਾ ਸ਼ੁਰੂ ਕਰਤਾ ਫਿਰ ਅਸੀਂ ਜਲੰਧਰ ਇਕੱਠੇ ਹੋਏ ਵੀ ਆਪਾਂ ਘਟੋ ਘਟ ਆਪਣੀ ਜਿਹੜੀ ਸਾਡੀ ਡਿਊਟੀ ਆ ਅਸੀਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਖਿਮਾ ਜਾਚ ਕਰੀਏ ਵੀ ਸਾਜੀ ਜਿਹੜੀਆਂ ਪਾਕਾਲੀ ਸਰਕਾਰ ਵਿੱਚ ਗਲਤੀਆਂ ਕਿਤਾਈਆਂ ਲਾਪਰਵਾਹੀਆਂ ਹੋਈਆਂ ਜਿਹਦੇ ਕਰਕੇ ਲੋਕ ਤੰਗ ਨੇ ਲੋਕ ਗੁੱਸੇ ਨੇ ਲੋਕ ਸਾਡੇ ਉਲਟ ਫਤਵਾ ਦੇ ਰਹੇ ਨੇ ਔਰ ਐਡੀ ਬਡੀ ਪਾਰਟੀ ਨੂੰ ਜ਼ੀਰੋ ਬਣਾ ਕੇ ਰੱਖਤਾ ਘਟੋ ਘਟ ਅਸੀਂ ਤਾਂ ਉਹਦੇ ਚੋਂ ਨਿਕਲੀਏ ਤਾ ਜਾ ਕੇ ਅਸੀਂ ਉੱਥੇ ਜਾ ਕੇ ਲਿਖਤੀ ਤੌਰ ਤੇ ਆਪਣਾ ਫੀਮਾ ਜਾਚ ਕਰੀ ਉੱਥੇ ਲਿਖਤੀ ਤੌਰ ਤੇ ਅਪੀਲ ਕਰਕੇ ਮੈਂ ਤੁਹਾਡੀ ਮਾਫੀ ਵਾਲੀ ਪਾਸੇ ਹਾਂ ਉਹਨੂੰ ਕਹਿਣ ਲੱਗੇ ਵੀ ਇਹ ਤਾਂ ਬੀਜੇਪੀ ਦੇ ਏਜੰਟਾਂ ਜੀ ਇਹ ਤਾਂ ਬੀਜੇਪੀ ਨੇ ਹੁਣ ਦੱਸੋ ਸ੍ਰੀ ਹਕਾਲਤਾ ਸਿੰਘ ਸਾਹਿਬ ਤੇ ਬੀਜੇਪੀ ਨੇ ਜੱਟ ਜਾਣਗੇ ਬੀਜੇਪੀ ਭੇਜੇਗੀ ਤੁਸੀਂ ਤੁਸੀਂ ਹੁਣ ਵੀ ਜਿਹੜੀ ਗੱਲ ਕਰ ਰਹੇ ਹੋ ਕੀ ਤੁਹਾਡੀ ਗੱਲ ਦੇ ਮਾਇਨੇ ਇਹ ਹੈ ਕਿ ਜੇ ਅਕਾਲੀ ਦਲ ਚ ਪਿਛਲੇ ਸਮੇਂ ਦੇ ਵਿੱਚ ਨਿਗਾਰ ਆਇਆ ਜਾਂ ਅਕਾਲੀ ਦਲ ਡਾਊਨ ਗਿਆ ਉਹਦੇ ਜ਼ਿੰਮੇਵਾਰ ਸਿਰਫ ਇੱਕੋ ਹੀ ਬੰਦਾ ਹੈ ਸਿਰਫ ਸੁਖਵੀਰ ਸਿੰਘ ਬਾਦਲ ਨਹੀਂ ਮੈਂ ਨਹੀਂ ਕਹਿੰਦਾ ਵੀ ਕੱਲਾ ਸੁਖਵੀਰ ਸਿੰਘ ਬਾਦਲ ਹ ਪਰ ਸੁਖਵੀਰ ਸਿੰਘ ਬਾਦਲ ਲੀਡ ਕਰ ਰਹੇ ਆ ਸੁਖਵੀਰ ਜਿਹੜਾ ਲੀਡ ਕਰੂਗਾ ਨਾ ਜੇ ਜਦੋਂ ਜਿੱਤ ਹੁੰਦੀ ਸੀ ਉਦੋਂ ਕਹਿੰਦੇ ਸੀ ਇਹਦਾ ਸੁਖਵੀਰ ਸਿੰਘ ਬਾਦਲ ਦੀ ਮੈਨੇਜਮੈਂਟ ਬੜੀ ਚੰਗੀ ਹੈ ਜੀ ਸੁਖਵੀਰ ਸਿੰਘ ਬਾਦਲ ਤੇ ਆਏ ਕਰਤਾ ਵਾਹ ਕਰਤਾ ਉਦੋਂ ਹਾਰ ਵੀ ਤਾਂ ਉਹੀ ਪਾਉਂਦੇ ਸੀ ਉਦੋਂ ਨਾਰੇ ਬੱਲੇ ਬੱਲੇ ਵੀ ਜਿੰਦਾਬਾਦ ਵੀ ਉਹੀ ਕਹਉਂਦੇ ਸੀ ਤੇ ਜੇ ਹੁਣ ਹਾਰ ਆਈ ਹੈ ਨਘਾਰ ਆਈ ਹੈ ਫਿਰ ਉਹਦੀ ਜ਼ਿੰਮੇਵਾਰੀ ਤਾਂ ਉਹਨਾਂ ਨੂੰ ਹੋਏਗੀ ਅਸੀਂ ਅਸੀਂ ਚੰਦੂਆ ਜਿਆਦਾ ਸਾਹਿਬ ਜੀ ਦੇਖੋ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਥੋੜੋ ਹਟ ਰਹੇ ਹਾਂ ਅਸੀਂ ਤਾਂ ਲਿਖਤੀ ਤੌਰ ਤੇ ਦੇ ਆਏ ਵੀ ਸਾਡੇ ਨੂੰ ਅਸੀਂ ਇਸ ਨਘਾਰ ਵੱਲ ਜਾ ਰਹੀ ਇਸ ਗਲਤੀਆਂ ਵੱਲ ਜਾ ਰਹੀ ਇਸ ਕਟਾਈਆਂ ਤੇ ਲਾਪਰਵਾਹੀਆਂ ਵੱਲ ਜਾ ਰਹੀ ਪਾਰਟੀ ਨੂੰ ਰੋਕਣ ਦੇ ਵਿੱਚ ਅਸੀਂ ਸਮਰਥ ਰਹੇ ਹਾਂ ਕਿਤੇ ਨਾ ਕਿਤੇ ਸਾਡੇ ਭਾਵੇਂ ਅਸੀਂ ਰੋਕਣ ਦਾ ਯਤਨ ਕੀਤਾ ਪਰ ਅਸੀਂ ਸਫਲ ਨਾ ਹੋ ਸਕੇ ਇਸ ਕਰਕੇ ਸਾਡੀ ਵੀ ਗਲਤੀ ਆ ਅਸੀਂ ਆ ਪਬਲੀਕਲੀ ਮੇਰਾ ਸਵਾਲ ਇਹ ਤੁਸੀਂ ਆਪ ਖੁਦ ਕਿਹਾ ਕਿ ਜਿਹੜੀ ਲੋਕਾਂ ਦੀ ਭਾਵਨਾ ਨਿਕਲ ਕੇ ਸਾਹਮਣੇ ਆਈ ਉਹਦੇ ਵਿੱਚ ਸੀਗਾ ਕਿ ਜਿਹੜੀ ਟਾਪ ਦੀ ਲੀਡਰਸ਼ਿਪ ਹੈ ਉਸ ਨੂੰ ਚੇਂਜ ਕੀਤਾ ਜਾਵੇ ਹਾਂ ਦੂਜੀ ਗੱਲ ਤੁਸੀਂ ਕੀਤੀ ਕਿ ਦੇਖੋ ਸੁਬੀਰ ਸਿੰਘ ਬਾਦਲ ਤੋਂ ਬਾਅਦ ਭੁੰਦੜ ਜੀ ਢਿੰਡਸਾ ਸਾਹਿਬ ਤੇ ਤੁਸੀਂ ਕਿ ਜਦੋਂ ਇਹ ਭਾਵਨਾ ਲੋਕਾਂ ਦੀ ਆਈ ਤੁਸੀਂ ਅਹੁਦੇ ਕਿਉਂ ਨਹੀਂ ਛੱਡ ਦਿੱਤੇ ਤੁਸੀਂ ਕਿਉਂ ਨਹੀਂ ਕਹਿ ਦਿੱਤਾ ਲੋਕ ਸਭਾ ਦੀ ਇਲੈਕਸ਼ਨ ਮੈਂ ਨਹੀਂ ਲੜਾਂਗਾ ਦੇਖੋ ਗੱਲ ਇਹ ਆ ਇਹ ਜਿਹੜੇ ਅਸੀਂ ਲੀਡਰਸ਼ਿਪ ਸੀ ਤੁਸੀਂ ਛੱਡ ਦਿੰਦੇ ਅਸੀਂ ਤਾਂ ਹੁਣ ਜਦੋਂ ਪਾਣੀ ਸਿਰ ਤੋਂ ਲੰਘ ਗਿਆ বারবার ਫਤਬਤ ਆਇਆ ਜ਼ੀਰੋ ਤੱਕ ਚਲੇ ਗਏ ਹੁਣ ਵੀ ਤੁਸੀਂ ਕਹਿ ਰਹੇ ਹੋ ਵੀ ਤੁਸੀਂ ਕਿਉਂ ਕੀਤੀ ਔਖੀ ਗੱਲ ਇਹ ਇੰਨਾ ਸੌਖਾ ਨਹੀਂ ਹੁੰਦਾ ਪਾਰਟੀ ਵਿੱਚ ਰਹਿ ਕੇ ਸਾਡਾ ਹਰ ਜਦ ਵੀ ਤੁਹਾਡੀ ਜਿਹੜੀ ਪਾਰਟੀ ਦੇ ਲੀਡਰ ਇਸ ਸਵਾਲ ਚੁੱਕ ਰਹੇ ਨੇ ਕਹਿੰਦੇ ਕਿ ਜਦੋਂ ਸੱਤਾ ਹੰਢਾਈ ਸਭ ਕੁਝ ਠੀਕ ਸੀ ਉਹ ਕਰਦੇ 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 ਅੱਜ ਸੀ 2024 ਦੇ ਇਲੈਕਸ਼ਨ ਤੋਂ ਬਾਅਦ ਤੁਹਾਨੂੰ ਯਾਦ ਆਇਆ ਕਿ ਹਰ ਠੀਕ ਹੈ ਲੀਡਰਸ਼ਿਪ ਠੀਕ ਨਹੀਂ ਜਿਹੜੇ ਸਵਾਲ ਚੁੱਕ ਰਹੇ ਨੇ ਉਹਨਾਂ ਨੇ ਤਾਂ ਕਿ ਚੀਤੀ ਉਂਗਲ ਨੂੰ ਖੋਰ ਵੀ ਲਾਇਆ ਅਸੀਂ ਮਾਰਾਂ ਖਾਧੀਆਂ ਅਸੀਂ ਸਿਰ ਪੜਾਏ ਅਸੀਂ ਬਾਹਾਂ ਤੜਾਈਆਂ ਅਸੀਂ ਜੇੜਾਂ ਕਟੀਆਂ ਮੈਂ ਇਕੱਲਾ ਬੰਦਾ ਤੌੜਾ-ਥਾਉ ਤੇ ਬਾੜਾ-ਥਾਉ ਤੋਂ ਬਹੁਤ ਜਿਹਦੇ ਦੋ ਵਾਰੀ ਐਨਐਸਏ ਲੱਗੀ ਆ ਮੇਰੇ ਤੇ ਲੱਗੀ ਆ ਅੱਜ ਦੇ ਅੱਜ ਦੀ ਲੀਡਰਸ਼ਿਪ ਦੇ ਵਿੱਚ ਦੋ ਵਾਰ ਇੱਕ ਵਾਰੀ ਐਨਐਸਏ ਲੱਗੀ ਉਹ ਰਿਹਾ ਕਰਤਾ ਮੈਨੂੰ 15 ਦਿਨਾਂ ਬਾਅਦ ਦੁਬਾਰਾ ਐਨਐਸਏ ਮੇਰੇ ਤੇ ਲਾਈ ਤੇ ਫਿਰ 21 ਮਹੀਨੇ ਸਭ ਤੋਂ ਛੋਟੀ ਉਮਰ ਸਭ ਤੋਂ ਵੱਧ ਦੇ ਪੰਜਾਬ ਦੇ ਵਿੱਚ ਜੇ ਕਿਸ ਨੇ ਕੱਟੀਆ ਤਾਂ ਮੈਂ ਕੱਟੀ ਆ 21 ਮਹੀਨੇ ਮੈਂ ਚੁਗਰੀਆਂ ਕਰਕੇ ਮਰ ਝੋਲੀ ਚੁੱਕੇ ਨਹੀਂ ਲੀਡਰ ਬਣਿਆ ਜੇ ਮੈਂ ਮਤਲਬ ਇਸ ਤਰ੍ਹਾਂ ਦੀ ਗੱਲ ਕਰਦਾ ਮਤਲਬ ਇਹੀ ਹੁੰਦਾ ਮੈਂ ਤਾਂ ਕੁਝ ਵੀ ਕਰ ਸਕਦਾ ਸੀ ਕਿਹਾ ਵੀ ਅਸੀਂ ਹੁਣ ਚਮਚਾਗिरी ਕਰਨ ਵਾਲੇ ਨਹੀਂ ਆ ਝੋਲੀ ਚੁੱਕ ਨਹੀਂ ਹੈਗੇ ਮੈਨੂੰ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਇਸ ਵੇਲੇ ਜੇ ਸੁਖਵੀਰ ਬਾਦਲ ਦੇ ਨਾਲ ਬੰਦੇ ਨੇ ਤਾਂ ਉਹ ਚਮਚਾਗिरी ਵਾਲੇ ਤੁਸੀਂ ਮੈਂ ਇਹ ਇਹ ਮੈਂ ਜ਼ਰੂਰ ਕਹਿਣਾ ਵੀ ਜਿਹੜੀ ਗੱਲ ਆ ਵੀ ਜਿਹੜੀ ਮੈਨੂੰ ਕਹਿੰਦੇ ਆ ਨਾ ਵੀ ਤੁਹਾਨੂੰ ਐਮਪੀ ਬਣੇ ਤੁਸੀਂ ਮੈਂ ਬਣੇ ਮੈਂ ਮਤਲਬ ਸੰਘਰਸ਼ ਲੜ ਕੇ ਮਾਰਾਂ ਖਾ ਕੇ ਤਸ਼ੱਦਦ ਹੈ ਕਿ ਬਣਿਆ ਮੈਂ ਮੁਖਤ ਨਹੀਂ ਬਣਿਆ ਮੇਰਾ ਮਤਲਬ ਕਹਿਣ ਤੋਂ ਇਹ ਆ ਤੇ ਦੂਜੀ ਗੱਲ ਇਹ ਆ ਵੀ ਅੱਜ ਦੇ ਯੁੱਗ ਦੇ ਵਿੱਚ ਜਿਹੜੀ ਜੋ ਸਿਚੁਏਸ਼ਨ ਪਾਰਟੀ ਜੀ ਬਣ ਗਈ ਉਹ ਬਣ ਇਸ ਤਰ੍ਹਾਂ ਦੀ ਗਈ ਨਾ ਵੀ ਤੁਸੀਂ ਦੇਖ ਲਓ ਕਿੰਨੇ ਕਿ ਬੰਦਿਆਂ ਨੇ ਕਿੰਨੇ ਕਿ ਸੰਘਰਸ਼ ਆ ਗਏ ਕਿੰਨੇ ਕਿ ਮੋਰਚੇ ਜਗੇ ਮੇਰਾ ਮਤਲਬ ਕਹਿਣ ਤੋਂ ਇਹ ਆ ਤੁਸੀਂ ਜਿਹੜੀਆਂ ਪਿਛਲੇ ਦਿਨੀ ਤੁਸੀਂ ਕਿਹਾ ਕਿ ਅਸੀਂ ਬਹੁਤ ਵਾਰੀ ਜ਼ਿਕਰ ਕੀਤਾ ਸਭ ਇਹ ਬਾਤਾਂ ਕਰੀਤੋ ਨਾ ਤੁਹਾਨੂੰ ਜੀ ਵੀ ਮੈਂ ਕਦੇ ਮੰਗ ਕੇ ਟਿਕਟ ਨਹੀਂ ਲਿਆ ਪਾਰਟੀ 'ਚ ਮੈਂ ਪੂਰੀ ਇਮਾਨਦਾਰੀ ਨਾਲ ਕਹਿਣਾ ਹਮੇਸ਼ਾ ਪਾਰਟੀ ਨੇ ਮੈਨੂੰ ਇਹੀ ਜੀ ਥਾਂ ਤੇ ਲੜਾਇਆ ਵੀ ਜਿੱਥੇ ਚੋਣਾ ਹਾਰ ਜਿੱਥੇ ਸੀਟ ਹਾਰੀ ਹੁੰਦੀ ਸੀ 77 ਜਨਤਾ ਲਹਿਰ ਸੀ ਨਾ ਸਾਡੀ ਡਕਾਲੇ ਦੀ ਸੀਟ ਉਦੋਂ ਵੀ ਕਾਂਗਰਸ ਜਿੱਤ ਗਈ ਜਨਤਾ ਲਹਿਰ ਚ ਮੈਨੂੰ ਉਥੋਂ ਲੜਾਇਆ ਮੈਂ ਉਹ ਸੀਟ ਜਿੱਤ ਕੇ ਦਿੱਤੀ 85 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ ਕੋਈ ਬੰਦਾ ਖੜਨੋਂ ਤਿਆਰ ਨਹੀਂ ਸੀ ਮੈਨੂੰ ਖੜਾ ਕੀਤਾ ਤੇ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਹਰਾਇਆ ਆ ਇੱਥੇ ਲਿਆਣ ਕੇ ਆਨੰਦਪੁਰ ਸਾਹਿਬ ਅੰਬਿਕਾ ਸੋਨੀ ਦੇ ਮੁਕਾਬਲੇ ਮੈਨੂੰ ਖੜਾਇਆ ਮੇਰੀ ਤਾਂ ਸੀਟ ਪਟਿਆਲੇ ਸੀ ਤੇ ਨੰਦਪੁਰ ਸਾਹਿਬ ਖੜਾਇਆ ਤੇ ਅੰਬਿਕਾ ਸੋਨੀ ਨੂੰ ਮੈਂ ਹਰਾਇਆ ਤੇ ਰਜਿੰਦਰ ਕੌਰ ਵੀ ਤੁਸੀਂ ਅੜ ਕੇ ਲਈਆ ਉਹ ਐਵੇਂ ਕਿਹ ਜਾਂ ਤੇ ਮਰਜੀ ਕਿਹ ਜਾਂ ਰਜਿੰਦਰ ਕੌਰ ਭੱਟਲ ਦੇ ਮੁਕਾਬਲੇ ਲਹਿਰੇ ਮੇਰਾ ਕੀ ਸੀ ਮੈਨੂੰ ਮੈਂ ਤਾਂ ਡਕਾਲੇ ਮੰਗਦਾ ਸੀ ਮੈਂ ਜਾਂ ਕਹਿੰ ਸੀ ਮੈਂ ਘਨੌਰ ਦੇ ਦੋ ਮੈਨੂੰ ਪਰ ਬਾਦਲ ਸਾਹਿਬ ਕਹਿੰਦੇ ਜੀ ਚਾਹੇ ਜੋ ਮਰਜ਼ੀ ਲੈ ਲਿਓ ਜੀ ਜਿੱਤੋ ਹਾਰੋ ਤੁਸੀਂ ਲੜਨਾ ਹਰ ਹਾਲਤ ਭੱਟਲ ਦੇ ਮੁਕਾਬਲੇ ਮੈਂ ਲੜਿਆ ਉੱਥੇ ਸਿਰਫ 240 ਵੋਟਾਂ ਦੇ ਮੈਂ ਰਹਿ ਗਿਆ ਸੀ ਮਤਲਬ 20 ਦਿਨਾਂ ਚ ਮੈਂ ਚੋਣ ਲੜੀ ਮਰ ਮੇਰਾ ਮਤਲਬ ਮੇਰੇ ਬੇਟੇ ਨੂੰ ਹੁਣ ਜੋ ਮਰਜ਼ੀ ਕਹੀ ਜਾਣ ਅਸੀਂ ਮਹਾਲੀ ਤੋਂ ਤਿਆਰੀ ਮਹਾਲੀ ਤੋਂ ਲੱਗਦਾ ਮੇਰੀ ਗੱਲ ਤੋਂ ਜੇ ਹੁਣ ਜਿਵੇਂ ਕਹਿੰਦੇ ਆ ਕੋਈ ਫੰਡਰ ਖਾਂ ਕਿਸੇ ਨੂੰ ਕਿਸੇ ਦੇ ਘਰੇ ਬੰਦ ਵੇ ਜੋ ਪੱਠੇ ਪੁੱਠੇ ਪਾ ਕੇ ਦੁੱਧ ਚੋਲੇ ਤਾਂ ਕੀ ਮਾੜੀ ਗੱਲ ਆ ਹੁਣ ਅਸੀਂ ਸਾਨੂੰ ਕਹਿੰਦੇ ਸੀ ਵੀ ਮਹਾਲੀ ਦੀ ਤਿਆਰੀ ਸੀ ਸਾਡੀ ਮੈਂ ਮਹਾਲੀ ਰਹੇ ਨਾ ਮੈਂ ਐਮਪੀ ਸੀ ਇੱਥੋਂ ਦਾ ਅਸੀਂ ਮਹਾਲੀ ਦੇ ਵਿੱਚ ਹੁਣ ਲੜ ਦੀ ਤਿਆਰੀ ਕਰੀ ਵੀ 4 ਮਹੀਨੇ ਲਾਏ ਮੇਰੇ ਬੇਟੇ ਨੇ ਸਾਰੇ ਕਹਿੰਦੇ ਸੀ ਵੀ ਜਿੱਤੀ ਪਈ ਆ ਜਿੱਤ ਜਾਣਾ ਪਰ ਆਖਰੀ ਮੌਕੇ ਤੇ ਬਾਲ ਸਾਹਿਬ ਕਹਿਣ ਲੱਗੇ ਵੀ ਕਾਕਾ ਇਹ ਸਨੌਰ ਕੋਈ ਖੜਨ ਵਾਲਾ ਨਹੀਂ ਜੀ ਸਨੌਰ ਤਾਂ ਤੁਸੀਂ ਉਹ ਜਿੱਤ ਸਕਦੇ ਹੋਰ ਕੋਈ ਜਿੱਤੇ ਨਹੀਂ ਸਕਦਾ ਬੇਟੇ ਨੂੰ ਉੱਥੇ ਖੜਾਓ ਤੇ ਫੇਰ ਸਾਨੂੰ ਆ ਲਾਸਟ ਮੂਮੈਂਟ ਤੇ ਜਾ ਕੇ ਸਨੌਰ ਭੇਜਤਾ ਤੇ ਉਹ ਸਨੌਰ ਵੀ ਹਾਰੀ ਹੋਈ ਸੀਟ ਪਹਿਲਾਂ ਹਾਰੇ ਹੋਏ ਸੀ ਤੇ ਅਸੀਂ ਹਾਰੀ ਹੋਏ ਜੇ ਨੂੰ ਫੇਰ ਜਿੱਤ ਕੇ ਦੇਤਾ ਪਰ ਤੁਹਾਡੀਆਂ ਗੱਲਾਂ ਤੋਂ ਲੱਗ ਰਹੀ ਜਿਵੇਂ ਤੁਹਾਡੇ ਨਾਲ ਤੱਕਾ ਹੀ ਹੁੰਦਾ ਆ ਕਿ ਜਿਹੜੀ ਸੀਟ ਤੁਸੀਂ ਚਾਹੁੰਦੇ ਸੀ ਉਹ ਨਹੀਂ ਮਿਲਦੀ ਸੀ ਕਿਸੇ ਹੋਰ ਥਾਂ ਤੇ ਖੜਾ ਕਰ ਦਿੰਦੇ ਸੀ ਦੇਖੋ ਚਾਹੇ ਤੱਕਾ ਕਹਿ ਲੋ ਇਹਨੂੰ ਚਾਹੇ ਮੈਨੂੰ ਇਸ ਸਮਰਥ ਸਮਝ ਲਓ ਚਾਹੇ ਪਾਰਟੀ ਦਾ ਮੇਰੇ ਤੇ ਵਿਸ਼ਵਾਸ ਸਮਝ ਲਓ ਇਹਨੂੰ ਜੋ ਮਰਜ਼ੀ ਕਹਿ ਲੋ ਮੈਂ ਕਦੇ ਇਤਰਾਜ਼ ਨਹੀਂ ਕੀਤਾ ਕਿਉਂਕਿ ਪਾਰਟੀ ਵਾਸਤੇ ਸਾਰਾ ਕਰਨਾ ਪੈਂਦਾ ਇਹ ਨਹੀਂ ਮੈਂ ਕਹਿੰਦਾ ਵੀ ਨਹੀਂ ਪਾਰਟੀ ਦਾ ਗਰਾਫ ਹੈ ਤਾਂ ਲੱਗਿਆ ਹੁਣ ਤੁਸੀਂ ਇਤਰਾਜ਼ ਕਰ ਰਹੇ ਨਹੀਂ ਪਾਰਟੀ ਦੇ ਗਰਾਫ ਵਿੱਚ ਚੋਣਾਂ ਤੋਂ ਪਹਿਲਾਂ ਥੋੜੋ ਕੀਤਾ ਜੇ ਇਹਦੀ ਗੱਲ ਹੁੰਦੀ ਤਾਂ ਅਸੀਂ ਚੋਣਾਂ ਤੋਂ ਪਹਿਲਾਂ ਵੀ ਕਰ ਸਕਦੇ ਸੀ ਪਰ ਹੁਣ ਤਾਂ ਜਦੋਂ ਜਦੋਂ ਯਾਰ ਪੰਜਾਬ ਹੀ ਕਹਿਣ ਲੱਗ ਗਿਆ ਬੱਚਾ ਬੱਚਾ ਹੀ ਕਹਿਣ ਲੱਗ ਗਿਆ ਜਦੋਂ ਸਾਹ ਸੁਖਵੀਰ ਸਿੰਘ ਬਾਦਲ ਵੱਲੋਂ ਬਣਾਈ ਕਮੇਟੀ ਜਿਨ੍ਹਾਂ ਜਿਹੜੇ ਉਹਨਾਂ ਨੇ ਆਪ ਮੈਂਬਰ ਬਣਾਏ ਆਪਣੇ ਹੱਥ ਨਾਲ ਉਹਨਾਂ ਨੇ ਲਿਖਤੀ ਤੌਰ ਤੇ ਬਾਰਤ ਕਰਤੀ ਵੀ ਪ੍ਰਧਾਨ ਜੀ ਨੂੰ ਲੰਬੇ ਹੋ ਜਾਣਾ ਚਾਹੀਦਾ ਤੇ ਫਿਰ ਅਸੀਂ ਨਹੀਂ ਬੋਲਦੇ ਫਿਰ ਤੁਸੀਂ ਲੋਕਾਂ ਨੇ ਕਹਿਣਾ ਸੀ ਤੁਸੀਂ ਝੁੰਡਾ ਕਮੇਟੀ ਦੱਸਗੇ ਫਿਰ ਪੰਜਾਬ ਨੇ ਕਹਿਣਾ ਸੀ ਤੁਸੀਂ ਝੁੰਡਾ ਕਮੇਟੀ ਦਾ ਜ਼ਿਕਰ ਕਰ ਰਹੇ ਹੋ ਕਿ ਉਸ ਦੇ ਜ਼ਰੀਏ ਇਹ ਗੱਲ ਸਾਹਮਣੇ ਆਈ ਕਿ ਪ੍ਰਧਾਨ ਨੂੰ ਹਟਾ ਦੇਣਾ ਚਾ ਜਾਂ ਗੱਲ ਤਾਂ ਪਹਿਲਾਂ ਵੀ ਆਈ ਸੀ ਪਰ ਉਹ ਗੱਲ ਜਿਹੜੀ ਝੁੰਡਾ ਕਮੇਟੀ ਨਾਲ ਹੀ ਆਈ ਉਹ ਤਾਂ ਬਿਲਕੁਲ ਜਗ ਜਹਰ ਹੋ ਗਈ ਝੁੰਡਾ ਜੀ ਤਾਂ ਅੱਜ ਸੁਖਵੀਰ ਬਾਦਲ ਦੇ ਨਾਲ ਖੜੇ ਨੇ ਨਹੀਂ ਝੁੰਡਾ ਹੁਣ ਭਾ ਜਿੱਥੇ ਮਰਜ਼ੀ ਖੜੇ ਹੋਣ ਪਰ ਉਹ ਜਿੱਥੇ ਜਿਹੜੀ ਸਵਾਰਥ ਕਰਦੇ ਉਹਨੂੰ ਤਾਂ ਹੀ ਟਾੜ ਸਕਦੇ ਉਹ ਉੱਤੇ ਤਾਂ ਨਹੀਂ ਪਰੇ ਹੋ ਸਕਦੇ ਲਿਖਤੀ ਹੈ ਨਾ ਅੱਛਾ ਤੁਹਾਨੂੰ ਇਲੈਕਸ਼ਨ ਦੇ ਵਿੱਚ ਇਸ ਤਰ੍ਹਾਂ ਦੀ ਪ੍ਰਦਰਸ਼ਨ ਦੀ ਮਿਲਦੀ ਜੋ ਮਰਜ਼ੀ ਕਰੇ ਬਾਅਦ ਨੇ ਵੀ ਤਾਂ ਪਰ ਉਹਦੇ ਤੇ ਤਾਂ ਦਸਗਤ ਹੈ ਨਾ ਅੱਛਾ ਤੁਸੀਂ ਜਦੋਂ ਤੁਸੀਂ ਜਦੋਂ ਸੁਖਵੀਰ ਬਾਦਲ ਹੋਰਾਂ ਨੂੰ ਕਿਹਾ ਆ ਕੇ ਤੁਹਾਨੂੰ ਪਿੱਛੇ ਹਟ ਜਾਣਾ ਚਾਹੀਦਾ ਹੈ ਕਿ ਤੁਸੀਂ ਇਹ ਕਿਹਾ ਕਿ ਸਾਰੀ ਜਿਹੜੀ ਮੇਨ ਲੀਡਰਸ਼ਿਪ ਹੈ ਜੀ ਉਹ ਪਾਸੇ ਹੋ ਕੇ ਨਵੀਂ ਲੀਡਰਸ਼ਿਪ ਨੂੰ ਰੱਖ ਦਈਏ ਬਹੁਤ ਵਾਰੀ ਕਿਹਾ ਅਜਿਹੇ ਝੁੰਡਾ ਕਮੇਟੀ ਬਣਾਈਓ ਤਾਂ ਸੀ ਤੁਸੀਂ ਦੇਖਿਆ ਹੋਣਾ ਝੁੰਡਾ ਕਮੇਟੀ ਸਾਰੇ ਨਵੇਂ ਮੁੰਡੇ ਪਾਇਏ ਸੀ ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਸੀ ਉਸ ਟਾਈਮ ਵੀ ਤਰੀਕੇ ਨਾਲ ਮਤਲਬ ਇਹ ਸੁਖਵੀਰ ਜੀ ਨੂੰ ਇਹ ਗੱਲ ਦੀ ਸਮਝ ਆ ਜਾਏ ਵੀ ਅੱਜ ਸਮਾਂ ਆ ਗਿਆ ਵੀ ਨਵੀਂ ਜਨਰੇਸ਼ਨ ਨੂੰ ਆਪਾਂ ਇੱਕ ਮਲਗ ਵਾਈ ਰਹੀਏ ਸੋ ਆ ਹੁਣ ਵੀ ਤੁਸੀਂ ਦੇਖਿਆ ਹੋਣਾ ਮੇਰੀ ਤਾਂ ਸੋਚ ਇਹ ਹੀ ਆ ਹੁਣ ਵੀ ਅਸੀਂ ਬਡਾਲਾ ਸਾਹਿਬ ਨੂੰ ਇਸੇ ਲਈ ਕਨਵੀਨਰ ਲਿਆਂਦਾ ਅਸੀਂ ਕਹਿੰਦੇ ਆ ਵੀ ਨਵੀਂ ਸੋਚ ਜਿਹੜੀ ਆ ਨਵੀਂ ਜਨਰੇਸ਼ਨ ਜਿਹੜੀ ਆ ਉਹਨੂੰ ਅਗਵਾਈ ਕਰਨ ਦਾ ਮੌਕਾ ਦਈਏ ਅਸੀਂ ਪਿੱਛੇ ਰਹਿ ਕੇ ਗਾਈਡ ਕਰ ਸਕਦੇ ਆ ਮਦਦ ਕਰ ਸਕਦੇ ਆ ਕਿਉਂਕਿ ਲੋਕ ਅੱਜ ਇਹ ਚਾਹੁੰਦੇ ਨੇ ਜੇ ਅਸੀਂ ਲੋਕਾਂ ਦੀ ਭਾਵਨਾ ਦੀ ਕਦਰ ਨਾ ਕਰੀ ਤਾਂ ਫਿਰ ਅਸੀਂ ਅੱਗੇ ਨਹੀਂ ਵਧ ਸਕਦੇ ਉਹ ਕਹਿੰਦੇ ਪਿੱਛੇ ਤੋਂ ਤਾਂ ਗਾਈਡ ਤੁਹਾਨੂੰ ਬੀਜੇਪੀ ਕਰ ਰਹੀ ਇਹ ਤਾਂ ਉਹ ਜਿਹੜੇ ਗੱਲ ਸੁਣੋ ਨਹੀਂ ਦੇਖੋ ਬੀਜਪੀ ਦੇ ਲੱਗੇ ਪ੍ਰਧਾਨਗੀ ਦੇ ਚੋਣ ਦੇ ਵਿੱਚ ਹੋਈ 3 ਸਾ 3 ਸਾ ਪਰਿਵਾਰ ਬਹੁਤ ਨੇੜੇ ਰਹਾ ਬੀਜਪੀ ਦੇ ਆਪਾ ਜਾਣਦੇ ਆ ਹੋਏ ਕਿਤੇ ਨੇੜੇ ਰਹਾ ਮੈਨੂੰ ਪਤਾ ਤੁਹਾਡੇ ਬਾਰੇ ਵੀ ਇਹ ਚਰਚਾ ਹੋ ਰਹੀਆਂ ਕਿ ਦਿੱਲੀ ਚ ਬੀਜਪੀ ਦੇ ਕੋਈ ਨੇੜੇ ਵੱਡੇ ਆਧੂਰੇ ਨੇ ਤਾਂ ਉਹ ਚੰਦੂ ਮਾਹਰਾ ਸਾਹਿਬ ਨੇ ਮੇਰੀ ਗੱਲ ਸੁਣੋ ਤੂੰ ਫਾਇਦੇ ਕਿਨੇ ਲਏ ਆ ਨੇੜੇ ਰਹਿਣਾ ਦਾ ਬਖਰੀ ਗੱਲ ਫਾਇਦੇ ਕਿਨੇ ਲਏ ਆ ਮੈਂ ਤਾਂ ਚਸ਼ਮਦੀ ਗਵਾ 1996 ਦੇ ਵਿੱਚ ਟੌੜਾ ਸਾਹਿਬ ਨਹੀਂ ਸੀ ਚਾਹੁੰਦੇ ਬੀਐਸਪੀ ਨਾਲ ਸੀ ਚੋਣ ਲੜੀ ਇੱਕਠੇ ਹੋ ਗਏ ਕਾਂਸ਼ੀਰਾਮ ਜੀ ਮੈਂ ਸਾਰੇ ਅਸੀਂ ਦੋਏ ਇਕੱਠੇ ਸੀਟ ਤੇ ਬੈੰਦੇ ਸੀ ਸਭ ਤੋਂ ਵੱਧ ਜੇ ਕਿਸੇ ਨੂੰ ਦਰਦ ਜਾਂ ਦੁੱਖ ਹੋਇਆ ਸੀ ਕਾਂਸ਼ੀਰਾਮ ਨੂੰ ਹੋਇਆ ਸੀ ਵੀ ਜਦੋਂ ਅਸੀਂ ਭਾਜਪਾ ਨਾਲ ਸਮਝੌਤਾ ਕਰ ਲਿਆ ਤੇ ਦੇਖੋ ਬਰਨਾਲਾ ਕਾਮਰੇਡ ਸਰਜੀਤ ਨੇ ਸਨੇਹਾ ਭੇਜਤਾ ਰਵਿੰਦਰ ਸਿੰਘ ਹੋਰ ਨਾਲ ਤੇ ਕੈਪਟਨ ਅਮਰਿੰਦਰ ਸਿੰਘ ਰਾਹੀ ਪੰਜਾਬ ਭਵਨ ਦੇ ਵਿੱਚ ਵੀ ਕਾਮਰੇਡ ਸਰਜੀਤ ਕਹਿੰਦੇ ਆ ਵੀ ਮਾਨ ਦੇਨੀ ਜੋਤੀਵਾਸੂ ਅਸੀਂ ਕਹੇ ਸਾਡਾ ਨਹੀਂ ਬਣੂਗਾ ਪ੍ਰਧਾਨ ਮੰਤਰੀ ਵੀ ਤੁਸੀਂ ਬਰਨਾਲਾ ਸਾਹਿਬ ਨੂੰ ਆਪਾ ਬਣਾ ਲੀਏ ਬਾਦਲ ਜਦੋਂ ਪਤਾ ਲੱਗਿਆ ਰਾਤੋਂ ਰਾਤ ਮਾ ਲੋ ਇਹਨਾਂ ਨੇ ਮਾ ਲੋ ਮਦਦਲਾ ਕਰਵਾਣਾ ਜੀ ਨੂੰ ਲੈ ਕੇ ਜਾਨੀ ਬੀਜੇਪੀ ਦੇ ਹੱਕ 'ਚ ਮਨਾ ਲਿਆ ਉਦੋਂ ਟੋੜਾ ਸਾਹਿਬ ਮੈਨੂੰ ਪਤਾ ਉਹਨਾਂ ਨੂੰ ਇਹ ਸੀ ਵੀ ਜੇ ਅਸੀਂ ਇਸ ਗੱਲ ਤੇ ਅੜੇ ਰਹੇ ਤਾਂ ਪਾਰਟੀ ਡਿਵੀਜ਼ਨ ਹੋ ਜਾਊਗੀ ਚਾਰ ਚਾਰ ਐਮਪੀ ਬਣੇ ਰਹਿ ਗਏ ਸੀ ਚਾਰ ਹੱਕ ਸੀਗੇ ਜਨਤਾ ਪਾਰਟੀ ਜਿਹੜੀ ਥਰਡ ਫਰੰਟ ਸੀ ਉਹਦੇ ਨਾਲ ਤੇ ਚਾਰ ਸੀ ਬਾਦਲ ਸਾਹਿਬ ਵੀ ਬੀਜੇਪੀ ਦੇ ਹੱਕ 'ਚ ਤੇ ਟੌੜਾ ਤੋਂ ਕਹਿਣ ਲੱਗੇ ਰਾਤ ਨੂੰ ਵੀ ਆਪਾਂ ਨਾ ਵੀ ਜੇ ਕਿਤੇ ਆ ਪਾੜ ਗਏ ਤਾਂ ਪਾਰਟੀ ਡਿਵੀਜ਼ਨ ਹੋ ਜੂਗੀ ਅਸੈਂਬਲੀ ਦੀ ਚੋਣ ਸੀ ਨੇੜੇ ਵੀ ਪੰਜਾਬ 'ਚ ਸਰਕਾਰ ਨਹੀਂ ਬਣ ਸਕੂਗੀ ਤੇ ਕਈ ਗੱਲਾਂ ਕਰਕੇ ਨਾ ਫਿਰ ਉਦੋਂ ਸਾਨੂੰ ਮਤਲਬ ਇਹ ਫੈਸਲਾ ਕਰਨਾ ਪਿਆ ਅਦਰ ਮੇਰਾ ਪਤਾ ਨਜ਼ਾਰੇ ਤੇ ਇਹਨਾਂ ਨੇ ਲਏ ਫਿਰ ਤੁਸੀਂ ਨਹੀਂ ਲਏ ਦੇਖੋ ਨਹੀਂ ਸੱਤਾਂ ਤੁਸੀਂ ਵੀ ਰਹੇ ਨਾ ਉਸ ਟਾਈਮ ਤਾਂ ਮੈਂ ਸੀ ਸੀਨੀਅਰ ਸੁਖਵੀਰ ਜੀ ਨੇ ਨੂੰ ਬੜਾਤਾ ਬਾਦਲ ਸਾਹਿਬ ਨੇ ਮੰਤਰੀ ਦੇ ਉਹ ਤੋਂ ਬਾਅਦ ਸਾਰੇ ਸੀਨੀਅਰ ਬੰਦੇ ਛੱਡ ਕੇ ਬੀਬਾ ਜੀ ਨੂੰ ਬਣਾਤਾ ਮਤਲਬ ਮੇਰਾ ਮਤਲਬ ਹੈ ਬੀਬੀ ਨੇ ਕਿਉਂ ਨਹੀਂ ਬਣਾਇਆ ਜਦੋਂ ਕਿਸਾਨ ਨਾ ਮੈਨੂੰ ਕੋਈ ਨਹੀਂ ਹਾਇਤ ਜੇ ਹੁੰਦਾ ਮੈਂ ਉਦੋਂ ਹੀ ਵਿਰੋਧ ਕਰ ਦਿੰਦਾ ਹਾਂ ਸੀ ਵੀ ਉਹ ਪਾਰਟੀ ਲੀਡਰ ਦਾ ਜੋ ਫੈਸਲਾ ਕਰਦਾ ਕਰ ਹੀ ਜਾਣਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸੀਨੀਅਰ ਬੰਦੇ ਛੱਡ ਕੇ ਉਹਨਾਂ ਨੂੰ ਬਣਾਇਆ ਮਤਲਬ ਤੇ ਦੇਖੋ ਪੀੜਤਾ ਸੀਗੀ ਉਸ ਚੀਜ਼ ਨੂੰ ਤਾਂ ਦੱਬ ਕੇ ਲੈ ਗਏ ਪਰ ਕਈ ਵਾਰੀ ਪੀਣਾ ਪੈਂਦਾ ਦਰਦ ਠੀਕ करिए ਮੇਰਾ ਤਾਂ ਬਾਜਪਾਈ ਸਾਹਿਬ ਦੇ ਟਾਈਮ ਫੈਸਲਾ ਕਰ ਲਿਆ ਸੀ ਵੀ ਇਹਨੂੰ ਮੰਤਰੀ ਬਣਾਉਣਾ ਬਾਜਪਾਈ ਸਾਹਿਬ ਨੇ ਕਹਿਤਾ ਸੀ ਪਰ ਬਾਦਲ ਸਾਹਿਬ ਜਾ ਕੇ ਕਹਿੰਦੇ ਜੀ ਉਦਮ ਸਿੰਘ ਦਾ ਨਗਰ ਦਾ ਮਾਮਲਾ ਵੀ ਅਜੇ 1 ਹਫਤਾ ਨਾ ਇਹਨਾਂ ਨੂੰ ਬਣਾਇਓ ਉਹ ਤਾਂ ਵੱਖਰੀ ਗੱਲ ਹੈ ਜੈ ਲਲਤਾ ਨੇ ਸਪੋਰਟ ਬਾਸ ਲੈ ਲਈ ਨਹੀਂ ਤਾਂ ਬਾਜਪਾਈ ਸਾਹਿਬ ਅੜ ਗਏ ਵੀ ਮੈਂ ਤਾਂ ਚੰਦੂ ਮਾਹਰਾਂ ਨੂੰ ਬਣਾਉਣਾ ਹੀ ਬਣਾਉਣਾ ਮਤਲਬ ਕਈ ਵਾਰੀ ਮੇਰੇ ਨਾਲ ਤਾਂ ਇਸ ਤਰ੍ਹਾਂ ਹੋਈ ਪਰ ਮੈਂ ਇਸ ਚੀਜ਼ ਨੂੰ ਇਸ ਪੀੜਾ ਨੂੰ ਇਸ ਨਿਆਂ ਨੂੰ ਮਤਲਬ ਸਾਰਾ ਕਥਾ ਜਿਹੜਾ ਹੈਗਾ ਅੰਦਰ ਲੈ ਕੇ ਅੰਦਰ ਲੈ ਕੇ ਅਪੀਲ ਕਰਦਾ ਰਿਹਾ ਹੁਣ ਕੱਟ ਕੇ ਗਿਸੀ ਆਖਰੀ ਕ ਸਮਾ ਹੁੰਦਾ ਇੱਕ ਜਿਵੇਂ ਕਹਿੰਦੇ ਆ ਜਾਂ ਪੰਜਾਬੀ ਦੀ ਕਹਾਵਤ ਹੈ ਨਾ ਵੀ ਇੰਤਹਾ ਹੁੰਦੀ ਹੈ ਕਿਸੇ ਗੱਲ ਦੀ ਤੇ ਜਦੋਂ ਐ ਸਿਰੇ ਤੇ ਲਾ ਗਿਆ ਹੁਣ ਵੀ ਮੈਂ ਤਾਂ ਹੁਣ ਵੀ ਕੋਈ ਅਲੱਗ ਹੋਣ ਵਾਲੀ ਗੱਲ ਨਹੀਂ ਸੀ ਇਹਦੇ ਅਲੱਗ ਹੋਣ ਵਾਲੀ ਕੀ ਗੱਲ ਸੀ ਜਾਂ ਵੱਖ ਹੋਣ ਵਾਲੀ ਕੀ ਗੱਲ ਸੀ ਪੇ ਸਾਨੂੰ ਜਦੋਂ ਬੁਲਾਇਆ ਹੀ ਨਹੀਂ ਗਿਆ ਜਦੋਂ ਆਪੇ ਤੁਹਾਡੇ ਦੀਆਂ ਮੀਟਿੰਗਾਂ ਆਪੇ ਗਰੁੱਪ ਦੀਆਂ ਮੀਟਿੰਗਾਂ ਲੱਗ ਗਈ ਪ੍ਰਧਾਨ ਜੀ ਅੱਡ ਅੱਡ ਲੱਗ ਗਏ ਆਪ ਹੀ ਪਾਰਟੀ ਨੂੰ ਖਣਾਉਣ ਲੱਗੇ ਵੰਡਣ ਲੱਗੇ ਉਦੋਂ ਅਸੀਂ ਸੋਚਿਆ ਘੱਟੋ ਘੱਟ ਅਸੀਂ ਆਪਣੇ ਇਹ ਜਿਹੜੇ ਸਾਡੇ ਤੇ ਬੋਝ ਆ ਅਸੀਂ ਉਹ ਜ਼ਿੰਮੇਵਾਰੀ ਤੇ ਤਾਂ ਸੁਰਖਰੂ ਹੋਈਏ ਜਦੋਂ ਤੁਹਾਨੂੰ ਬੁਲਾਇਆ ਨਹੀਂ ਉਹ ਤੁਸੀਂ ਸੁਨੇਹਾ ਲਾਇਆ ਕੋਈ ਤਨਯਾ ਤਾਂ ਉਹਨਾਂ ਨੇ ਲਾਉਣਾ ਸੀ ਥੋੜਾ ਲਾਉਣਾ ਸੀ ਤੁਸੀਂ ਤੁਸੀਂ ਪ੍ਰਧਾਨ ਦੇ ਸਾਹਮਣੇ ਗੱਲ ਰੱਖਿਓ ਵੀ ਤੁਹਾਡੇ ਤਾਂ ਡਾਇਰੈਕਟਲੀ ਫੋਨ ਤੇ ਗੱਲ ਬਾਰਤ ਨਹੀਂ ਹੋਣੀ ਅਸੀਂ ਤਾਂ ਸਿਰਫ ਸਿਰਫ ਅਕਾਲ ਤਖਤ ਸਾਹਿਬ ਤੇ ਗਏ ਜਦੋਂ ਅਕਾਲ ਤਖਤ ਸਾਹਿਬ ਤੇ ਗਏ ਉਹਨਾਂ ਨੇ ਤੁਹਾਡੇ ਸਾਹਮਣੇ ਆ ਵੀ ਇਹ ਭਾਜੀਪੀ ਦੇ ਜੈਂਟਰ ਜੀ ਅਭੀ ਜਬ ਹੁਣ ਕਿਸਾਨੀ ਸੁਘਰ ਦੇ ਵਿੱਚ ਫੈਸਲਾ ਹੋਇਆ ਪਾਰਟੀ ਦੇ ਵਿੱਚ ਵੀ ਆਪਾਂ ਨੇ ਜਦੋਂ ਕੈਬਨਰ ਦੇ ਵਿੱਚ ਇਹ ਏਜੰਡਾ ਆਊਗਾ ਦੂਜੇ ਦਿਨ ਬਿਲ ਪੇਸ਼ ਕਰਨ ਲਈ ਹਾਊਸ ਤਾਂ ਹਰ ਸਿਮਰਤ ਹੁਣਾਂ ਨੇ ਉੱਠ ਕੇ ਆ ਜਾਣਾ ਇਹ ਫੈਸਲਾ ਸੀ ਤੇ ਜੇ ਪ੍ਰੈਸ ਕਹੇ ਵੀ ਤਾਂ ਕਹਿ ਦੇਣਾ ਵੀ ਮੈਂ ਮੇਰੀ ਪਾਰਟੀ ਦਾ ਫੈਸਲਾ ਵੀ ਉੱਠ ਕੇ ਆ ਜਿਓ ਤੇ ਉਹ ਬੈਠੇ ਵੀ ਰਹੇ ਬਾਹਰਾਨ ਕੇ ਉਹਨਾਂ ਉਹਨਾਂ ਕਾਨੂੰਨਾਂ ਦੇ ਹੱਕ 'ਚ ਬੋਲੇ ਪ੍ਰੈਸ ਨੂੰ ਦੇ ਕੇ ਬਲਕਿ ਆਪ ਹੀ ਨਹੀਂ ਬੋਲੇ ਬਾਦਲ ਸਾਹਿਬ ਤੋਂ ਵੀ ਹੱਕ 'ਚ ਬਿਆਨ ਦਵਾਤਾ ਇਸ ਤੋਂ ਪਹਿਲਾਂ ਮੈਂ ਹੋਰ ਹਾਸੇ ਦੀ ਗੱਲ ਦੱਸਦਾ ਮੈਂ ਸੁਖਵੀਰ ਜੀ ਤੇ ਆਪਣੇ ਭੁੰਦਰ ਸਾਹਿਬ ਅਸੀਂ ਗਏ ਅਜੇ ਚਟਾਲੇ ਉਰਾਂ ਕੋ ਦੁਸ਼ਾਨ ਤੁਰਾਂ ਕੋ ਵੀ ਮਰ ਤੁਸੀਂ ਵੀ ਨਾਲ ਲੱਗੀ ਆਪਾਂ ਇਹਨਾਂ ਤੇ ਜ਼ੋਰ ਪਾਈਏ ਵੀ ਇਹ ਬਿੱਲ ਨਾ ਲੱਗੇ ਹੁਣ ਅਸੀਂ ਅਜੇ ਗਏ ਉਹਨਾਂ ਕੋਲ ਬੈਠੇ ਸੀ ਟੀਵੀ ਲੱਗਿਆ ਹੋਇਆ ਸੀ ਉਹ ਕਹਿੰਦੇ ਕਿ ਵਸੇ ਦੱਸੇ ਵੀ ਅਸੀਂ ਇਸ ਕਰਕੇ ਆਏ ਹਾਂ ਉਹ ਜਦ ਇਹ ਬਿਆਨ ਬਾਦਲ ਸਾਹਿਬ ਦਾ ਆ ਰਿਹਾ ਸੀ ਟੀਵੀ ਤੇ ਬਈ ਬੀਲਾਂ ਦੇ ਹੱਕ ਚ ਉਹ ਕਹਿੰਦੇ ਵੀ ਬਾਦਲ ਸਾਹਿਬ ਤਾਂ ਬੀਲਾਂ ਦੇ ਹੱਕ ਚ ਬੋਲੀ ਜਾਂਦੇ ਸਾਨੂੰ ਤੁਸੀਂ ਕਹਿੰਦੇ ਹੋ ਆਪਾਂ ਬਰੋਧ ਕਰੀਏ ਸੋ ਮੇਰਾ ਮਤਲਬ ਇਹ ਆ ਵੀ ਕਿਨੇ ਦਵਾਇਆ ਸੀ ਬਿਆ ਯਾਰ ਇਹ ਤਾਂ ਤੁਹਾਨੂੰ ਇਹ ਪਤਾ ਵੀ ਕਿਨੇ ਦਵਾਇਆ ਸੀ ਆਪਾਂ ਥੋੜਾ ਬਸ ਪਾਰਟੀ ਚ ਰਹੇ ਹੋ ਤੁਹਾਨੂੰ ਜਿਆਦਾ ਪਤਾ ਨਹੀਂ ਕਿ ਤੁਸੀਂ ਕਹਿ ਰਹੇ ਹੋ ਕਿ ਅਸੀਂ ਲੀਡਰਸ਼ਿਪ ਹੱਕ ਚ ਨਹੀਂ ਸੀ ਤੁਸੀਂ ਦੱਸੋ ਵੀ ਮੇਰੇ ਮੈਂ ਜਿਹੜੀ ਗੱਲ ਤੁਸੀਂ ਛੇੜੀ ਸੀ ਬਈ ਬੀਜੇਪੀ ਦੇ ਸੁਖ ਆਨੰਦ ਤਾਂ ਇਹ ਭੋਗਦੇ ਰਹੇ ਤੇ ਸਾਨੂੰ ਕਹੀ ਜਾਨਦੇ ਆ ਠੀਕ ਆ ਰਿਲੇਸ਼ਨ ਤਾਂ ਹੁਣ ਮੈਂ ਮੈਂਬਰ ਪਾਰਲੀਮੈਂਟ ਸੀ ਕੁਦਰਤੀ ਤੌਰ ਤੇ ਮੇਰੇ ਰਿਲੇਸ਼ਨ ਬਾਜਪਾਈ ਸਾਹਿਬ ਨਾਲ ਸੀ ਮੇਰੇ ਰਿਲੇਸ਼ਨ ਚੰਦਰਸ਼ੇਖਰ ਜੀ ਨਾਲ ਵੀ ਸੀ ਵੀ ਪੀ ਸਿੰਘ ਵੀ ਮੇਰੇ ਘਰੇ ਆਉਂਦਾ ਰਿਹਾ ਉਹਨੂੰ ਪਤਾ ਹੀ ਆ ਦੋ ਵਾਰ ਵੀ ਪੀ ਸਿੰਘ ਜੀ ਮੇਰੇ ਘਰੇ ਆਏ ਚੰਦਰਸ਼ੇਖਰ ਜੀ ਮੇਰੇ ਘਰੇ ਤਿੰਨ ਚਾਰ ਵਾਰ ਆਏ ਹੁਣੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਵੀ ਬਾਅਦ ਚ ਵੀ ਇਹਦਾ ਰਿਲੇਸ਼ਨ ਦੀ ਗੱਲ ਆ ਜੇ ਰਿਲੇਸ਼ਨ ਹਰ ਮਿਸ਼ਾ ਜੀ ਨਾਲ ਹੈਗੇ ਰਿਲੇਸ਼ਨ ਨਹੀਂ ਮੈਨੂੰ ਵੈਸੇ ਜਾਣਦੇ ਆ ਰਿਲੇਸ਼ਨ ਕੋਈ ਪੋਲੀਟੀਕਲ ਰਿਲੇਸ਼ਨ ਸਾਡੇ ਥੋੜੋ ਆ ਤੇ ਜਾਂ ਕੋਈ ਨਹੀਂ ਗੇੜ ਤਾਂ ਹੁੰਦੀ ਹੈ ਨਾ ਤੇ ਗੱਲਬਾਤ ਕੋਈ ਮੈਂ ਹੁਣ ਵੀ ਮੇਰੀ ਜਿਹੜੀ رائے ਸੀ ਨਾ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਇਮਾਨਦਾਰੀ ਨਾਲ ਮੇਰੀ ਆਪਣੀ ਇੱਕ ਵਿਚਾਰਧਾਰਾ ਦੇ ਤੌਰ ਤੇ ਹੁਣ ਵੀ ਮੈਂ ਤਾਂ ਤੀਜੇ ਫਰੰਟ ਦੇ ਹੱਕ ਵਿੱਚ ਸੀ ਹਾਂ ਮੈਂ ਇਹ ਜ਼ਰੂਰ ਪਾਰਟੀ ਨੂੰ ਕਹਿੰਦਾ ਸੀ ਵੀ ਇੱਕ ਲਾਈਨ ਤਾਂ ਲਈਏ ਇੱਕ ਆਪਣਾ ਰਸਤਾ ਤਾਂ ਬਣਾਈਏ ਵੀ ਅਸੀਂ ਕਿਹੜੇ ਰਸਤੇ ਤੇ ਚੱਲਾਂ ਤੇ ਇਸ ਲਈ ਮੈਂ ਕੰਮ ਵੀ ਕੀਤਾ ਮੈਂ ਮੰਮਤਾ ਬੈਨਰਜੀ ਕੋਲ ਵੀ ਗਿਆ ਮੈਂ ਉਹਦੇ ਠਾਕਰੇ ਕੋਲ ਵੀ ਮਹਾਰਾਸ਼ਟਰ ਗਿਆ ਤੇ ਮੈਂ 비ਜੂ ਪਟਨਾਕ ਦੇ ਨੇਤਾਵਾਂ ਕੋਲ ਗਿਆ ਮੈਂ ਆਪਣੇ ਸਾਰਿਆਂ ਕੋਲ ਮੈਨੂੰ ਪਾਰਟੀ ਨੇ ਭੇਜਿਆ ਤੇ ਅਸੀਂ ਜਾ ਕੇ ਗੱਲ ਕੀਤੀ ਉਹ ਤਿਆਰ ਸੀ ਬਲਕੇ ਬਾਦਲ ਸਾਹਿਬ ਢਿੱਲੇ ਹੋ ਗਏ ਨਹੀਂ ਉਹ ਕਹਿੰਦੇ ਸੀ ਵੀ ਅਸੀਂ ਤੀਜੇ ਫਰੰਟ ਲਈ ਉਹ ਤਿਆਰ ਸੀਗੇ ਮੈਂ ਗਰਾਊਂਡਵਰਕ ਕੀਤਾ ਹੁਣ ਵੀ ਮੈਂ ਸਭ ਤੋਂ ਵੱਧ ਜੋਰ ਹੀ ਦੇ ਰਿਹਾ ਸੀ ਵੀ ਭੀਐਸਪੀ ਨਾਲ ਆਪਣਾ ਆਪ ਅਸੈਂਬਲੀ ਲੜੀਆ ਇਕੱਠੇ ਆਪਾਂ ਲੜੀਏ ਨਾਲ ਕਾਮਰੇਡਾਂ ਨਾਲ ਗੱਲ ਕਰ ਲਈਏ ਇੱਕ ਤੀਜਾ ਬਦਲ ਬਣਾ ਲਈਏ ਮਤਲਬ ਕਿਸੇ ਨੂੰ ਦੱਸੀਆ ਸੀ ਵੀ ਅਸੀਂ ਕਰਨਾ ਕੀ ਆ ਅੱਛਾ ਤੁਸੀਂ ਭਾਜਪਾ ਨਾਲ ਗੱਠ ਛੋੜਦੇ ਹੱਕ 'ਚ ਸੀਗੇ ਕਿਉਂਕਿ ਇਹ ਕਿਹਾ ਗਿਆ ਕਿ ਬਹੁਤ ਸਾਰੇ ਸੀਨੀਅਰ ਆਗੂ ਮੈਂ ਚਾਹੁੰਦੇ ਸੀ ਕਿ ਗੱਲ ਚੁੜ ਕੋਈ ਦੇਖੋ ਗੱਲ ਦੇਖੋ ਜਿੱਥੇ ਤੱਕ ਦਾ ਨਿੱਜੀ ਗੱਲ ਆ ਜੀ ਉੱਥੇ ਤਾਂ ਮੇਰੀ ਸੋਚ ਸੀ ਜਿਹੜੀ ਮੈਂ ਦੱਸਦਾ ਵੀ VSP ਨਾਲ ਗੱਲ ਕਰਕੇ ਜਿਹੜੀਆਂ ਲੈਫਟ ਵਿਚਾਰਧਾਰਾ ਵਾਲੀਆਂ ਕਾਮਰੇਡਾਂ ਦੋ ਪਾਰਟੀਆਂ ਨੇ ਸਾਰਾ ਕਰਕੇ ਇੱਕ ਪੰਜਾਬ ਦਾ ਸਾਂਝਾ ਫਰੰਟ ਬਣਾ ਲੀਏ ਜੋ ਮੇਰੀ ਆਪਣੀ ਸੋਚ ਸੀ ਤੇ ਅਦਰਵਾਈਜ਼ ਮੈਂ ਕਿਹਾ ਵੀ ਜੇ ਹੁਣ ਸੁਖਵੀਰ ਜੀ ਉਹਨਾਂ ਦੀ ਸੀ ਵੀ ਭਾਜੀ ਰੂਲਿੰਗ ਦਾ ਜੇ ਇਹਦੇ ਨਾਲ ਆਪਾਂ ਹੋ ਜੂਗੇ ਤਾਂ ਮਤਲਬ ਆਪਾਂ ਪਾਰਟੀ ਨੂੰ ਜਾਂ ਪੰਜਾਬ ਨੂੰ ਮਤਲਬ ਵੱਧ ਪ੍ਰੋਟੈਕਟ ਕਰ ਸਕਦੇ ਹਾਂ ਉਹਦੇ ਲਈ ਮੇਰੀ رائے ਥੇ ਵੀ ਆਪਾਂ ਨੂੰ ਫਿਰ ਕੰਡੀਸ਼ਨਲ ਕਰਨਾ ਪੈਣਾ। ਕੁਝ ਗੱਲਾਂ ਕਿਸਾਨੀ ਸੰਘਰਦੀਆਂ, ਕੁਝ ਪੰਥਕ ਮਸਲੇ, ਕੁਝ ਪੰਜਾਬ ਦੇ ਮਸਲੇ 3-4 ਰੱਖ ਕੇ ਜੇ ਉਹਦੇ ਤੇ ਉਹ ਐਗਰੀ ਕਰਨਗੇ ਫਿਰ ਆਪਾਂ ਨੂੰ ਕਰ ਲੈਣਾ ਚਾਹੀਦਾ। ਇਹ ਇਕੱਲੀ ਮੇਰੀ ਨਹੀਂ ਸੀ رائے। ਆ ਜਿਹੜੇ ਹੁਣ ਨਾਲ ਤੁਰੇ ਫਿਰਦੇ ਆ ਇਹਨਾਂ ਵਿੱਚ ਬਹੁਤਿਆਂ ਦੀ رائے ਇਹ ਜੀ। ਅੱਛਾ ਇਸ ਗੱਲ 'ਚ ਸੱਚਾਈ ਹੈ ਕਿ ਅਕਾਲੀ ਦਲ ਦੇ ਅੰਦਰ ਇਹ ਕਿਹ ਵੀ ਸੋਚ ਸੀ ਕਿ ਜੇ ਭਾਜਪਾ ਨੂੰ 5 ਸੀਟਾਂ ਛੱਡਤੀਆਂ ਉਹ ਪੰਜੇ ਜਿੱਤ ਗਏ। ਤੇ ਉਹ ਕੱਲ ਨੂੰ ਸਟਰੋਂਗ ਹੋ ਜਾਣਗੇ ਤੇ ਇਸ ਕਰਕੇ ਆਪਾਂ ਨੂੰ ਵਿਧਾਨ ਸਭਾ 'ਚ ਇਹਦਾ ਨੁਕਸਾਨ ਹੋ ਸਕਦਾ ਨਹੀਂ ਅੱਗੇ ਵਧਣਾ ਚਾਹੀਦਾ ਨਹੀਂ ਇਸ ਤਰ੍ਹਾਂ ਦੀ ਗੱਲ ਤਾਂ ਦੇਖੋ ਵੱਡੀ ਗੱਲ ਤੈ ਸੀ ਵੀ ਅਸੀਂ ਇਹਨਾਂ ਨੂੰ ਗੱਲ ਤਾਂ ਪਾਰਟੀ 'ਚ ਤੈ ਹੋਇਆ ਸੀ ਵੀ ਇਹ ਗੱਲਾਂ ਤੈ ਕਰਕੇ ਮਤਲਬ ਵੀ ਕਿਸਾਨਾਂ ਦੀ ਆ ਬੰਦੀ ਸੀਖਾਂ ਦੀ ਰਿਹਾਈ ਦੀ ਤੇ ਪੰਜਾਬ ਦੇ ਮਸਲੇ ਕਿੱਦਾਂ ਜਿਵੇਂ ਬਾਗਾ ਬਾਰਡਰ ਹਸਨਿਵਾਬ ਬਾਰਡਰ ਵਪਾਰ ਲਈ ਖੋਲਣ ਦੀ ਉਸ ਗੱਲਾਂ ਕਰਕੇ ਫੇਰ ਹੀ ਗੱਲ ਕਰੀ ਜਾਵੇ ਤੇ ਉੱਥੇ ਜਾ ਕੇ ਸੁਵੀਰ ਜੀ ਆਪ ਹੀ ਗਏ ਸਨ ਤਾਂ ਲੈ ਕੇ ਨਹੀਂ ਗਏ ਤੇ ਆਪ ਹੀ ਫਿਰ ਦੱਸਿਆ ਬਾਅਦ ਚ ਪਹਿਲਾਂ ਦੱਸਿਆ ਨਹੀਂ ਤੇ ਉੱਥੇ ਗੱਲ ਸੀਟਾਂ ਦੀ ਕਰਨ ਲੱਗੇ ਤੇ ਰੌਲਾ ਸੀਟਾਂ ਦਾ ਪੈ ਗਿਆ ਉਹ ਕਹਿੰਦੇ 6 ਦੇਣੀਆਂ ਇਹ ਕਹਿੰਦੇ 4 ਦੇਣੀਆਂ ਪਤਾ ਨਹੀਂ ਅੱਛਾ ਜੇ ਸੀਟਾਂ ਦੀ ਗੱਲ ਹੋ ਜਾਂਦੀ ਤਾਂ ਮਤਲਬ ਫਿਰ ਵੀ ਜੀ ਵੀ ਠੀਕ ਸੀ ਹਮ ਬਰਬਾਤ ਮਤਲਬ ਫੈਸਲਾ ਤਾਂ ਇਹ ਹੋਇਆ ਸੀ ਵੀ ਆਹ ਗੱਲਾਂ ਜਿਹੜੀਆਂ ਮਨਾ ਕੇ ਫੇਰ ਗੱਲ ਸੀਟਾਂ ਦੀ ਕਰੀ ਜਾਵੇ ਉੱਥੇ ਗੱਲ ਪਹਿਲਾਂ ਸੀਟਾਂ ਦੀ ਸ਼ੁਰੂ ਕਰ ਲਈ ਉਹ ਤਾਂ ਹੀ ਟੁੱਟ ਗਈ ਨਹੀਂ ਫਿਰ ਹੁਣ ਨਹੀਂ ਹੋਣਾ ਚਾਹੀਦਾ ਸੀਗਾ ਅਲਾਈਅንስ ਅਲਾਈਅንስ ਨੇ ਨੇ ਮਤਲਬ ਸੀਟਾਂ ਦੇ ਮੁੱਦੇ ਉੱਤੇ ਨਹੀਂ ਹੋਣਾ ਚਾਹੀਦਾ ਸੀ ਨਹੀਂ ਗੱਲ ਜਿਹੜੇ ਇਸ਼ੂ ਸੀ ਉਹ ਤਾਂ ਤੈਅ ਕਰਨੇ ਪੈਣੇ ਸੀ ਨਾ ਬਿਨਾਂ ਇਸ਼ੂ ਤੇ ਤਾਂ ਹੋਣ ਦਾ ਮਤਲਬ ਹੀ ਨਹੀਂ ਸੀ ਨਾ ਹੋਣਾ ਚਾਹੀਦਾ ਚੰਦ ਮજરા ਸਾਹਿਬ ਅੰਦਾਜ਼ਾ ਉਹਦਾ ਡੇ ਤਾਂ ਇਹੀ ਗਿਆ ਜਾਂਦਾ ਕਿ ਸੱਤਾ ਮਿਲ ਰਹੀ ਹੈ ਕਿ ਨਹੀਂ ਕੋਈ ਗੱਲ ਨਹੀਂ ਇਸ਼ੂਸ ਨੂੰ ਵੀ ਐਡਰੈਸ ਕਰਾਂਗੇ ਨਹੀਂ 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 ਬਿਲਕੁਲ ਨਹੀਂ ਸੀ ਇਹ ਗੱਲ ਤੁਹਾਨੂੰ ਕੀ ਲੱਗਦਾ ਇਸ਼ੂ ਪਹਿਲਾ ਸੀ ਤਾਂ ਹੀ ਤਾਂ ਹੋਇਆ ਨਹੀਂ ਜੀ ਤਾਂ ਹੀ ਮੈਂ ਇੱਕ ਹੋਰ ਗੱਲ ਪੁੱਛਦਾ ਅਕਾਲੀ ਦਲ ਦੀਆਂ 10 ਸੀਟਾਂ ਦੇ ਉੱਤੇ ਜ਼ਮਾਨਤ ਜ਼ਬਤ ਹੋ ਗਈ ਉਹਦੇ ਵਿੱਚ ਅਨੰਦਪੁਰ ਸਾਹਿਬ ਦੀ ਸੀਟ ਵੀ ਹੈਗੀ ਹੈ ਕੀ ਇਲੈਕਸ਼ਨ ਤੋਂ ਪਹਿਲਾਂ ਜਾਂ ਨਤੀਜਿਆਂ ਤੋਂ ਪਹਿਲਾਂ ਇਸ ਤਰੀਕੇ ਦੇ ਨਤੀਜ कि 11 10 ਸੀਟਾਂ ਤੋਂ ਜਮਾਨਤ ਜ਼ਬਤ ਹੋ ਜਾਏ ਸਿਰਫ ਇੱਕ ਸੀਟ ਆਵੇ ਸਾਨੂੰ ਦੇਖੋ ਗੱਲ ਹੈ 12% ਵੋਟ ਬੈਂਕ ਰਹਿ ਜਾਵੇ ਭਾਜੀਪੀ ਤੋਂ ਵੀ ਅਸੀਂ ਬਹੁਤ ਪਛੜ ਜਾਈਏ ਇਹ ਤਾਂ ਅਸੀਂ ਪੁਕਾਰ ਪੁਕਾਰ ਕੇ ਕਹਿੰਦੇ ਰਹੇ ਪਹਿਲੀ ਗੱਲ ਤਾਂ ਜਿਹੜੀ ਮੈਂ ਤੁਹਾਨੂੰ ਪਹਿਲਾਂ ਦੱਸੀ ਆ ਬਈ ਇੱਕ ਧਿਰ ਬਣਾਉਣਾ ਪਊ ਇੱਕ ਲਾਈਨ ਖਿੱਚਣੀ ਪਊ ਇੱਕ ਪਲੇਟਫਾਰਮ ਬਣਾਉਣਾ ਪਊ ਜਿੱਥੇ ਲੋਕਾਂ ਨੂੰ ਬਿਠਾਉਣਾ ਉਹ ਅਸੀਂ ਮੇਰੀ ਆਪਣੀ ਨਿੱਜੀ ਸੋਚ ਸੀ ਪਬਲੀਕਲੀ ਲੋਕ ਬਰੀ ਸੋਚ ਤੇ ਜਾਣਦੇ ਆ ਮੈਂ ਇਹ ਜਾਣਦਾ ਕਹਿੰਦਾ ਸੀ ਵੀ ਬੀਐਸਪੀ ਨਾ ਕਰਕੇ ਲੈਫਟ ਪਾਰਟੀਆਂ ਨਾ ਕਰਕੇ ਇੱਕ ਪੰਜਾਬ ਦਾ ਸਾਂਝਾ ਫਰੰਟ ਬਣਾ ਲੀਏ ਤੇ ਜੇ ਉਹ ਨਹੀਂ ਬਣਿਆ ਤਾਂ ਆਖਰੀ ਸਮੇਂ ਜਦੋਂ ਅਮਰਪਾਲ ਜੀ ਖੜ ਗਏ ਤੇ ਮੈਂ ਕਿਹਾ ਵੀ ਅਮਰਪਾਲ ਦੇ ਮੁਕਾਬਲੇ ਮੈਂ ਨਹੀਂ ਕਿਹਾ ਹੋਰ ਵੀ ਕਈ ਸਾਡੇ ਬੰਦੇ ਕਹਿੰਦੇ ਰਹੇ ਵੀ ਅਮਰਪਾਲ ਦੇ ਮੁਕਾਬਲੇ ਆਪਾਂ ਉਮੀਦਵਾਰ ਨਾ ਖੜਾ ਕਰੋ ਅਸੀਂ ਸੁਵੀਰ ਜੀ ਨੂੰ ਕਿਹਾ ਪਰ ਉਹ ਕਹਿੰਦੇ ਵੀ ਨਹੀਂ ਕੁਝ ਬੰਦੇ ਸਾਡੇ ਚਾਹੁੰਦੇ ਆ ਵੀ ਨਹੀਂ ਅਸੀਂ ਚੋਣ ਨਹੀਂ ਲੜਨੀ ਕੋ ਜਦੋਂ ਇੱਥੇ ਰੌਲਾ ਪੈ ਗਿਆ ਤੇ ਮੈਂ ਕਿਹਾ ਚੱਲ ਜੇ ਇਸ ਤਰ੍ਹਾਂ ਦੀ ਗੱਲ ਆ ਤੁਸੀਂ ਘਟੋ ਘਟ ਫਰੀਦਕੋਟ ਵਾਲੀਓ ਛੱਡ ਦਿਓ ਕੱਲੀ ਉਹ ਕਹਿੰਦਾ ਜੇ ਫਰੀਦਕੋਟ ਦਾ ਆਪਣੀ ਜਿੱਤੀਓ ਪਈ ਆ ਵੀ ਉਹ ਫਰੀਦਕੋਟ ਦਾ ਆਪਾਂ ਛੱਡੇ ਨਹੀਂ ਸਕਦੇ ਫਿਰ ਲਾਸਟ ਮੈਂ ਕਿਹਾ ਮੇਰੀ ਸੀਟ ਤੇ ਆਇਸੀ ਜਗਵੀਰ ਦੀ ਉਸ ਦਿਨ ਜਿਹੜਾ ਪੰਜਾਬ ਚੋ ਯਾਤਰਾ ਸੀ ਮੈਂ ਕਿਹਾ ਕੱਲ੍ਹ ਆ ਕੀ ਪ੍ਰੋਗਰਾਮ ਕਹਿੰਦੇ ਮੈਂ ਬਲਟੋ ਉੱਥੇ ਜਾਣਾ ਖਡੂਰ ਸਾਹਿਬ ਮੈਂ ਕਿਹਾ ਇੱਕ ਕੰਮ ਕਰ ਲਿਓ ਉੱਥੇ ਜਾ ਕੇ ਅਮਰਪਾਲ ਦੇ ਵਿਰੁੱਧ ਨਾ ਬੋਲਿਓ ਤੁਸੀਂ ਇਹਦਾ ਗਲਤ ਅਰਥ ਜਾਊਗਾ ਵੀ ਆਪਸ ਵਿੱਚ ਲੜ ਰਹੇ ਆ ਉਥੇ ਹੋਇਆ ਇਹ ਨਾ ਇਹ ਕਾਂਗਰਸ ਦੇ ਵਿਰੁੱਧ ਬੋਲੇ ਨਾ ਇਹ ਆਪ ਪਾਰਟੀ ਦੇ ਵਿਰੁੱਧ ਬੋਲੇ ਉਥੇ ਬੋਲ ਰਹੀ ਅਮਰਪਾਲ ਦੇ ਵਿਰੁੱਧ ਕਿ ਸ਼ੁਰੂ ਕਰਤਾ ਉਹਦਾ ਨਾ ਜੀ ਮਤਲਬ ਘੱਟੋ ਘੱਟ ਵੀ 100 100 ਵੋਟ ਇੱਕ ਪੋਲ ਕਬੂਤੋ ਸਾਡੀ ਘਟੀ ਸਾਨੂੰ ਕਹਿ ਕੇ ਗਏ ਲੋਕ ਵੀ ਤੁਸੀਂ ਤਾਂ ਆਪੇ ਘਟੋ ਕਲੇਸ਼ ਕਰ ਲਿਆ ਤੁਸੀਂ ਤਾਂ ਆਪੇ ਲੜਨ ਲੱਗੇ ਮਤਲਬ ਮਤਲਬ ਜਦੋਂ ਇਹ ਗੱਲ ਹੋਈ ਨਾ ਫਿਰ ਉਹਦਾ ਸਾਡੀ ਤੇ ਬਹੁਤ ਨੈਗੇਟਿਵ ਅਸਰ ਪਿਆ ਜਿਹੜੇ ਜਿਹੜੀ ਤੁਸੀਂ ਕਹਿੰਦੇ ਹੋ ਵੀ ਉਹ ਜਿਹੜੇ ਅਸੀਂ ਆਸਮ ਨਹੀਂ ਸੀ ਕੀਤੀ ਵੀਦ ਵੀ ਨਹੀਂ ਸੀ ਕੀਤੀ ਮਤਲਬ ਅਮਰਪਾਲ ਵਾਲਾ ਮੈਨੂੰ ਉਹ ਸਾਡਾ ਹਾਲ ਹੋ ਗਿਆ ਨਹੀਂ ਅੰਮ੍ਰਿਤਪਾਲ ਦਾ ਇੰਪੈਕਟ ਤੋਂ ਲੱਗਦਾ ਸਾਰੀਆਂ ਸੀਟਾਂ ਤੇ ਪੈ ਗਈਆਂ ਸਾਰੀਆਂ ਤੇ ਪਿਆ ਤੁਹਾਡੇ ਵਾਲੀ ਸੀਟ ਤੇ ਸਾਰੀਆਂ ਤੇ ਬਹੁਤ ਸਾਰੀਆਂ ਹਿੰਦੂ ਸੀਟਾਂ ਜਿਹੜੇ ਹਿੰਦੂ ਬਣ ਮਤਲਬ ਜਦੋਂ ਜਾਤੀ ਜਦੋਂ ਤੁਸੀਂ ਜਾਤੀ ਚਿਕੜਾ ਛਾਲੀ ਕਰਤੀ ਨਾ ਜਦੋਂ ਜਾਤੀ ਤੂੰ ਬਤ ਬਾਜੀ ਕਰਤੀ ਉਦੋਂ ਲੋਕਾਂ ਨੇ ਉਹਨੂੰ ਬੁਰਾ ਬਣਾਇਆ ਅੱਛਾ ਅੰਮ੍ਰਿਤਪਾਲ ਜਿੱਤੇ ਕਿਉਂ ਤੁਹਾਨੂੰ ਕੀ ਲੱਗਦਾ ਦੇਖੋ ਗੱਲ ਇਹ ਆ ਪੰਜਾਬ ਦੇ ਲੋਕਾਂ ਦੀ ਸਾਇਕੀ ਆ ਜ਼ਬਰ ਜਿਹੜਾ ਹੁੰਦਾ ਇਹ ਨਹੀਂ ਹੈ ਵੀ ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਉਹਦੀ ਸੋਚ ਨਾਲ ਸਹਿਮਤ ਹੋਣ ਪਰ ਲੋਕ ਨਾ ਜ਼ਬਰ ਦੇ ਅਨਿਆ ਦੇ ਟੱਕੇ ਦੇ ਵਿਰੁੱਧ ਲੜਦੇ ਆ ਹੁਣ ਤੁਸੀਂ ਇਹ ਪਹਿਲੀ ਗੱਲ ਤਾਂ ਅਮਰ ਤੇ ਛਕਾਉਣਾ ਕੋਈ ਗناہ ਕੋਈ ਪਾਪ ਹੈ ਨਸ਼ਿਆਂ ਦੇ ਵਿਰੋਧ ਦੇ ਵਿੱਚ ਨਸ਼ੇ ਛਡਾਉਣ ਦੀ ਕੋਈ ਲਹਿਰ ਚਲਾਉਣਾ ਕੋਈ ਪਾਪ ਹੈ ਪਹਿਲੀ ਗੱਲ ਤਾਂ ਇਹ ਦੂਜੀ ਗੱਲ ਇਹ ਆ ਵੀ ਜੇ ਉਹਨੇ ਅਟੈਕ ਕੀਤਾ ਸੀ ਅਜਨਾਲੇ ਥਾਣੇ ਤੇ ਕੇਸ ਬਣਦਾ ਸੀ ਤਾਂ ਉਹਨੂੰ ਅਮਰ ਤਰ ਜੇਲ ਚ ਰੱਖ ਲੰਦੇ ਜਲੰਧਰ ਰੱਖ ਲੰਦੇ ਪਟਿਆਲੇ ਰੱਖ ਲੰਦੇ ਬੇ அசਾਂਪ ਤਾ ਡਿਬਰੂਗੜ ਜਿਹੜਾ ਬੰਦਾ ਆਪ ਜੇਲ ਚ ਹੁੰਦਾ ਇਸ ਤਰ ਰਹੇ ਆ ਨਾ ਜੇਲ ਸਾਨੂੰ ਪਤਾ ਉਹਨੂੰ ਕੋਈ ਫਰਕ ਨਹੀਂ ਪੈਂਦਾ ਉਹ ਤਾਂ ਰਾਤ ਨੂੰ ਰਹਿਣਾ ਅੰਦਰ ਰਹਿਣਾ ਜਿੱਥੇ ਮਰਜ਼ੀ ਰੱਖ ਲੋ ਪਰ ਜਿਹੜੇ ਮੁਲਾਕਾਤ ਲਈ ਜਾਂਦੇ ਆ ਪਰਿਵਾਰ ਉਹਨਾਂ ਨੂੰ ਬੜਾ ਸਫਰ ਕਰਨਾ ਪੈਂਦਾ ਤੇ ਹੁਣ ਉਹਦੇ ਪਰਿਵਾਰ ਕਿੱਥੇ ਜਾਂਦਾ ਕਿੰਨਾ ਸਫਰ ਕਰ ਰਿਹਾ ਤੇ ਹੁਣ ਮਤਲਬ ਗੱਲ ਸੀ ਇਹ ਜਿਹੜੀ ਮਰਤਪਾਲ ਨੂੰ ਉੱਥੇ ਕਰਨ ਦੀ ਜਿਹੜਾ ਤੁਸੀਂ ਕਹਿੰਦੇ ਹੋ ਜਿਹੜਾ ਜ਼ਬਰਨਿਆਂ ਤੱਕਾ ਹੋਇਆ ਨਾ ਮਨੁੱਖੀ ਹੱਕਾਂ ਦਾ ਘਾਣ ਮਤ ਜਦੋਂ ਵੀ ਕਿਤੇ ਹੋਏਗਾ ਫਿਰ ਲੋਕ ਨਾ ਹੁਣ ਗੁਰੂ ਤੇਗ ਬਹਾਦਰ ਸਾਹਿਬ ਕਿਹੜੇ ਜਨੇਊ ਪੈਂਦੇ ਸੀ ਪਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਲੱਗਿਆ ਵੀ ਇਹ ਧੱਕਾ ਹੋ ਰਿਹਾ ਨਿਆ ਹੋ ਰਿਹਾ ਕਿਸੇ ਦੇ ਮਨੁੱਖੀ ਹੱਕ ਖਤਮ ਹੋ ਰਹੇ ਨੇ ਉਹਨਾਂ ਨੇ ਸ਼ਹਾਦਤ ਤੱਕ ਦੇ ਦੋ ਚੀਜ਼ਾਂ ਰਹੀ ਇੱਕ ਤੇ ਚਲੋ ਤੁਸੀਂ ਅਮਰਿਤਪਾਲ ਨਾਲ ਸਿੰਪਥੀ ਜਾਂ ਤੁਸੀਂ ਕਹਿ ਰਹੇ ਹੋ ਵੀ ਜੋ ਵੀ ਉਹਦੇ ਨਾਲ ਜਿਹੜਾ ਜ਼ਬਰ ਹੋਇਆ ਉਹਦੇ ਨਾਲ ਜਿਹੜਾ ਧੱਕਾ ਹੋਇਆ ਉਹਦੇ ਕਰਕੇ ਕੀ ਪੰਥਕ ਸਿਆਸਤ ਦੀ ਜਗ੍ਹਾ ਜਿਹੜੀ ਹੈ ਹਲੇ ਵੀ ਖਾਲੀ ਹੈ ਕੀ ਉਹ ਉਹ ਚੀਜ਼ ਵੀ ਸਰਬਜੀਤ ਸਿੰਘ ਦੀ ਜਾਂ ਅਮਰਿਤਪਾਲ ਦੀ ਜਿੱਤ ਨੇ ਇਸ਼ਾਰਾ ਕੀਤਾ ਕਿ ਨਹੀਂ ਪੰਜਾਬ ਦੇ ਵਿੱਚ ਪੰਥਕ ਸਿਆਸਤ ਦੀ ਸਪੇਸ ਦੇਖੋ ਇੱਕ ਗੱਲ ਜਿਹੜੀ ਅਕਾਲੀ ਦਲ ਕੋਲ ਨਹੀਂ ਹੈ ਜਿਹੜੀ ਅਕਾਲੀ ਦਲ ਕੋਲ ਸਪੇਸ ਹੈ ਉਹ ਖਾਲੀ ਹੋ ਗਈ ਇੱਕ ਗੱਲ ਬੜੀ ਕਲੀਅਰ ਹੋ ਗਈ ਵੀ ਪੰਥ ਮਰਿਆ ਨਹੀਂ ਪੰਥ ਜਿਉਂਦਾ ਬਕਾਟ ਇੱਕੋ ਆ ਵੀ ਪੰਥ ਵੰਡਿਆ ਹੋਇਆ ਪੰਥ ਆੜ-ਆੜ ਹਿੱਸਿਆਂ ਤੇ ਵੰਡਿਆ ਮਤਲਬ ਇਹਦਾ ਇਹ ਮਤਲਬ ਇਹ ਕੱਢਿਆ ਜਾਵੇ ਕਿ ਪੰਥ ਅਕਾਲੀ ਦਲ ਤੋਂ ਮੁਨਕਰ ਹੋ ਰਿਹਾ ਹੈ ਨੇਚਰਲੀ ਕਿਉਂਕਿ ਅਸੀਂ ਜਿਹੜੀ ਅਕਾਲੀ ਦਲ ਦੀ ਨਾ ਵਿਚਾਰਧਾਰਾ ਸੋਚ ਦਿਖ ਮਤਲਬ ਤੌਰ ਫਿਰ ਵੋਕੈਬਲਰੀ ਜਿਹੀ ਜੀ ਲੋਕ ਅਕਾਲੀਆਂ ਤੋਂ ਆਸ ਕਰਦੇ ਨੇ ਉਹੀ ਜੀ ਹੋ ਨਹੀਂ ਰਹੀ ਸਾਹਮਣੇ ਇਸੇ ਕਰਕੇ ਲੋਕ ਪਿੱਛੇ हट ਰਹੇ ਨੇ ਤੇ ਅੱਜ ਜੇ ਲੋੜ ਆ ਤਾਂ ਇਸ ਕਿਸਮ ਦੀ ਲੋੜ ਆ ਵੇ ਅਕਾਲੀ ਦਲ ਦੇ ਵਿੱਚ ਸੁਧਾਰ ਆ ਜਿਹੜੀ ਅਸੀਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਸ਼ੁਰੂ ਕੀਤੀ ਆ ਅਸੀਂ ਮੈਂ ਨਾ ਜਨਰਲ ਹਾਊਸ ਤੇ ਵੀ ਕੇ ਮਤਾ ਲੈ ਕੇ ਆਇਆ ਸੀ ਪਿੱਛੇ ਜੋ ਸੁਵੀਰ ਜੀ ਨੂੰ ਪ੍ਰਧਾਨ ਬਣਾਇਆ ਉਦੋਂ ਮੈਂ ਮਤਾ ਲੈ ਕੇ ਆਇਆ ਸੀ ਵੀ ਜਿਹੜਾ ਪਾਰਟੀ ਦਾ ਡਿਸਟ੍ਰਿਕਟ ਹੈੱਡ ਆ ਨਾ ਉਹ ਕੋ ਚੋਣ ਨਾਲ ਲੜੇ ਤੇ ਉਹ ਚੋਣ ਨਾਲ ਲੜੇ ਤਾਂ ਕਿ ਉਹ ਜਥੇਬੰਦੀ ਵੱਲ ਦੇਖੇ ਨਹੀਂ ਤਾਂ ਇੱਕ ਹਲਕੇ ਤੱਕ ਰਹਿ ਜਾਂਦਾ ਬਲਕਿ ਉੱਥੇ ਕਈਆਂ ਨੇ ਇਹ ਵੀ ਕਿਹਾ ਵੀ ਫਿਰ ਜਿਹੜਾ ਸਟੇਟ ਦਾ ਹੈੱਡ ਆ ਫਿਰ ਉਹਨੂੰ ਵੀ ਉਸ ਪਾਸੇ ਮੈਂ ਕਿਹਾ ਵੀ ਤਾਂ ਸਟੇਟ ਦੇ ਹੈੱਡ ਨੇ ਦੇਖਣਾ ਪਰ ਇੱਕ ਮਤਾ ਤਾਂ ਲਿਆ ਉਹ ਨਾ ਫਿਰ ਮੈਂ ਮਤਾ ਲਿਆਂਦਾ ਪਾਪ ਤੇ ਪਾਸ ਕਰਿਆ ਸਾਰਿਆਂ ਨੇ ਜਗਾਰਾਂ ਦੇ ਰੂਪ ਦੇ ਵਿੱਚ ਤੇ ਮੈਂ ਹੁਣ ਵੀ ਅਸੀਂ ਜਿਹੜੀ ਅਕਾਲੀ ਦਲ ਸੁਧਾਰ ਲਹਿਰ ਆ ਨਾ ਲੋਕ ਆਖ ਕਰਦੇ ਨੇ ਵੀ ਕਿ ਤਾ ਜਿਹੜਾ ਪਾਰਟੀ ਹੈੱਡ ਹੋਵੇ ਉਹਨੂੰ ਕੋਈ ਚੋਣ ਨਹੀਂ ਲੜਨੀ ਚਾਹੀਦੀ ਨਹੀਂ ਉਹ ਆਪਣੇ ਹਲਕੇ ਤੱਕ ਸੀਮਤ ਰਹੇ ਨਾ ਇੱਕ ਕੋਈ ਉਮਰ ਵੀ ਹੋਣੀ ਚਾਹੀਦੀ ਆ ਤਾਂ ਕਿ ਨਵੀਂ ਜਨਰੇਸ਼ਨ ਵੀ 70 ਸਾਲ ਲਾ ਲੋ 65 ਸਾਲ ਲਾ ਲੋ 72 ਸਾਲ ਲਾ ਲੋ ਪਾਰਟੀ ਨੂੰ ਲੀਡ ਕਰਨ ਦੀ 75 ਸਾਲਾ ਕੁਝ ਨਾ ਕੋਈ ਹੋਣੀ ਚਾਹੀਦੀ ਆ ਇੱਕ ਨਾ ਨਵੀਂ ਦੇਖ ਨਵੀਂ ਜਨਰੇਸ਼ਨ ਨੂੰ ਫਿਰ ਇਹ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਨਾ ਭਾਵੇਂ ਹਰ ਧਰਮ ਦਾ ਸਨਮਾਨ ਕਰਦਾ ਸਰਬੱਤ ਦੇ ਭਲੇ ਤੇ ਵਿਸ਼ਵਾਸ ਕਰਦਾ ਸਾਰੇ ਵਰਗਾਂ ਦੀ ਕਿਸਾਨਾਂ ਦੀ ਦੁਕਾਨਦਾਰ ਵਪਾਰੀਆਂ ਦੀ ਮਜ਼ਦਮਾਂ ਦੀ ਹਰ ਵਰਗ ਦੀ ਰਾਖੀ ਕੀਤਾ ਜਾਵਨਾ ਪਰ ਨਾਲ ਨਾਲ ਪੰਥਕ ਹਿੱਤਾਂ ਦਾ ਫਹਿਰੇਦਾਰ ਆ ਸਿਆਸਤ ਦੇ ਪੰਥਕੇ ਹਿੱਤਾਂ ਦੀ ਕਹਿ ਲਓ ਸਿੱਖਾਂ ਦੀ ਕਹਿ ਲਓ ਜੇ ਕੋਈ ਰਾਸ ਸੀ ਧੀਰਾ ਤਾਂ chromospherici ਕਾਲੀ ਦਾਲਾ ਸੋ ਇਹਨੂੰ ਉਹਦੇ ਲਈ ਕੁਦਰਤੀ ਤੌਰ ਤੇ ਇੱਕ ਨਵੇਕਲਾਪਣ ਇੱਕ ਪੰਥਕ ਦਿਖ ਪੰਥਕ ਬੋਕੈਬਲਰੀ ਪੰਥਕ ਵਿਚਾਰਧਾਰਾ ਦੇ ਹਾਣ ਦੇ ਹੋ ਕੇ ਤੁਰਨਾ ਪਊਗਾ ਖਾਸ ਤੌਰ ਤੇ ਅੱਛਾ ਤੁਸੀਂ ਪਿਛਲੇ ਦਿਨੀ ਹੁਣ ਤੁਸੀਂ ਸੁਧਾਰ ਲਹਿਰ ਦਾ ਜ਼ਿਕਰ ਕਰ ਰਹੇ ਹੋ ਅਕਾਲ ਤਖਬ ਸਾਬ ਤੇ ਜਾ ਕੇ ਆਏ ਹੋ ਅਗਲੇ ਦਿਨਾਂ ਚ ਸੁਖਬੀਰ ਬਾਦਲ ਕਿਸੇ ਵੇਲੇ ਵੀ ਜਾ ਸਕਦੇ ਐ ਤੁਸੀਂ ਉਮੀਦ ਕੀ ਕਰ ਰਹੇ ਹੋ ਕੀ ਅਕਾਲ ਤਖਤ ਸਾਹਿਬ ਤੋਂ ਕਿਵੇਂ ਦਾ ਫੈਸਲਾ ਆਵੇ ਕਿਵੇਂ ਦੀ ਇੱਕ ਆਸ ਤੇ ਹੁੰਦੀ ਹੈ ਘੱਟੋ ਘੱਟ ਕਿ ਅਸੀਂ ਆ ਸੋਚ ਰਹੇ ਹਾਂ ਕਿ ਉਹਨਾਂ ਨੂੰ ਇਸ ਲਾਈਨ ਤੇ ਅੱਗੇ ਵਧਣਾ ਚਾਹੀਦਾ ਦੇਖੋ ਮੈਂ ਪਹਿਲਾਂ ਇੱਕ ਵਾਰ ਦੱਸੇ ਦਿੱਤਾ ਵੀ ਸ਼ਰੋਮਣੀ ਅਕਾਲੀ ਦਲ ਤੇ ਲੋਕ ਇਹੋ ਜੀ ਆਸ ਕਰਦੇ ਆ ਹਮ ਜਿਹੜੀ ਪੰਥਕ ਵਿਚਾਰਦਾ ਰਾਏ ਪੰਥਕ ਦੀਖ ਵਾਲੀ ਪੰਥਕ ਕੈਵਲਰੀ ਵਾਲੀ ਤੇ ਨਾਲ ਨਾਲ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਹਨ ਜੇ ਆਪਾਂ ਮਤਲਬ ਪਰੰਪਰਾਗਤ ਤੌਰ ਤੇ ਦੇਖੀਏ ਪਿਸ਼ੋਕੜ ਤੇ ਦੇਖੀਏ ਜਾਂ ਸ਼੍ਰੋਮਣੀ ਅਕਾਲੀ ਦਾ ਸੋਰੀ ਸ੍ਰੀ ਅਕਾਲ ਤਖਤ ਸਾਹਿਬ ਦੀ ਭੂਮਿਕਾ ਦੇਖੀਏ ਸਿੱਖ ਸਿਆਦ ਦੇ ਵਿੱਚ ਸਿੱਖ ਸਿਆਦਮੀ ਦੇ ਅਕਾਲੀ ਦਲ ਦੀ ਸਿਆਦ ਦੇ ਵਿੱਚ ਉਹ ਬਹੁਤ ਵਾਰੀ ਇਸ ਤਰ੍ਹਾਂ ਦੀ ਰਹੀ ਹੈ ਜਦੋਂ ਵੀ ਕਿਤੇ ਸੰਕਟ ਆਇਆ ਜਦੋਂ ਵੀ ਕਿਸੇ ਕ੍ਰਾਈਸਿਸ ਆਇਆ ਉਦੋਂ ਸ੍ਰੀ ਅਕਾਲ ਤਖਤ ਸਾਹਿਬ ਨੇ ਜਦੋਂ ਵੀ ਇੰਟਰਵੈਨ ਕੀਤਾ ਤਾਂ ਉਹਨਾਂ ਨੇ ਮਤਲਬ ਜਿਹੜੀ ਵੀ ਕੋਈ ਤਣਾਅ ਸੀ ਟਕਰਾਅ ਸੀ ਵਿਵਾਦ ਸੀ ਉਹਨੂੰ ਖਤਮ ਕਰ ਲਈ ਸਾਰੀਆਂ ਧਿਰਾਂ ਤੋਂ ਅਸਤੀਫੇ ਲੈ ਕੇ ਇਕ ਕੋਈ ਮਤਲਬ 5 ਮੈਂਬਰੀ 7 ਮੈਂਬਰੀ 9 ਮੈਂਬਰੀ ਕੋਈ ਕੌਂਸਲ ਬਣਾ ਕੇ ਕੋਈ ਪ੍ਰਜੀਡੀਅਮ ਬਣਾ ਕੇ ਉਹਨੂੰ ਮਤਲਬ ਅਧਿਕਾਰ ਦਿੱਤੇ ਵੀ ਜਿੰਨੀ ਦੇਰ ਤੱਕ ਤੁਸੀਂ ਮਤਲਬ ਭਰਤੀ ਕਰਕੇ ਚੋਣਾਂ ਕਰਾ ਕੇ ਕੋਈ ਨਵਾਂ ਪ੍ਰਧਾਨ ਲਿਆ ਕੇ ਸਾਹਮਣੇ ਪੰਥ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਨਹੀਂ ਲਿਆਉਂਗੇ ਉਨੀ ਦੇਰ ਤੁਸੀਂ ਕੰਮ ਕਰੋ ਵਾਲਾ ਇਸ ਤਰ੍ਹਾਂ ਦੇ ਮਤਲਬ ਪਹਿਲਾਂ ਵੀ ਕਈ ਕ੍ਰਾਈਸਿਸ ਵੇਲੇ ਹੁੰਦਾ ਜੀ ਅਕੀਲ ਨੂੰ ਸਿਆਸੀ ਤੌਰ ਤੇ ਜੱਥੇਦਾਰ ਸਾਹਿਬ ਨੇ ਆਦੇਸ਼ ਦਿੱਤੇ ਜਾਂ ਤੁਸੀਂ ਕਹਿੰਦੇ ਹੋ ਐਸਜੀਪੀਸੀ ਨੂੰ ਲੈ ਕੇ ਆਦੇਸ਼ ਦਿੱਤੇ ਨਹੀਂ ਸ਼ਰਮਣੀ ਅਕਾਲੀ ਦਲ ਦੇ ਮਸਲਿਆਂ ਦੇ ਵਿੱਚ ਕਈ ਵਾਰ ਇੰਟਰਵੈਨ ਕਰਦੇ ਰਹੇ ਮਤਲਬ ਤੁਹਾਨੂੰ ਲੱਗ ਰਿਹਾ ਹੈ ਕਿ ਜੱਥੇਦਾਰ ਸਾਹਿਬ ਜਿਵੇਂ ਜਿਵੇਂ ਇੱਕ ਪੰਚਾਇਤੀ ਤੌਰ ਤੇ ਫੈਸਲਾ ਹੁੰਦਾ ਮਤਲਬ ਫਿਰ ਕਰਨਾ ਤਾਂ ਜਿਸ ਤੱਕ ਹੈ ਉਹ ਉਹਨੇ ਕਰਨਾ ਹੁੰਦਾ ਉਹਦੇ 'ਚ ਜੱਥੇਦਾਰ ਸਾਹਿਬ ਆਣਾ ਇੰਟਰਵੈਨ ਨਹੀਂ ਕਰਦੇ ਵੀ ਕਿਹਨੂੰ ਕਿਹਨੇ ਕੀ ਕਰਨਾ ਪਰ ਇੱਕ ਰਸਤਾ ਕੱਢਦੇ ਰਹੇ ਆ ਚੰਦੂ ਅਜਰਾਜੀ ਮੈਂ ਉਸ ਸਵਾਲ ਦੇ ਉੱਤੇ ਆਵਾਂ ਤੁਸੀਂ ਚਾਰ ਗੱਲਾਂ ਮੁੱਖ ਤੌਰ ਦੇ ਉੱਤੇ ਉਸ ਚਿੱਠੀ ਦੇ ਵਿੱਚ ਲਿਖੀਆਂ ਜਿਹੜੀ ਅਕੱਲ ਤੱਕ ਸਾਹਬ ਦੇ ਕੋਲ ਤੁਸੀਂ ਦੇ ਕੇ ਆਏ ਹੋ ਉਹਦੇ ਵਿੱਚ 2007 ਦੇ ਵਿੱਚ ਜੋ ਸਮਾਗਰ ਰਚਾਇਆ ਗਿਆ ਡੇਰਾ ਮੁਖੀ ਦੇ ਵੱਲੋਂ ਐਫ ਆਈ ਆਰ ਨੂੰ ਵਾਪਸ ਲੈਣਾ ਬੇਅਦਵੀ ਦਾ ਮਾਮਲਾ ਇੱਕ ਸੁਮੇਤ ਸੈਣੀ ਨੂੰ ਡੀ ਜੀ ਪੀ ਡੀ ਜੀ ਪੀ ਲਗਾਉਣਾ ਆ ਔਰ ਇੱਕ ਡੇਰਾ ਮੁਖੀ ਨੂੰ ਦਿੱਤੀ ਗਈ ਮੁਆਫੀ ਤੁਸੀਂ ਸਿੱਧੇ ਤੌਰ ਤੇ ਸੁਖਬੀਰ ਬਾਦਲ ਨੂੰ ਇਸ ਲਈ ਜ਼ਿੰਮੇਵਾਰ ਮੰਨਦੇ ਹੋ ਦੇਖੋ ਇਹ ਤਾਂ ਹੁਣ ਜਾ ਕੇ ਜਹੇਦਾਰ ਸਾਹਿਬਾਨਾਂ ਨੇ ਦੇਖਣਾ ਵੀ ਕਿ ਕਿੰਨਾ ਇਹਨਾਂ ਦਾ ਜ਼ਿੰਮੇਵਾਰੀ ਸੀ ਕਿੰਨਾ ਇਹਨਾਂ ਦਾ ਗੁਨਾਹ ਪਰ ਇੱਕ ਗੱਲ ਜਿਹੜੀ ਪਬਲਿਕਲੀ ਵੀ ਆ ਤੁਸੀਂ ਵੀ ਮੰਨਦੇ ਹੋ ਵੀ ਸਰ ਸੁਖਵੀਰ ਸਿੰਘ ਬਾਦਲ ਗ੍ਰਹਿ ਮੰਤਰੀ ਸੀ ਸਾਹ ਸੁਖਵੀਰ ਸਿੰਘ ਬਾਦਲ ਸ਼ੁਰਮਣੀ ਅਕਾਲ ਦਲ ਦੇ ਪ੍ਰਧਾਨ ਸੀ ਤੇ ਹੁਣ ਤੁਸੀਂ ਇਹ ਰਾਜਾ ਲਾ ਲਓ ਵੀ ਪ੍ਰਧਾਨ ਦੀ ਮਰਜ਼ੀ ਤੋਂ ਬਿਨਾਂ ਜਾਂ ਗ੍ਰਹਿ ਮੰਤਰੀ ਦੀ ਮਰਜ਼ੀ ਤੋਂ ਬਿਨਾਂ ਮਤਲਬ ਇਹ ਕੁਝ ਤਾਂ ਹੋ ਨਹੀਂ ਸਕਦਾ ਨਹੀਂ ਡੀਜੀਪੀ ਤਾਂ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਨਹੀਂ ਲਗਾਇਆ ਜਾ ਸਕਦਾ ਹਾਂ ਪਰ ਡੇਰਾ ਮੁਖੀ ਨੂੰ ਮਾਫੀ ਗ੍ਰੈਮਟਰੀ ਇਹ ਤਾਂ ਮੈਨੂੰ ਕਹਿੰਦਾ ਇਹ ਤਾਂ ਭੇਜ ਦਾ ਜਸਟਿਸ ਰਣਜੀਤ ਸਿੰਘ ਹੋਰਾਂ ਨੇ ਵੀ ਖੋਲੇ ਆ ਇਹ ਤਾਂ ਭੇਜ ਦਾ ਉਸ ਸਮੇਂ ਜਾਇਦਾਦ ਸੀ ਗਿਆਨੀ ਗੁਰਮੁਖ ਸਿੰਘ ਜੀ ਇਹ ਤਾਂ ਉਹਨਾਂ ਨੇ ਵੀ ਖੋਲੇ ਆ ਇਹ ਤਾਂ ਭੇਜ ਦਾ ਉਹ ਸਿੱਟ ਦਾ ਇੰਚਾਰਜ ਸੀ ਰਣਵੀਰ ਖਾੜਰਾ ਜੀ ਉਹ ਵੀ ਹੋ ਰਹੇ ਨੇ ਸੋ ਇਹ ਮੈਂ ਤਾਂ ਉਸ ਸਰਕਾਰ ਦੇ ਵਿੱਚ ਹੈ ਨਹੀਂ ਸੀ ਮੈਂ ਤਾਂ ਮੈਂਬਰ ਪਾਰਲੀਮੈਂਟ ਸੀ ਪਰ ਜਿਹੜੀਆਂ ਗੱਲਾਂ ਸਾਹਮਣੇ ਬਾਹਰ ਆ ਰਹੀਆਂ ਉਹ ਤਾਂ ਬੜੀਆਂ ਮਤਲਬ ਬੜੀਆਂ ਹੈਰਾਨੀਜਨਕ ਨੇ ਬਹੁਤ ਸਾਰੇ ਜਿਹੜੇ ਸਿੱਖ ਇੰਟੈਲੈਕਚੁਅਲਸ ਨੇ ਜਿਨ੍ਹਾਂ ਨਾਲ ਵੀ ਗੱਲਬਾਤ ਹੁੰਦੀ ਆ ਉਹ ਸਾਰੇ ਸਵਾਲ ਐਜ਼ ਇਟ ਇਜ਼ ਤੁਹਾਡੇ ਤੇ ਵੀ ਚੱਕਦੇ ਨੇ ਯਾਨੀ ਤੁਹਾਡੇ ਪੂਰੇ ਗਰੁੱਪ ਤੇ ਕਿ ਤੁਸੀਂ ਵੀ ਤਾਂ ਉਹਦਾ ਹਿੱਸਾ ਹੀ ਰਹੇ ਹੋ ਜਿਨ੍ਹਾਂ ਚ ਇਹ ਇਹ ਸਭ ਕੁਝ ਹੁੰਦਾ ਹੈ ਇਹ ਅਸੀਂ ਕਦੋਂ ਕਹਿੰਦੇ ਨਹੀਂ ਰਹੇ ਅਸੀਂ ਤਾਂ ਅਸੀਂ ਤਾਂ ਲਿਖਤੀ ਤੌਰ ਤੇ ਕਹਿ ਕੇ ਆਏ ਹਾਂ ਹਮ ਸਵਾਲ ਤਾਂ ਤਾਂ ਖੜੇ ਕੇ ਅਸੀਂ ਤਾਂ ਆਪ ਲਿਖਤੀ ਤੌਰ ਤੇ ਕਹਿ ਕੇ ਆਏ ਆਂ ਵੀ ਇਹ ਗਲਤੀਆਂ ਜਦੋਂ ਹੋ ਰਹੀਆਂ ਸੀ ਅਸੀਂ ਉਦੋਂ ਪਾਰਟੀ ਵਿੱਚ ਸੀ ਅਸੀਂ ਰੋਕਣ ਦਾ ਯਤਨ ਕੀਤਾ ਪਰ ਰੋਕਣ ਦੇ ਵਿੱਚ ਸਫਲ ਨਹੀਂ ਹੋ ਸਕੇ ਅਸੀਂ ਤਾਂ ਇਹ ਨਹੀਂ ਵੀ ਗਲਤੀ ਮੰਨ ਕੇ ਆਏ ਆਂ ਔਰ ਕੱਲੀ ਗਲਤੀ ਉਹ ਨਹੀਂ ਮੰਨ ਗਏ ਬਲਕਿ ਅਸੀਂ ਤਾਂ ਇਹ ਵੀ ਕਹਿ ਰਹੇ ਆਂ ਵੀ ਜਿੰਨੀ ਮਰਿਆਦਾ ਮੁਤਾਬਕ ਸਜ਼ਾ ਮਿਲਦੇ ਹੱਕਦਾਰਾਂ ਸੀ ਸਾਨੂੰ ਸਜ਼ਾ ਵੀ ਲਾਈ ਜਾਵੇ ਅਸੀਂ ਉਹ ਵੀ ਭੁਗਤਣ ਨੂੰ ਤਿਆਰ ਅਸੀਂ ਤਾਂ ਗਲਤੀ ਮੰਨਣ ਦੀ ਤਾਂ ਅਸੀਂ ਸਜ਼ਾ ਭੁਗਤਣ ਨੂੰ ਵੀ ਤਿਆਰ ਹਾਂ ਪਰ ਅਸੀਂ ਇਹ ਵੀ ਜ਼ਰੂਰ ਚਾਹੁੰਦੇ ਆਂ ਬੇ ਐਸੇ ਜੋ ਕੇਸ ਸਥਿਤੀ ਦੇ ਵਿੱਚ ਗੱਲ ਪੰਥ ਦੀ ਜਥੇਬੰਦੀ ਸ਼ਰੋਮਣੀ ਅਕਾਲੀ ਦਲ ਨੂੰ ਇਹ ਇੰਟਰੈਕਟ ਰੱਖਿਆ ਜਾਵੇ ਅਕਾਲੀ ਦਲ ਨੂੰ ਬਚਾਇਆ ਜਾਵੇ ਅਕਾਲੀ ਦਲ ਜਿਹੜਾ ਬਿਲਕੁਲ ਫਰਸ਼ ਤੋਂ ਹੁਣ ਨੂੰ ਜਾ ਰਿਹਾ ਜਲੰਧਰ ਤੇ ਜਲੰਧਰ ਦੇ ਉਪਚੋਣ ਚ ਜੀ ਨੂੰ ਇਹਨਾਂ ਨੇ ਸਪੋਰਟ ਕਰਤੀ ਉਹ 700 750 ਉਹ ਸਾਡਾ ਵੀ ਪੱਠਾ ਬਠਾਤਾ ਵੇ ਜੇ ਘੱਟੋ ਘਟੇ ਸਪੋਰਟ ਨਾ ਕਰਦੇ ਤਾਂ ਅਸੀਂ ਆਪਣੀ 1960 ਦਾ ਲੈ ਜਾਂਦੇ ਪਹਿਲਾਂ ਪਰ ਜਿਨ੍ਹਾਂ ਨੂੰ ਤੁਸੀਂ ਸਪੋਰਟ ਕੀਤੀ ਉਹ 1200 ਦੇ ਰਹਿ ਗਏ ਉਹ 1200 ਦਾ ਲੈ ਗਈ ਵਿਚਾਰੀ ਜਿਹਦੇ ਉਹ 2600 ਉਹ ਉਹ ਦੇਖੋ ਉਹਦੀ ਤਕੜੀ ਵਿਚਾਲੇ ਛੁੱਟ ਗਏ ਚਲੇ ਗਏ ਇੱਕ ਇੱਕ ਥੋੜੀ ਆ 1200 ਵੋਟਰ ਦੀ ਪਾਰਟੀ ਨੂੰ ਗੱਲ ਸੁਣੋ ਅਸੀਂ ਕਦੋਂ ਕਹਿੰਦੇ ਆ ਪ੍ਰਾਪਤੀ ਆ ਉਹ ਤਾਂ ਇੱਕ ਗਰੀਬ ਔਰਤ ਵਿਧਵਾ ਔਰਤ ਮਨ ਲਾ ਉਹਦੇ ਪਰਿਵਾਰ ਘਰ ਵਾਲੇ ਦੀ ਐਡੀ ਵੱਡੀ ਕੁਰਬਾਨੀ ਹੋਵੇ ਤੁਸੀਂ ਉਹਨੂੰ ਚੋਣ ਨਿਸ਼ਾਨ ਦੇ ਦਿਓ ਤੇ ਮਤ ਤੁਸੀਂ ਦੀ ਪੀੜਾ ਦੇਖੋ ਨਾ ਉਹਦੀ ਮਾਨਸਿਕ ਪੀੜਾ ਦੇਖੋ ਕਿੰਨੀ ਹੋਏਗੀ ਵੀ ਪਾਰਟੀ ਨੇ ਚੋਣ ਨਿਸ਼ਾਨ ਦੇ ਤਾਂ ਵਿਚਾਰੀ ਨੂੰ ਵਿੱਚੇ ਛੱਡ ਕੇ ਭੱਜ ਗਏ ਫਿਰ ਜਿਹਦੀ ਸਪੋਰਟ ਕੀਤੀ ਇਹਨਾਂ ਨੇ ਉਹ ਕਹਿੰਦੇ ਇਸ ਦਾ ਸਪੋਰਟਰਾਂ ਤੋਂ ਮੰਗੀ ਨਹੀਂ ਵੀ ਐਸਪੀ ਵਾਲੇ ਕਹਿੰਦੇ ਤੇ ਜਦੋਂ ਰਿਜ਼ਲਟ ਨਿਕਲਿਆ ਉਹ ਕਹਿੰਦੇ ਵੀ ਅਸੀਂ ਸਾਡੀਆਂ ਵੀ ਨੁਕਸਾਨ ਕਰਤਾ ਇਹਨਾਂ ਦੀ ਸਪੋਰਟ ਨੇ ਅਕਾਲੀ ਜਾਂਦਾ ਹਾਲ ਦੇਖੋ ਕੀ ਹੋ ਗਿਆ ਵੀ ਲੋਕ ਲੱਗ ਗਏ ਮਤ ਬੀਐਸਪੀ ਵਾਲੇ ਕਹਿੰਦੇ ਵੀ ਸਾਡੀ ਇਹਨਾਂ ਨੇ ਜੇ ਸਾਡੀ ਸਪੋਰਟ ਨਾ ਕਰਦੇ ਸਾਡਾ ਇਹ ਬੜਾ ਹਾਲ ਨਾ ਹੁੰਦਾ ਤੇ ਮੇਰਾ ਮਤਲਬ ਵੀ ਜੇ ਉਹ ਬੀਬੀ ਨੂੰ ਵਿਚਾਰੀ ਨੂੰ ਉਹ ਤਾਂ ਹੁਣ ਅਡਵਟੇ ਛੱਡ ਕੇ ਕਿਸੇ ਨੂੰ ਅੱਜ ਇੱਕਲ ਹੋਰ ਦੱਸਦਾ ਜਿੰਨੀਆਂ ਪਾਰਟੀਆਂ ਨੇ ਭਾਵੇਂ ਭਾਜੀਪੀ ਆ ਭਾਵੇਂ ਕਾਂਗਰਸ ਆ ਭਾਵੇਂ ਭੀਐਸਪੀ ਆ ਆਪ ਤੋਂ ਬਿਨਾ ਸਾਰੀਆਂ ਪਾਰਟੀਆਂ ਦੀ ਪਾਰਲੀਮੈਂਟ ਦੇ ਵਿੱਚ ਜਿੰਨੀਆਂ ਵੋਟਾਂ ਪਈਆਂ ਸੀ ਉਹ ਜਿਹੜੀਆਂ ਘਟੀਆਂ ਨੇ ਮਤਲਬ ਬੀਬੀ ਨੂੰ ਦੀਆਂ ਤਾਂ 50% ਘਟੀਆਂ ਨੇ ਬਾਕੀ ਦੀਆਂ ਤਾਂ ਕਿਸੇ ਦੀਆਂ 70% ਘਟੀਆਂ ਕਿਸੇ ਦੀਆਂ 60% ਘਟੀਆਂ ਕਿਸੇ ਦੀਆਂ 65% ਘਟੀਆਂ ਕਿਹੇ ਦੀ 80% ਵੀ ਘਟ ਗਈਆਂ ਤੇ ਇਹ ਬੀਬੀਆਂ ਨੇ ਤਾਂ 50% ਹੀ ਘਟੀਆਂ ਚਲੋ ਪਰ ਕੁਲ ਮਿਲਾ ਕੇ ਖਾਤੇ 'ਚ ਤਾਂ 12000 ਆਏ ਨੀ ਚਲੋ ਮੇਰਾ ਇੱਕ ਹੋਰ ਸਵਾਲ ਹੈ ਤੁਸੀਂ ਮੈਂ ਕੋਈ ਚੰਗੀ ਗੱਲ ਥੋੜੋ ਕਹਿਣਾ ਹਾਂ ਨਹੀਂ ਠੀਕ ਹੈ ਇਹ ਤਾਂ ਨਰਾਸ਼ ਵਾਲੀ ਗੱਲ ਆ ਪਰ ਹੁਣ ਗਲਤ ਹੈ ਨਾ ਵੀ ਨਹੀਂ ਪਰ ਤੁਸੀਂ ਤੁਸੀਂ ਇੱਕ ਸਵਾਲ ਇੱਕ ਸਵਾਲ ਦਾ ਜਵਾਬ ਦੇ ਦਿਓ ਕਿ 2015 'ਚ ਬੇਦਬੀ ਹੁੰਦੀ ਹੈ ਡੇਰਾ ਮੁਖੀ ਨੂੰ ਮਾਫੀ ਦਿੱਤੀ ਗਈ 2007 ਵਾਲਾ ਘਟਨਾਕ੍ਰਮ ਹੋਇਆ ਹੈ ਡੀਜੀਪੀ ਲਗਾਏ ਗਏ ਨੇ ਉਸ ਸਮੇਂ ਤੁਸੀਂ ਅਕਾਲੀ ਦਲ ਦੇ ਬਤੌਰ ਮੈਂਬਰ ਪਾਰਲੀਮੈਂਟ ਇੱਕ ਤਰੀਕੇ ਨਾਲ ਮੰਡਮੈਂਡ ਰਹੇ ਸੀ ਹੁਣ ਤੁਸੀਂ ਅਕਾਲ ਤਖਤ ਸਾਹਿਬ ਦੇ ਕੋਲ ਜਾ ਕੇ ਕਹਿ ਰਹੇ ਹੋ ਕਿ ਜਿਸ ਸਜ਼ਾ ਜਿਹੜੀ ਬਣਦੀ ਹੈ ਸਾਨੂੰ ਵੀ ਦਿੱਤੀ ਜਾਵੇ ਮਤਲਬ ਤੁਹਾਨੂੰ ਜੇ ਸਜ਼ਾ ਦਿੱਤੀ ਜਾਏਗੀ ਉਹ ਉਹ ਇੱਕ ਵੱਖਰੀ ਹੋਏਗੀ ਤੁਸੀਂ ਦੂਜੇ ਪਾਸੇ ਸੁਖਬੀਰ ਬਾਦਲ ਨੂੰ ਸਜ਼ਾ ਇਸ ਤਰੀਕੇ ਨਾਲ ਦੇਣਾ ਦੀ ਉਮੀਦ ਕਰ ਰਹੇ ਹੋ ਕਿ ਉਮੀਦ ਕਰ ਰਹੇ ਹੋ ਕਿ ਉਹਨਾਂ ਦੀ ਪ੍ਰਧਾਨਗੀ ਦੀ ਕੁਰਸੀ ਲੈ ਲੇ ਨਹੀਂ ਤਾਂ ਆਪ ਛੱਡੋ ਤਿਆਰ ਅਸੀਂ ਤਾਂ ਆਪ ਛੱਡੋ ਤਿਆਰ ਅਸੀਂ ਤਾਂ ਕਹਿੰਦੇ ਆ ਵੀ ਦੇਖੋ ਜੋ ਹਾਲਾਤ ਬਣ ਕੇ ਨਾ ਜੀ ਇਹਨਾਂ ਹਾਲਾਤਾਂ ਦੇ ਵਿੱਚ ਸਹੀ ਗੱਲ ਤਾਂ ਇਹ ਆ ਵੀ ਜਿੰਨੀ ਦੇਰ ਅਸੀਂ ਨਵੀਂ ਲੀਡਰਸ਼ਿਪ ਸਾਹਮਣੇ ਨਹੀਂ ਲੈ ਕੇ ਆਵਾਂਗੇ 19 ਦੇਰ ਪਾਰਟੀ ਮੁੜ ਕੇ ਪੈਰਾ ਤੇ ਨਹੀਂ ਖੜ ਸਕਦੀ ਮੁੜ ਕੇ ਸਰਵਾਈਵ ਨਹੀਂ ਹੋ ਸਕਦੀ ਅੱਜ ਜੇ ਇਮਾਨਦਾਰੀ ਨਾਲ ਕੋਈ ਕਾਲੀ ਦਲ ਨੂੰ ਬਚਾਉਣਾ ਚਾਹੁੰਦਾ ਅੱਜ ਜੇ ਇਮਾਨਦਾਰੀ ਨਾਲ ਇਸ ਖੇਤਰੀ ਪਾਰਟੀ ਦੇ ਕੋਈ ਹੱਕ ਚ ਤਾਂ ਉਹਨੂੰ ਮਤਲਬ ਫਰਾਗ ਦੇਣਾ ਤਿਆਗ ਦਿਖਾ ਕੇ ਇੱਕ ਨਵੀਂ ਦਿਖ ਦੇਣ ਲਈ ਨਵੀਂ ਪੀੜੀ ਨੂੰ ਅੱਗੇ ਲਿਆਉਣਾ ਪਏਗਾ ਜਿਹਦੀ ਮਤਲਬ ਇੱਕ ਐਸੀ ਸ਼ਖਸੀਅਤ ਜਿਹੜੀ ਅਸੀਂ ਪਬਲਿਕਲੀ ਵੀ ਕਹਿੰਦੇ ਆ ਜਿਹੜੀ ਪੰਥਕ ਦਿਖ ਵੀ ਹੋਵੇ ਪੰਥਕ ਬੋ ਕੈਵਲਰੀ ਵੀ ਹੋਵੇ ਧਰਮ ਤੇ ਰਾਜਨੀਤੀ ਦਾ ਸਮੇਲ ਉਹਦੀ ਬੋਲੀ ਤੋਂ ਉਹਦੀ ਜਿਹਰੇ ਤੋਂ ਦੇਖਣਾ ਚਾਹੀਦਾ ਸੋ ਇਸ ਤਰ੍ਹਾਂ ਦਾ ਕੋਈ ਅੱਗੇ ਲਿਆਣ ਕੇ ਤਾਂ ਪਾਰਟੀ ਨੂੰ ਇਸ ਨਿਹਾਰ ਚੋਂ ਕੱਢ ਸਕਦਾ ਇਹ ਸਾਰੇ ਪੈਮਾਨੇ ਤੁਸੀਂ ਨਹੀਂ ਖਰੇ ਅਸੀਂ ਉਹਦੇ ਲਈ ਅਸੀਂ ਤਿਆਗ ਕਰਨ ਤਿਆਰ ਆ ਨਹੀਂ ਫਿਰ ਤੁਸੀਂ ਕਿਉਂ ਪ੍ਰਧਾਨਗੀ ਦੀ ਕੁਰਸੀ ਤੋਂ ਸਿੱਧਾ ਨਾ ਕਰ ਰਹੇ ਹੋ ਇਹ ਜਿਹੜੀਆਂ ਸਾਰੀਆਂ ਜਿਹੜੀਆਂ ਤੁਸੀਂ ਪੈਮਾਨੇ ਦੱਸੇ ਨੇ ਤੁਸੀਂ ਖੁਦ ਪੜ੍ਹੋ ਅਸੀਂ ਅਸੀਂ ਕਹਿੰਦੇ ਵੀ ਜੇ ਅਸੀਂ ਕਹਾਂਗੇ ਤਾਂ ਹੀ ਦੂਜਾ ਕਰੂ ਜੇ ਅਸੀਂ ਤਾਂ ਕਹੀਏ ਵੀ ਸਾਨੂੰ ਤਾਂ ਬਣਾ ਦਿਓ ਦੂਜਾ ਨਾ ਬਣੇ ਹੂੰ ਇਹ ਤਾਂ ਫਿਰ ਗਲਤਾਂ ਗੱਲ ਤੁਸੀਂ ਸਾਹੀ ਕਹਿੰਦੇ ਆ ਵੀ ਜੇ ਅਸੀਂ ਛੱਡਣ ਨੂੰ ਤਿਆਰ ਆ ਤਾਂ ਦੂਜਾ ਵੀ ਛੱਡੇ ਜੋ ਲੋਕ ਚਾਹੁੰਦੇ ਆ ਅਸੀਂ ਅਸੀਂ ਨਹੀਂ ਕਹਿੰਦੇ ਛੱਡੇ ਜੋ ਅਸੀਂ ਲੋਕਾਂ ਦੀ ਮੰਗਾ ਪੰਜਾਬੀਆਂ ਦੀ ਗੱਲ ਆ ਪੰਜਾਬੀਆਂ ਨੇ ਫਤਵਾ ਬਾਰ ਬਾਰ ਦੇ ਰਹੇ ਆ ਅਸੀਂ ਤਾਂ ਉਹਦੀ ਗੱਲ ਕਰ ਰਹੇ ਆ ਕਹਿੰਦੇ 90 95% ਲੀਡਰ ਸਾਡੇ ਨਾਲ ਨੇ ਕਿ ਤੁਸੀਂ ਪੰਦਾ ਸੀ ਇਕੱਠੇ ਹੋਈਆਂ ਥੋੜਾ ਬਹੁਤ ਤੁਹਾਡੇ ਨਾਲ ਇਕੱਠੇ ਹੋਗੇ ਉਹ ਵੀ ਜਾਰੀ ਤੁਸੀਂ ਆਪੇ ਦੱਸ ਦੋ ਵੀ ਇਹੀ ਤਾਂ ਸਮੱਸਿਆ ਇਹੀ ਤਾਂ ਗਲਤਫਹਿਮੀਆਂ ਪੈਦਾ ਕਰਦੀ ਆ ਉਸੇ 10 20 50 ਬੰਦਿਆਂ ਨੂੰ ਆਪਣੇ ਨੂੰ ਇਕੱਠੇ ਕਰਕੇ ਬਾਵਾਹਾਂ ਖੜੀਆਂ ਕਰਕੇ ਆਪਣੇ ਹੱਕ 'ਚ ਘਵਾਰਾ ਲਾਉ। ਉਹ ਤੁਹਾਡੇ ਲਈ ਵੀ ਇਹੀ ਗੱਲ ਕਹਿੰਦੇ ਆ। ਆਹ ਨਹੀਂ ਇਹ ਬਾਵਾਹਾਂ ਨਹੀਂ ਹੈ। ਨਹੀਂ ਨਹੀਂ ਉਹ ਤੁਹਾਡੇ ਲਈ ਵੀ ਇਹੀ ਗੱਲ ਕਹਿੰਦੇ ਨੇ ਕਿ 10 20 ਬੰਦੇ ਇਕੱਠੇ ਹੋਗੇ ਕਮਿਟਿੰਗ ਕਰ ਲਈ ਇਹਨਾਂ ਨੂੰ ਲੱਗਦਾ ਹੈ ਕਿ ਖਾਲੀ ਦਲ ਨੂੰ ਤੋੜ ਲਿਆ। ਇਹ ਅਸੀਂ ਜਿਹੜੀ ਅਸੀਂ ਕਹਿ ਰਹੇ ਆ ਅਸੀਂ ਤਾਂ ਪੰਜਾਬ ਦੇ ਲੋਕਾਂ ਦੀ ਗੱਲ ਕਰ ਰਹੇ ਆ। ਪੰਜਾਬ ਦੇ ਲੋਕਾਂ ਨੇ ਬਾਵਾਹਾਂ ਖੜੀਆਂ ਥੋੜੋ ਕੀਤੀਆਂ ਪੰਜਾਬ ਦੇ ਲੋਕਾਂ ਨੇ ਤਾਂ ਲਿਖਤੀ ਮੋਹਰਾਂ ਲਾ ਕੇ ਬਟਨ ਦਬਦਪ ਕੇ ਸਾਡੇ ਉਲਟ ਫਤਵਾ ਦਿੱਤਾ। ਪਰ ਅਸੀਂ ਅੱਖਾਂ ਵਿੱਚ ਲਈ ਵੱਖਰੀ ਗੱਲ ਆ। ਅਸੀਂ ਤਾਂ ਉਹ ਗੱਲ ਕੀਤੀ ਆ ਸੀ ਅਸੀਂ ਆਪਣੇ ਤੌਰ ਤੇ ਥੋੜੋ ਕਹਿ ਰਹੇ ਆ ਅਸੀਂ ਅੱਜ ਵੀ ਐਂ ਕਹਿ ਰਹੇ ਆ ਵੀ ਲੋਕ ਕਹਿ ਰਹੇ ਨੇ ਪਬਲਿਕ ਕਹਿ ਰਹੀ ਆ ਪੰਜਾਬ ਕੂਕੂ ਕੇ ਕਹਿ ਰਿਆ ਵੀ ਇਸ ਵੀਰ ਜੀ ਤੁਸੀਂ ਤਿਆਗ ਦਿਖਾਓ ਇਹ ਬਟ ਇਹ ਤਾਂ ਵੱਡੀ ਗੱਲ ਕੀ ਹੋ ਸਕਦੀ ਆ ਜਦੋਂ ਕਿਸੇ ਨੇ ਕਮੇਟੀ ਆਪਣੀ ਮਰਜ਼ੀ ਨਾਲ ਬਣਾਈ ਹੋਵੇ ਉਹ ਕਮੇਟੀ ਦੀ ਲੋਕ ਪੰਜਾਬ ਦੇ ਸਾਰੇ ਲੋਕਾਂ ਦੀ ਨਾਜ਼ ਪੇਸ਼ਾਨ ਕੇ ਲਿਖਤੀ ਕਿ ਸਿਫਾਰਸ਼ ਹੋਵੇ ਤੇ ਫੇਰ ਤਾਂ ਕਿਸੇ ਦਾ ਕੋਈ ਉਹਦੇ ਚ ਹੋਣੀ ਨਾ ਰਿਹਾ ਫੇਰ ਤਾਂ ਕੋਈ ਪੱਖ ਬਾਤ ਨਹੀਂ ਫੇਰ ਤਾਂ ਉਹਨਾਂ ਨੂੰ ਪ੍ਰਵਾਨ ਕਰ ਲੈਣਾ ਚਾਹੀਦਾ ਸੀ ਤੇ ਨਹੀਂ ਕੀਤਾ ਤੇ ਫੇਰ ਰਿਜ਼ਲਟ ਮੜਾ ਆ ਜੇ ਤਾਂ ਰਿਜ਼ਲਟ ਚੰਗਾ ਆ ਜਾਂਦਾ ਤਾਂ ਵੀ ਉਹਦੀ ਵੇਟ ਕਰ ਲੈਂਦੇ ਅਜੇ ਸਗਰੂਰ ਦੀ ਚੋਣ ਆਈ ਉਥੇ ਕੀ ਹਾਲ ਹੋਇਆ ਫੇਰ ਹੁਣ ਲੋਕ ਸਭਾ ਚ ਆਈ ਪਾਰਟੀ ਦੀ ਜਵੰਤ ਜ਼ਬਤ ਹੋ ਗਈ 10 ਉਮੀਦਵਾਰਾਂ ਤੇ ਹੋਈ ਹੋਈ ਪਾਰਟੀ ਦੀ ਜਵੰਤ ਜ਼ਬਤ ਹੋ ਗਈ ਤੁਹਾਨੂੰ ਪਤਾ ਪਾਰਟੀ ਦੀ ਜਵੰਤ ਹਾਂ ਫੇਰ ਪਾਰਟੀ ਦੀ ਜਵੰਤ ਵੀ ਜ਼ਬਤ ਹੋ ਗਈ ਮਤਲਬ ਫੇਰ ਵੀ ਅੱਖਾਂ ਨਾ ਖੋਲਣ ਆ ਹੁਣ ਜਲੰਧਰ ਦੀ ਚੋਣ ਨੇ ਤਾਂ ਸਹੀ ਲਾਦੀ ਗੱਲ ਤੇ ਫੇਰ ਵੀ ਨਾ ਅੱਖਾਂ ਖੋਲਣ ਫੇਰ ਹੁਣ ਤਾਂ अच्छा ਤੁਸੀਂ ਤੁਸੀਂ ਸਿਆਸਤ ਦੇ ਵਿੱਚ ਸਰਗਰਮ ਰਹਿਣਾ ਚਾਹੁੰਦੇ ਹੋ ਇਲੈਕਟੋਰਲ ਪੋਲਿਟਿਕਸ ਦੇ ਵਿੱਚ ਜਾਂ ਤੁਸੀਂ ਪਰਦੇ ਦੇ ਪਿੱਛੇ ਕੰਮ ਕਰਨਾ ਇਹੋ ਗੱਲ ਇਹ ਆ ਚੋਣਾ ਲੜਨਾ ਸਿਆਸਤ ਨਹੀਂ ਹੁੰਦੀ ਕੇਵਲ ਚੋਣਾ ਲੜ ਕੇ ਸਿਆਸਤ ਨਹੀਂ ਹੁੰਦੀ ਜਿਨ੍ਹਾਂ ਚੋਣਾ ਤੋਂ ਵੀ ਤੁਸੀਂ ਰਾਜ ਜਿਹੜੇ ਰਾਜਨੀਤੀ ਨੂੰ ਇੱਕ ਧੰਦਾ ਬਣਾਉਂਦੇ ਆ ਵਪਾਰ ਬਣਾਉਂਦੇ ਆ ਉਹਨਾਂ ਲਈ ਹੋ ਸਕਦਾ ਚੋਣਾ ਹੀ ਇੱਕ ਰਾਜਨੀਤੀ ਹੋਵੇ ਸਾਡੇ ਲਈ ਚੋਣਾ ਕੋਈ ਰਾਜਨੀਤੀ ਨਹੀਂ ਹੈ ਸੇਵਾ ਲੋਕਾਂ ਦੇ ਕੰਮਾਂ ਦੁੱਖ ਸੁੱਖ ਵਿੱਚ ਸ਼ਾਮਲ ਹੋਣਾ ਮੇਰਾ ਖਿਆਲ ਆ ਜਿਨ੍ਹਾਂ ਸਾਡਾ ਪਰਿਵਾਰ ਮਨ ਲੋਕਾਂ ਦੇ ਦੁੱਖ ਸੁੱਖ ਵਿੱਚ ਹਰ ਸਮੇਂ ਹਾਜ਼ਰ ਹੁੰਦਾ ਸ਼ਾਇਦ ਬਹੁਤ ਘੱਟ ਪਰਿਵਾਰ ਹੋਣਗੇ ਸੋ ਸਾਡੀ ਸੋਚ ਇਹ ਆ ਮੈਂ ਤੁਹਾਨੂੰ ਪਹਿਲਾਂ ਦੱਸ ਤੀ ਜੇ ਸਾਡੀ ਇਹ ਸੋਚ ਹੁੰਦੀ ਤਾਂ ਗਿਆਨੀ ਜੈਲ ਸਿੰਘ ਤਾਂ ਫਿਰ ਸਾਡੇ ਕੋਲ ਬਹੁਤੀਆਂ ਉਫਰਾਂ ਕਰਦੇ ਸੀ ਤੇ ਹੋਰ ਵੀ ਬਥੇਰੇ ਮੌਕੇ ਆਏ ਸਾਡੇ ਤੁਸੀਂ ਤੁਸੀਂ ਚੋਣ ਲੜੋਗੇ ਸਿੱਧਾ ਇਹ ਤਾਂ ਜਦੋਂ ਚੋਣਾ ਆਉਣ ਗਿਆ ਉਦੋਂ ਪਤਾ ਲੱਗੂਗਾ ਹੁਣ ਅਜ ਨਾਲ ਕੋਈ ਚੋਣਾ ਦਾ ਨਹੀਂ ਸੁਨੀਲ ਜਾਖੜ ਕਹਿੰਦੇ ਆ ਕਿ ਮੈਂ ਇਲੈਕਟੋਰਲ ਪੋਲਿਟਿਕਸ ਦੇ ਪਾਸੇ ਇਹ ਤਾਂ ਮੈਂ ਸਾਫ਼ ਕਹਿੰਦਾ ਮੈਂ ਕੋਈ ਚੋਣ ਨਹੀਂ ਲੜਾਂਗਾ ਇਹ ਤਾਂ ਮੈਂ ਵੀ ਕਹਤਾ ਮੈਂ ਤਾਂ ਕਹਤਾ ਵੀ ਜੇ ਜਿਹੜੀ ਮਤਲਬ ਜਿਹੜੀ ਚੋਣ ਲੜਨ ਵਾਲੀ ਗੱਲ ਆ ਨਾ ਇਹ ਕੱਲੀ ਇਹੀ ਪੋਲਿਟਿਕਸ ਨਹੀਂ ਹੈ ਉਹਦੇ ਅਰਥ ਗਲਤ ਕੱਢ ਲੈਂਦੇ ਆ ਲੋਕ ਵੀ ਸ਼ਾਇਦ ਚੋਣਾਂ ਨਹੀਂ ਲੜਦੀਆਂ ਹੁਣ ਕਹਿੰਦੀ ਰਾਜਨੀਤੀ ਤੋਂ ਵੱਖ ਹੋ ਗਏ ਮੈਨੂੰ ਬਹੁਤ ਦੇ ਟੈਲੀਫੋਨ ਆਏ ਜਿੱਦੇ ਤੁਸੀਂ ਕੋਈ ਛੱਡ ਰਹੇ ਹੋ ਜੀ ਰਾਜਨੀਤੀ ਤੋਂ ਮੈਂ ਤਾਂ ਮੈਂ ਕਦੋਂ ਰਾਜਨੀਤੀ ਛੱਡ ਰਿਹਾ ਕਹਿੰਦੇ ਇਹ ਆ ਗਿਆ ਵੀ ਤੁਸੀਂ ਚੋਣ ਨਹੀਂ ਲੜਨੀ ਨਹੀਂ ਲੋਕਾਂ ਲੋਕਾਂ ਦੇ ਨਾ ਮਨ ਜਿਹੜੇ ਆ ਲੋਕਾਂ ਦੀ ਮਾਨਸਿਕਤਾ ਜਿਹੜੀ ਇਸ ਤਰ੍ਹਾਂ ਜੁੜ ਗਈ ਵੀ ਖਣੇ ਚੋਣਾਂ ਲੜਨਾ ਹੀ ਰਾਜਨੀਤੀ ਆ ਤੋ ਇਸ ਕਰਕੇ ਮੈਂ ਕਰ ਰਿਹਾ ਨਹੀਂ ਉਹ ਤਾਂ ਰਾਜ ਸਭਾ ਵਾਸਤੇ ਵੀ ਨਾਮੀਨੇਸ਼ਨ ਹੋਈ ਹੈ ਨਹੀਂ ਕਿਸੇ ਮਤਲਬ ਮੇਰਾ ਮਤਲਬ ਇਹ ਕਿਸੇ ਤਰ੍ਹਾਂ ਦੀ ਕੋਈ ਗੱਲ ਵੱਖਰੀ ਆ ਪਰ ਜਿਹੜੀ ਚੋਣਾ ਲੜਨਾ ਹੀ ਰਾਜਨੀਤੀ ਨਹੀਂ ਮੈਂ ਇਹ ਗੱਲ ਸਪਸ਼ਟ ਕਰਨੀ ਚਾਹੁੰਦਾ ਕਿਉਂਕਿ ਸੋਸ਼ਲ ਮੀਡੀਆ ਤੇ ਬੜੀ ਗੱਲ ਉਡਾਤੀ ਸੀ ਇਹ ਕਸੂਰ ਨਹੀਂ ਹੈ ਉਡਾਉਣਾ ਦਾ ਇਹ ਲੋਕਾਂ ਦੀ ਕਮਾਨਸਿਕਤਾ ਲੜੋ ਨਾ ਲੜੋ ਹਾਂ ਸਰ ਘਰ ਉੱਤਰ ਠੀਕ ਹੈ ਚਲੋ ਮੈਂ ਆਪਣੇ ਸਹੀ ਹੋ ਗਿਆ ਦਾ ਰੋਕ ਕਰਾਂਗਾ ਪਰ ਉਸ ਤੋਂ ਪਹਿਲਾਂ ਮੈਂ ਜਥੇਦਾਰ ਸਾਹਿਬ ਵਾਲਾ ਸਵਾਲ ਦੁਬਾਰਾ ਲੈਣਾ ਚਾਹੁੰਦਾ ਚੰਦੂ ਮਾਜਰਾ ਸਾਹਿਬ ਟੈਕਨੀਕਲੀ ਲੋਕ ਤੁਹਾਨੂੰ ਸੁਣਨਾ ਚਾਹੁੰਦੇ ਨੇ ਜਾਂ ਜਾਨਣਾ ਚਾਹੁੰਦੇ ਨੇ ਕਿ 2007 ਵਾਲਾ ਮਾਮਲਾ ਬੇਦਬੀ ਦਾ ਮਾਮਲਾ ਡੇਰਾ ਮੁਖੀ ਨੇ ਦਿੱਤੀ ਮਾਫੀ ਦਾ ਮਾਮਲਾ ਕਿ ਤੁਸੀਂ ਸਿੱਧੇ ਤੌਰ ਤੇ ਸੁਖਵੀਰ ਬਾਦਲ ਨੂੰ ਜ਼ਿੰਮੇਵਾਰ ਮੰਨਦੇ ਹੋ ਦੇਖੋ ਸੁਖਵੀਰ ਬਾਦਲ ਜੀ ਦਾ ਕਿਸੇ ਨਾ ਕਿਸੇ ਉਸ ਸਾਰੀਆਂ ਘਟਨਾਵਾਂ ਕਰਮ ਦੇ ਵਿੱਚ ਕੋਈ ਹੱਥ ਹੈ ਲਾ ਲੋ ਥਾਂ ਹੈ ਕੋਈ ਜ਼ਿੰਮੇਵਾਰੀ ਆ ਜ਼ਿੰਮੇਵਾਰੀ ਬਣਦੀਓ ਬਣਦੀ ਨਹੀਂ ਉਹ ਤਾਂ ਦੇਖੋ ਕੋਈ ਸਟੇਟ ਨੂੰ ਚਲਾ ਰਿਹਾ ਹੋਵੇ ਹੋਮ ਮਿਨਿਸਟਰ ਹੋਵੇ ਇੱਕ ਟੈਕਨੀਕਲੀ ਤਾਂ ਜ਼ਿੰਮੇਵਾਰੀ ਉਸ ਦੀ ਬਣਦੀ ਉਹ ਬਣਦੀ ਹੈ ਕੋਈ ਘਟਨਾ ਛੋਟੀ ਵੱਡੀ ਜੋ ਵੀ ਹੋਵੇ ਜ਼ਿੰਮੇਵਾਰੀ ਤਾਂ ਬਾਤ ਨਹੀਂ ਸਾਦੇ ਪਰ ਇੱਕ ਹੋਡੇ ਡਾਇਰੈਕਟਲੀ ਇਨਵੋਲਵਮੈਂਟ ਵਾਲੀ ਗੱਲ ਹੁੰਦੀ ਹੈ ਕਿ ਹਾਂ ਇਹਨਾਂ ਨੇ ਕਿਹਾਗੇ ਐਫ ਆਈ ਆਰ ਵਾਪਸ ਲੈ ਲਓ ਜਿਹੜੀ ਡੇਰਾ ਮੁਖੀ ਦੇ ਖਿਲਾਫ ਹੋਈ ਹੈ ਜ਼ਿੰਮੇਵਾਰੀ ਤੋਂ ਉਹ ਬਚ ਨਹੀਂ ਸਕਦੇ ਜਿਵੇਂ ਹੁਣ ਅਸੀਂ ਆਪਣੀ ਜ਼ਿੰਮੇਵਾਰੀ ਕਬੂਲ ਲਈਆ ਵੀ ਭਾਵੇਂ ਸਾਨੂੰ ਸੱਚੀ ਗੱਲ ਹੈ ਸਾਨੂੰ ਤਾਂ ਪਤਾ ਵੀ ਨਹੀਂ ਸੀ ਵੀ ਮਾਫੀ ਦੇਤੀ ਜਾਂ ਕਰਤੀ ਉਹ ਐਮ ਪੀ ਨੂੰ ਕੀ ਪਤਾ ਹੁੰਦਾ ਇਹ ਤਾਂ ਇੱਥੇ ਸਰਕਾਰ ਚ ਕਰਕੇ ਪੜੇਗਾ ਪਰ ਜਾਣਕਾਰੀ ਇਹ ਗੱਲ ਜਥੇਦਾਰਾਂ ਨੂੰ ਘਰੇ ਸੱਦਿਆ ਗਿਆ ਨਹੀਂ ਮੈਨੂੰ ਨਹੀਂ ਪਤਾ ਮੈਂ ਤਾਂ ਬਾਅਦ ਚ ਪ ਆਹ ਹੋ ਤਾਂ ਹੁਣ ਕਲੀਅਰ ਹੋ ਗਈ ਹੁਣ ਤਾਂ ਸਾਹਮਣੇ ਹੋ ਗਈ ਹੁਣ ਤਾਂ ਇੱਥੇ ਤੱਕ ਵੀ ਹੋ ਗਿਆ ਵੀ ਜਦੋਂ ਤੁਹਾਨੂੰ ਮਾਫੀ ਬਾਰੇ ਪਤਾ ਲੱਗਿਆ ਉਸ ਤੋਂ ਬਾਅਦ ਤੁਹਾਡਾ ਰਿਐਕਸ਼ਨ ਕੀ ਸੀ ਨਹੀਂ ਉਹ ਤਾਂ ਰਿਐਕਸ਼ਨ ਤਾਂ ਉਲਟੇ ਸੀ ਕਿਉਂਕਿ ਜੇ ਮਤਲਬ ਬਾਪੂ ਸਾਹਿਬ ਬਾਦਲ ਸਾਹਿਬ ਨੂੰ ਫੋਨ ਦੇ ਮਾਫੀ ਬਾਪਸ ਲਈਆ ਤਾਂ ਤਾਂ ਹੀ ਲਈਆ ਜਦੋਂ ਮਤਲਬ ਸਾਰਿਆਂ ਨੇ ਕਿਹਾ ਵੀ ਗਲਤ ਕਰਿਆ ਇਹ ਤਾਂ ਉਹਨਾਂ ਨੂੰ ਆਪ ਦਰੁਸਤ ਕਰਨੀ ਪਈ ਤੇ ਇਹ ਗੱਲਾਂ ਤਾਂ ਫੇਰ ਬਾਅਦ ਆਗੀਆਂ ਸਾਰੀਆਂ ਬਾਹਰ ਆਗੀਆਂ ਪਰ ਉਹ ਜਦੋਂ ਤੱਕ ਹੋਈਆਂ ਉਦੋਂ ਤੱਕ ਸ਼ਾਇਦ ਬਹੁਤ ਥੋੜੇ ਲੋਕਾਂ ਨੂੰ ਪਤਾ ਸੀ ਨਹੀਂ ਤੁਸੀਂ ਮਾਫੀ ਨੂੰ ਲੈ ਕੇ ਜਾਂ 2007 ਦੇ ਘਟਨਾਕਰਮ ਨੂੰ ਲੈ ਕੇ ਵੱਡੇ ਬਦਲ ਸਾਹਿਬ ਨੂੰ ਕਲੀਨ ਚਿੱਟ ਦੇਣੇ ਦੇਖੋ ਇਹਦੇ ਵਿੱਚ ਕਿਹੜਾ ਕਿੰਨੀ ਜ਼ਿੰਮੇਵਾਰੀ ਆ ਜਿੰਨੀ ਜਿੰਨੀ ਕਿਸੇ ਦੀ ਜ਼ਿੰਮੇਵਾਰੀ ਸੀ ਉਹ ਜ਼ਿੰਮੇਵਾਰੀ ਤੋਂ ਤਾਂ ਕੋਈ ਵੀ ਬਚ ਸਕਦਾ ਪਰ ਇਹਦੇ ਵਿੱਚ ਟੋਟਲ ਸਾਰੇ ਘਟਨਾਕਰਮ ਦੇ ਵਿੱਚ ਜੋ ਕੁਝ ਵਾਪਰਿਆ ਉਹ ਬੜਾ ਦੁਖਦਾਈ ਸੀ ਔਰ ਉਹਦੇ ਚ ਕਿਤੇ ਨਾ ਕਿਤੇ ਸਾਡੀ ਸਰਕਾਰ ਜਿਹੜੀ ਆ ਉਹ ਜ਼ਿੰਮੇਵਾਰ ਤਾਂ ਹੈ ਹੀ ਹੈ ਉਹ ਤੋਂ ਭੱਜ ਨਹੀਂ ਸਕਦੀ ਔਰ ਉਹ ਉਹਨਾਂ ਨੂੰ ਕਬੂਲਣੀও ਪਵੇਗੀ ਉਹ ਤੋਂ ਭੱਜ ਨਹੀਂ ਸਕਦੇ ਕਿਉਂਕਿ ਇਹ ਜਗਜਹਰ ਹੋ ਗਈਆਂ ਗੱਲਾਂ ਨਵੀਆਂ ਆ ਗਈਆਂ ਹੁਣ ਰਣਵੀਰ ਖਟੜਾ ਜੀ ਦੇ ਕੇ ਆਏ ਆ ਉਹ ਨਵੀਆਂ ਗੱਲਾਂ ਦੱਸਿਆ ਹੁਣ ਕੋਈ ਹੋਰ ਗੱਲਾਂ ਸਾਹਮਣੇ ਆ ਰਹੀਆਂ ਕੋਈ ਕਹਿੰਦੇ ਜੀ ਹਿੰਦੀ ਦੇ ਵਿੱਚ ਇੱਠੀ ਸੀ ਮਾਫੀ ਦੀ ਫਿਰ ਪੰਜਾਬੀ ਆਪੇ ਬਣਾਤੀ 10 ਕਿਤਾਬੇ ਕਰਤੇ 20 ਗੱਲਾਂ ਸਾਹਮਣੇ ਆਈ ਜਾ ਰਹੀਆਂ ਨੇ ਸੋ ਇਹ ਗੱਲਾਂ ਜਿਹੜੀਆਂ ਨੇ ਬੜੀਆਂ ਮਤਲਬ ਇੱਕ ਕਿਸਮ ਦੀਆਂ ਪੰਥਕ ਹਲਕਿਆਂ ਚ ਤਾਂ ਆ ਵਾਲੀ ਕਿਥੋਂ ਦੀ ਹਲਚਲ ਮਚਾਉਣ ਵਾਲੀਆਂ ਨੇ ਔਰ ਜਹਦਰ ਸਿੰਘ ਅਕਾਲਤਾ ਸਾਹਿਬ ਨੂੰ ਇਹ ਸਾਰੀਆਂ ਕਲੈਰੀਫਾਈ ਕਰਕੇ ਮਤਲਬ ਤਾਂ ਪੰਥਕ ਹਿੱਤਾਂ 'ਚ ਕੋਈ ਨਾ ਕੋਈ ਫੈਸਲਾ ਮੈਂ ਸਮਝਦਾ ਹਾਂ ਲੈਣਗੇ ਤਾਂ ਕਿ ਜਿਹੜੀ ਪੰਥ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਇਹ ਇੰਟਰੈਕਟ ਰਹਿ ਜੇ ਬਾਜਪਾ ਤੁਸੀਂ ਜਦੂ ਮਾਇਰਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਤੇ ਫੋਕਸ ਕਰਦੇ ਹੋ ਉਹਨੂੰ ਪੰਥ ਦੀ ਜਥੇਬੰਦੀ ਪੰਥਕ ਜਮਾਤ ਪੰਥਕ ਅਗਵਾਈ ਕਰਨ ਵਾਲੀ ਪਰ ਜਿਵੇਂ ਅਮਰਿਤਪਾਲ ਦੀ ਜਿੱਤ ਹੋਈ ਜਾਂ ਸਰਬਜੀਤ ਸਿੰਘ ਹੋਰਾਂ ਦੀ ਜਿੱਤ ਹੋਈ ਕੀ ਤੁਸੀਂ ਸਮਝਦੇ ਹੋ ਕਿ ਉਹ ਜਿਹੜਾ ਪੰਥਕ ਖਲਾਸ ਸੀ ਉਹ ਪੂਰਾ ਕੀਤਾ ਕਿਤੇ ਨਾ ਕਿਤੇ ਸਰਬਜੀਤ ਸਿੰਘ ਜਾਂ ਅਮਰਿਤਪਾਲ ਸਿੰਘ ਦੇ ਰੂਪ ਦੇ ਵਿੱਚ ਤੇ ਕੱਲ ਨੂੰ ਸਰਬਜੀਤ ਜਾਂ ਅਮਰਿਤਪਾਲ ਹੋਰੀ ਵੀ ਇਸ ਪੰਥਕ ਲਹਿਰ ਨੂੰ ਲੀਡ ਕਰਨ ਦੇ ਕਾਬਿਲ ਹੈਗੇ ਆ ਤੁਹਾਡੀ ਨਜ਼ਰ ਦੇ ਵਿੱਚ ਦੇਖੋ ਇਹ ਤਾਂ ਮਤਲਬ ਮੇਰੇ ਕੋਲ ਕੋਈ ਮਾਪਦੰਡ ਤਾਂ ਹੈ ਨਹੀਂ ਪਰ ਇੱਕ ਗੱਲ ਕਲੀਅਰ ਕਰਤੀ ਨਾ ਚਾਹਉਣਾ ਨੇ ਵੀ ਪੰਥ ਜਿਉਂਦਾ ਪੰਥ ਮਰਿਆ ਨਹੀਂ ਤੇ ਇਹ ਗੱਲ ਬੜੀ ਸਾਫ਼ ਕਰਤੀ ਜੇ ਪੰਥ ਕਿ ਤਰ੍ਹਾਂ ਮਤਲਬ ਇੱਕ ਜੁੜਦਾ ਇੱਕ ਮੁਰਤਾ ਦਿਖਾਉਣ ਤਾਂ ਬਹੁਤ ਅੱਛੇ ਨਤੀਜੇ ਕਰ ਸਕਦੇ ਨੇ ਇਹੀ ਅਸੀਂ ਆਸ ਕਰਦੇ ਹਾਂ ਇਹੀ ਅਸੀਂ ਉਮੀਦ ਕਰਦੇ ਹਾਂ ਵੀ ਐਸੇ ਹਾਲਾਤਾਂ ਵਿੱਚ ਜਹੇਦਰ ਸ੍ਰੀ ਅਕਾਲਤਾ ਸਾਹਿਬ ਜ਼ਰੂਰ ਇੱਕ ਅਹਿਮ ਭੂਮਿਕਾ ਨਿਭਾਉਣਗੇ ਔਰ ਜਿਹਦੇ ਨਾਲ ਖਿੰਡਿਆ ਹੋਇਆ ਪੰਥ ਖੇਲ ਰਿਹਾ ਹੋਇਆ ਪੰਥ ਅੱਡ-ਅੱਡ ਬੋਲੀਆਂ ਬੋਲਣ ਵਾਲਾ ਅੱਡ-ਅੱਡ ਧੜਿਆਂ ਵਿੱਚ ਵੰਡਿਆ ਪੰਥ ਇੱਕ ਪਲੇਟਫਾਰਮ ਤੇ ਇਕੱਠਾ ਹੋਵੇ। ਤੋਂ ਇਹੀ ਪੰਜਾਬ ਦੇ ਲੋਕਾਂ ਨੂੰ ਆਸ ਆਹੀ ਉਮੀਦ ਆ। ਤੁਸੀਂ ਪਰਸਨਲੀ ਅਪਰੋਚ ਕਰ ਰਹੇ ਹੋ? ਕੋਈ ਵੀ ਐਸੀਆਂ ਧਿਰਾਂ ਐਸੀਆਂ ਪਾਰਟੀਆਂ ਕੋਈ ਇੰਡੀਵਿਜੂਅਲ ਤੌਰ ਤੇ ਕਿਸੇ ਨੂੰ? ਨਹੀਂ ਅਸੀਂ ਦੇਖੋ ਬਹੁਤ ਸਾਰੇ ਪੰਥਦਾਰ ਦੀ ਪੰਥ ਹਤਾਈਆਂ ਨੂੰ ਮਹਾਪੁਰਖਾਂ ਨੂੰ ਵਿਦਵਾਨਾਂ ਨੂੰ ਉਹਨਾਂ ਨੂੰ ਜ਼ਰੂਰ ਸੰਪਰਕ ਕਰ ਰਹੇ ਹਾਂ। ਅਸੀਂ ਸੈਮੀਨਾਰ ਵੀ ਰੱਖ ਰਹੇ ਹਾਂ ਜਿਹਦੇ ਤੇ ਇਹ ਗੱਲਾਂ ਡਿਸਕਸ਼ਨ ਆਪ ਵਿਚਾਰ ਵਟਾਂਦਰਾਵਾਂ ਵਿੱਚੋਂ ਕੁ ਗੱਲਾਂ ਸਾਹਮਣੇ ਆਉਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜੇ ਪੁਰਾਣੇ ਸਾਡੇ ਆਗੂ ਸਹਿਬਾਨ ਨੇ ਜਿਨ੍ਹਾਂ ਕਰਕੇ ਅਕਾਲੀ ਦਲ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਰਾਜ ਭਾਗ ਹਣਾਉਂਦਾ ਰਿਹਾ ਉਹਨਾਂ ਜਿਨ੍ਹਾਂ ਨੇ ਸਮੇਂ-ਸਮੇਂ ਤੇ ਅਗਵਾਈ ਕੀਤੀ ਜਿਵੇਂ ਮਾਸਟਰ ਤਾਰਾ ਸਿੰਘ ਜੀ ਹੋਏ ਜੈਦਰ ਤੋੜ ਸਾਹਿਬ ਹੋਏ ਲੰਗਵਾਲ ਸਾਹਿਬ ਹੋਏ ਟਕੜਾ ਸਾਹਿਬ ਹੋਏ ਸੰਤ ਕਰਤਾਰ ਸਿੰਘ ਜੀ ਖਾਲਸਾ ਜੀ ਹੋਏ ਹਾਂ ਜੀ ਮਤਲਬ ਉਹਨਾਂ ਲੋਕਾਂ ਦੀਆਂ ਤਲਵੰਡੀ ਸਾਹਿਬ ਹੋਏ ਉਹਨਾਂ ਲੋਕਾਂ ਦੀਆਂ ਵਰ੍ਹੇਗੰਢੀਆਂ ਮਨਾਇਆਂ ਜਾਣ ਚੌੜਾ ਸਾਹਿਬ ਦਾ 100ਵਾਂ ਜਨਮ ਦਿਨ ਸਾਰਿਆ ਅਸੀਂ ਉਹ ਬੜੇ ਵੱਡੇ ਪੱਧਰ ਤੇ ਪਨਾ ਰਹੇ ਆ ਤਾਂ ਕਿ ਉਹਦੇ ਚ ਸਾਡੀ ਨਵੀਂ ਜਨਰੇਸ਼ਨ ਜਿਹੜੀ ਉਹ ਸਾਡੇ ਵਿਰਾਸਤ ਨੂੰ ਸਾਡੇ ਪਿਛੋਕੜ ਨੂੰ ਜਾਣ ਸਕੇ ਤੇ ਇਹਨਾਂ ਸਮਾਗਮਾਂ ਤੇ ਅਸੀਂ ਨਾ ਜਿਹੜੇ ਕੋਈ ਪੰਥਕ ਪਰਿਵਾਰ ਨੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਨੇ ਪਰਿਵਾਰਾਂ ਨੇ ਤਸ਼ੱਦਦ ਸਹੇ ਨੇ ਮੂਰਤੀਆਂ ਚ ਜੇਹੜਾ ਚ ਗਏ ਨੇ ਉਹਨਾਂ ਪਰਿਵਾਰਾਂ ਨੂੰ ਉੱਥੇ ਸਨਮਾਨਤ ਵੀ ਕਰੀਏ ਤਾਂ ਕਿ ਉਹਨਾਂ ਨੂੰ ਅਹਿਸਾਸ ਹੋਵੇ ਵੀ ਸਾਨੂੰ ਕਿਸੇ ਨੇ ਯਾਦ ਰੱਖਿਆ ਸੋ ਅਸੀਂ ਇਸ ਕਿਸਮ ਦੀ ਲਹਿਰ ਚਲਾ ਰਹੇ ਹਾਂ ਤਾਂ ਕਿ ਇਹ ਜਿਹੜੀ ਪਾਰਟੀ ਆ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ થી ਮੋੜ ਸਰਜੀਤ ਕਰ ਸਕੀਏ ਠੀਕ ਹੈ ਚਲੋ ਅਸੀਂ ਕੁਝ ਸਵਾਲ ਲੈ ਲਈ ਸਾਡੇ ਜਿਹੜੇ ਸਹਿਯੋਗੀ ਇੱਥੇ ਹੈਗੇ ਨੇ ਚੰਦੂ ਮਾਇਰਾ ਸਾਹਿਬ ਮੇਰੇ ਦੋ ਸਵਾਲ ਆ ਪਹਿਲਾ ਸਵਾਲ ਇਹ ਹੈ ਕਿ ਤੁਸੀਂ ਕਹਾਂ ਕਿ ਉਦੋਂ ਜਿਹੜੀ ਆ ਮਾਫੀ ਹੋਈ ਡੀਜੀਪੀ ਲਾਇਆ ਸੈਣੀ ਸਾਹਿਬ ਨੂੰ ਜਾਂ ਜਿਹੜਾ ਵੀ ਗੋਲੀ ਕਾਂਡ ਹੋਇਆ ਵਗੈਰਾ ਵਗੈਰਾ ਉਸ ਨਾਲ ਜੁੜੀਆਂ ਜੋ ਵੀ ਚੀਜ਼ਾਂ ਹੋਈਆਂ ਉਹਨਾਂ ਨੂੰ ਲੈ ਕੇ ਤੁਸੀਂ ਹੁਣ ਮਾਫੀ ਮੰਗ ਲਈ ਜਾ ਕੇ ਤੇ ਸਜ਼ਾ ਕਬੂਲ ਕਰਨ ਲਈ ਤਿਆਰ ਹਾਂ ਜੇ ਸਾਰਾ ਘਟਨਾਕ੍ਰਮ ਦੇਖੀਏ 2007 ਤੋਂ ਲੈ ਕੇ 2017 ਦੀ ਇਹ ਟੈਨਿਓਰ ਵਿੱਚ ਹੋਇਆ ਜਦੋਂ ਤੁਹਾਡੀ ਗਵਰਨਮੈਂਟ ਸੀ ਤੁਹਾਨੂੰ ਆਪ ਨੂੰ ਹੀ ਮਾਫੀ ਮੰਗਣ ਤੇ ਤੇ ਸਜ਼ਾਵਾਂ ਲੈਣ ਲਈ ਇਹ ਗੱਲ ਤੱਕ ਸਾਹਮ ਚਾਹਤ ਤੇ ਤੁਹਾਨੂੰ ਆਪ ਨੂੰ ਹੀ 7 ਤੋਂ 10 ਸਾਲ ਲੱਗ ਗਏ ਉਦੋਂ ਤੁਹਾਨੂੰ ਕਿਉਂ ਨਹੀਂ ਯਾਦ ਆਇਆ ਵੀ ਤੁਸੀਂ ਉਦੋਂ ਮਾਫੀ ਮੰਗ ਲੈਂਦੇ ਦੇਖੋ ਗੱਲ ਤੁਸੀਂ ਬੜੀ ਵਧੀਆ ਕਰੀ ਆ ਪਰ ਇਹ ਗੱਲ ਹੋਰ ਵੀ ਕਹਿੰਦੇ ਆ ਪਰ ਨਾਲ ਨਾਲ ਇਹ ਵੀ ਹੁੰਦਾ ਤੁਸੀਂ ਸ਼ੁਰੂਆਤ ਹੀ ਕੀਤੀ ਸੀ ਵੀ ਪਾਰਟੀ ਦੇ ਵਿੱਚ ਇੱਕ ਅਲੱਗ ਤੌਰ ਤੇ ਮਤਲਬ ਗੱਲ ਕਰਨੀ ਕਭੀ ਔਖੀ ਲੱਗਦੀ ਆ ਬਾਹਰ ਜਾਣ ਦੀ ਗੱਲ ਤੇ ਅਸੀਂ ਇਸ ਗੱਲ ਨੂੰ ਅਹਿਸਾਸ ਕਰਦੇ ਸੀ ਵੀ ਜੇ ਵਿੱਚ ਰਹਿ ਕੇ ਸਰ ਜੇ ਜੇ ਵਿੱਚ ਰਹਿ ਕੇ ਹੀ ਮੈਂ ਤੁਸੀਂ ਦੇਖਿਆ ਹੋਣਾ ਕਈ ਵਾਰੀ ਸੁਖਵੀਰ ਜੀ ਗਏ ਤੇ ਮੇਰੇ ਖਿਆਲ ਦੋ ਵਾਰੀ ਜਾਏ ਪਹਿਨਾ ਬਾਲ ਸਾਹ ਉਹਦੇ ਉੱਥੇ ਵੀ ਇਹ ਵੀ ਅੰਦਰੋਂ ਪ੍ਰੈਸ਼ਰ ਸੀ ਜਿਹੜਾ ਦੁਬਾਰਾ ਉੱਥੇ ਜਾ ਗਿਆ ਇਹ ਵੀ ਅੰਦਰੋਂ ਪ੍ਰੈਸ਼ਰ ਸੀ ਮਾਫੀ ਮੰਗੀ ਵੀ ਗਈ ਉਹ ਵੀ ਅੰਦਰੋਂ ਪ੍ਰੈਸ਼ਰ ਸੀ ਅਸੀਂ ਆਪਣੇ ਤੌਰ ਤੇ ਵਿੱਚ ਰਹਿ ਕੇ ਜਿਹੜਾ ਕਹਿੰਦੇ ਨੇ ਵਿੱਚ ਰਹਿ ਕੇ ਕਰਨਾ ਚਾਹੀਦਾ ਸੀ ਅਸੀਂ ਵਿੱਚ ਰਹਿ ਕੇ ਯਤਨ ਕੀਤੇ ਪਰ ਜੇ ਅਸੀਂ ਉਹ ਬਾਹਰ ਕੱਢਦੇ ਸੀ ਫਿਰ ਤਾਂ ਉਦੋਂ ਹੀ ਆ ਹੁਣਾੜਾ ਕੰਮ ਹੋ ਜਾਣਾ ਸੀ ਸਰਦਾ ਯਤਨ ਸਿੰਘ ਵੀ ਇਸ ਹੱਦ ਤੇ ਨਾ ਜਾਇਆ ਜਾਵੇ ਜੇ ਵਿੱਚ ਰਹਿ ਕੇ ਸਰਦਾ ਹੋਵੇ ਤਾਂ ਸਾਰ ਲੈਣਾ ਚਾਹੀਦਾ ਅੱਛਾ ਮੇਰਾ ਦੂਸਰਾ ਸਵਾਲ ਹੈ ਚੰਦੂ ਮਹਾਰਾਜ ਸਾਹਿਬ ਹੁਣ ਤੁਸੀਂ ਬਾਗੀ ਹੋ ਗਏ 15 20 ਜਿਹੜੇ ਬਕਾਲੀ ਦਲ ਦੇ ਬਿਗ ਸ਼ਾਟਸ ਰਹੇ ਆ ਸਾਰੇ ਤੁਸੀਂ ਵਿੱਚ ਆ ਗਏ ਤੁਸੀਂ ਓਮ ਲੁਕਾ ਸਾਹਿਬ ਓ ਵਡਾਲਾ ਸਾਹਿਬ ਉਹ ਜਗੀਰ ਕੌਰ ਜੀ ਜਾਂ ਜਿਹੜੇ ਹੋਰ ਬਾਕੀ ਫੈਮਿਲੀਜ਼ ਆ ਹੁਣ ਤੁਹਾਡਾ ਰੋਡ ਮੈਪ ਕੀ ਹੈ ਮਤਲਬ ਸਿਰਫ ਜਦੋਂ ਅਸੀਂ ਬਾਗੀ ਤੁਹਾਡੇ ਨਾਲ ਗੱਲਬਾਤ ਕਰਦੇ ਆ ਆਫ ਦਾ ਰਿਕਾਰਡ ਵੀ ਅਸੀਂ ਜਦੋਂ ਕਨਵਰਸੇਸ਼ਨ ਕਰਦੇ ਆ ਉਹਨਾਂ ਦੀ ਗੱਲਬਾਤ ਤੋਂ ਸਿਰਫ ਇਹੀ ਲੱਗਦਾ ਵੀ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਹਟਾਣਾ ਏ ਤੁਹਾਨੂੰ ਗਲਤ ਫਹਮੀ ਆ ਤੁਹਾਡਾ ਰੋਡ ਮੈਪ ਕੀ ਆ ਦਰਸ਼ਕਾਂ ਨੂੰ ਦੱਸ ਦਿਓ ਮੈਂ ਇਹ ਹੀ ਕਹਿਣਾ ਤੁਸੀਂ ਪਹਿਲਾਂ ਸੁਣ ਵੀ ਲਿਆ ਹੋਵੇ ਸ਼ਾਇਦ ਵੀ ਅਸੀਂ ਇੱਥੇ ਨਹੀਂ ਬੈਠਣਾ ਅਸੀਂ ਚਾਹੁੰਦੇ ਆਂ ਵੀ ਵਾਕਈ ਅਕਾਲੀ ਦਲ ਕਿਹੋ ਜਿਹਾ ਹੋਣਾ ਚਾਹੀਦਾ ਅਕਾਲੀ ਦਲ ਦੀ ਵਿਚਾਰਧਾਰਾ ਕਿਹੋ ਜੀ ਹੋਣੀ ਚਾਹੀਦੀ ਆ ਅਕਾਲੀ ਦਲ ਦੀ ਲੀਡਰਸ਼ਿਪ ਕਿਹੋ ਜੀ ਹੋਣੀ ਚਾਹੀਦੀ ਆ ਇਹਦਾ ਸੰਕੇਤਕ ਤੌਰ ਤੇ ਮੈਂ ਜ਼ਿਕਰ ਵੀ ਕੀਤਾ ਤੇ ਉਹ ਲੋਕਾਂ ਵਿੱਚ ਲਿਆਉਣ ਲਈ ਅਸੀਂ ਵਿਦਵਾਨਾਂ ਕੋਲ ਸੰਤ ਬਾਪੁਰਖਾਂ ਕੋਲ ਪੰਥਕ ਚਿੰਤਕ ਜਿਹੜੇ ਉਹਨਾਂ ਕੋਲ ਜਾਵਾਂਗੇ ਔਰ ਨਾਲ-ਨਾਲ ਅਸੀਂ ਇੱਕ ਸੈਮੀਨਾਰ ਕਰਨ ਦਾ ਪ੍ਰੋਗਰਾਮ ਕਰਾਇਆ ਨਾਲ-ਨਾਲ ਅਸੀਂ ਜਿਹੜੇ ਪੁਰਾਣੇ ਆਗੂ ਸਹਿਬਾਨ ਆ ਉਹਨਾਂ ਦੀ ਯਾਦਗਾਰਾਂ ਬਣਾਉਣ ਦਾ ਕੀਤਾ ਜਦੋਂ ਅਸੀਂ ਉੱਥੋਂ ਪੁਰਾਣਾ ਇਤਿਹਾਸ ਦੱਸਾਂਗੇ ਪੁਰਾਣੀ ਵਿਰਾਸਤ ਦੱਸਾਂਗੇ ਕਿਵੇਂ ਮੋਰਚੇ ਲੱਗੇ ਕਿਵੇਂ ਮਾਰਾਂ ਖਾਧੀਆਂ ਕਿਵੇਂ ਜੇਲਾਂ ਕੱਟੀਆਂ ਤਾਂ ਜਿਹੜੇ ਹੁਣ ਐਵੇਂ ਬਣੇ ਹੋਏ ਨੇ ਮਤਲਬ ਬਿਨਾਂ ਕਿਸੇ ਗੱਲ ਤੋਂ ਹੀ ਲੀਡਰ ਬਣੇ ਫਿਰਦੇ ਨੇ ਉਹਨਾਂ ਨੂੰ ਸ਼ਰਮ ਵੀ ਆਉਗੀ ਉਹਨਾਂ ਦਾ ਨਾਮ ਲਾ ਵੀ ਲਓ ਮਹਿਸੂਸ ਨਹੀਂ ਹੋਏ ਇਹ ਤਾਂ ਇਹ ਤੁਹਾਨੂੰ ਸਭ ਪਤਾ ਨਹੀਂ ਉਹਨਾਂ ਨੂੰ ਉਹਨਾਂ ਨੂੰ ਇਹ ਸਗਾ ਮਹਿਸੂਸ ਜ਼ਰੂਰ ਹੋਊਗਾ ਵੀ ਅਸੀਂ ਤਾਂ ਯਾਰ ਮੁਖਦੇ ਕੋਟੀ ਫਿਰਦੇ ਆ ਤੁਸੀਂ ਨਾਮ ਲੈ ਤੋ ਹੁਣ ਵੀ ਗਰੂਰ ਕਰ ਰਹੇ ਨਹੀਂ ਉਹ ਤਾਂ ਦੁਨੀਆ ਨੂੰ ਪਤਾ ਨਹੀਂ ਪਤਾ ਕਿ ਯਾਰ ਤੁਸੀਂ ਦੱਸੋਗੇ ਤਾਂ ਪਤਾ ਲੱਗੂਗਾ ਨਹੀਂ ਤੁਸੀਂ ਦੱਸ ਦੋ ਹੁਣ ਕੀ ਜੇ ਤਾਂ ਇੱਕ ਹੋਵੇ ਤਾਂ ਦੱਸ ਚਲੋ ਇੱਕ ਤਾਂ ਕਿੰਨੇ ਆ ਤੇ ਇਹਦੇ ਚ ਜਦੋਂ ਇਹ ਅਸੀਂ ਉੱਥੇ ਦੱਸਾਂਗੇ ਤਾਂ ਨਵੀਂ ਜਨਰੇਸ਼ਨ ਨੂੰ ਪਤਾ ਲੱਗੇਗਾ ਸਾਡੇ ਇਤਿਹਾਸ ਦਾ ਫਿਰ ਉਹਦੇ ਚ ਜਿਹੜੇ ਨਾ ਘਰਾਂ ਚ ਬੈਠੇ ਲੋਕ ਜਿਹੜਾ ਸੱਚੀ ਮੁੱਤੀ ਮਾਰਾਂ ਕਰਦੀਆਂ ਸੱਚੀ ਮੁੱਤੀ ਉਜਾੜੇ ਚ ਲੇ ਨੇ ਉਹਨਾਂ ਪਰਿਵਾਰਾਂ ਦਾ ਜਦ ਅਸੀਂ ਪਬਲੀਕਲੀ ਸਨਮਾਨ ਕਰਾਂਗੇ ਤੇ ਉਹਦੇ ਨਾਲ ਇੱਕ ਨਾ ਜੀ ਕੁਰਬਾਨੀ ਦਾ ਮਾਦਾ ਜਾਗਦਾ ਕੁਰਬਾਨੀ ਦਾ ਇੱਕ ਮਹਿਸੂਸ ਹੁੰਦਾ ਨਵੀਂ ਜਨਰੇਸ਼ਨ ਨੂੰ ਵੀ ਜੇ ਕੁਰਬਾਨੀ ਕਰਦੇ ਆ ਤਾਂ ਲੋਕ ਕਿਵੇਂ ਉਹਨੂੰ ਆਨਰ ਕਰਦੇ ਆ ਪਾਰਟੀਆਂ ਕਿਵੇਂ ਆਨਰ ਕਰਦੀਆਂ ਜਿਹੜੀਆਂ ਪਿੱਛੇ ਹੋਇਆ ਨਹੀਂ ਸੋ ਅਸੀਂ ਉਹ ਖਲਾਫ ਪੂਰਾ ਕਰਨਾ ਚਾਹੁੰਦੇ ਆ ਚੰਦੂ ਮਾਦਰਾ ਸਾਹਿਬ ਮੇਰਾ ਸਵਾਲ ਇਹ ਆ ਕਿ ਤੁਸੀਂ ਜਿਵੇਂ ਦੱਸਿਆ ਕਿ ਤੁਸੀਂ ਪਹਿਲਾਂ ਪਾਰਟੀ ਚ ਰਹਿ ਕੇ ਬਹੁਤ ਕੋਸ਼ਿਸ਼ ਕੀਤੀ ਕਿ ਜੋ ਘਟਨਾਵਾਂ ਉਹਨਾਂ ਨੂੰ ਲੈ ਕੇ ਤਾਂ ਉਥੋਂ ਇਹ ਨਜ਼ਰ ਆਉਂਦਾ ਕਿ ਤੁਹਾਨੂੰ ਜੋ ਪਛਤਾਵਾ ਸੀ ਉਹਦੇ ਉੱਤੇ ਸਿਆਸੀ ਹਿੱਤ ਭਰੀ ਸੀ ਮਤਲਬ ਪਛਤਾਵਾ ਤੁਹਾਨੂੰ ਦਿਲੋਂ ਸੀ ਤਾਂ ਤੁਸੀਂ ਉਸ ਵੇਲੇ ਸਾਹਮਣੇ ਲੈ ਕੇ ਆਉਣਾ ਸੀ ਪਰ ਤੁਸੀਂ ਸਿਆਸੀ ਹਿੱਤ ਜ਼ਿਆਦਾ ਦੇਖਦੇ ਰਹੇ ਔਰ ਦੂਸਰਾ ਮੇਰਾ ਸਵਾਲ ਇਹ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਪੰਥਕ ਤੇ ਸਿਆਸੀ ਸੁਮੇਲ ਹੋਣਾ ਚਾਹੀਦਾ ਲੀਡਰ ਤੁਹਾਡੀ ਨਜ਼ਰ ਚੋਂ ਕਿਹੜਾ ਲੀਡਰ ਹੈ ਜਿਹੜਾ ਅਗਵਾਈ ਕਰ ਸਕਦਾ ਹੈ ਇਸ ਟਾਈਮ ਨਹੀਂ ਮੈਂ ਤੁਹਾਨੂੰ ਪਹਿਲੀ ਗੱਲ ਦੱਸਦਾ ਵੀ ਸਿਆਸੀ ਹਿੱਤ ਤਾਂ ਹੁਣ ਵੀ ਜੇ ਹੁਣ ਵੀ ਤਾਂ ਚੁੱਪ ਕਰ ਜੇ ਸਿਆਸੀ ਹਿੱਤ ਹੈ ਸੀ ਤਾਂ ਅਸੀਂ ਵੀ ਚੁੱਪ ਕਰਕੇ ਬੈਠੇ ਰਹਿੰਦੇ ਮੈਂ ਸਾਰਾ ਮੌਜਾ ਨਾ ਬੈਠੇ ਰਹਿੰਦੇ ਸਾਡਾ ਸਾਡਾ ਦਾ ਸਤਿਕਾਰ ਸੀ ਨਹੀਂ ਸਾਨੂੰ ਤਾਂ ਬਹੁਤ ਇੱਜ਼ਤ ਸੀ ਮਾਨ ਸੀ ਸਤਿਕਾਰ ਸੀ ਸਾਨੂੰ ਤਾਂ ਕੋਈ ਇਗਨੋਰ ਨਹੀਂ ਕੀਤਾ ਪਰ ਲੋਕ ਨਹੀਂ ਚਾਹੁੰਦੇ ਲੋਕਾਂ ਦੀ ਇੱਛਾ ਸੀ ਲੋਕ ਕਹਿੰਦੇ ਸੀ ਵੀ ਤੁਸੀਂ ਬਸਲ ਸਿਰ ਨੀਵੀਆਂ ਕਰਕੇ ਸਾਰਾ ਕੁਝ ਦੇਖੀ ਜਾਂਦੇ ਹੋ ਲੋਕ ਸਾਡੇ ਵਰਗੇ ਲੋਕਾਂ ਤੇ ਜ਼ਰੂਰਤ ਪੱਕਾ ਕਰਦੇ ਸੀ ਵੀ ਇਹਨਾਂ ਨੂੰ ਜ਼ਰੂਰ ਬੋਲਣਾ ਚਾਹੀਦਾ ਤੁਸੀਂ ਸੜਕ ਤੇ ਖੜੇ ਕਿਸੇ ਨੂੰ ਪੁੱਛ ਲਓ ਸਾਡੇ ਬਾਰੇ ਕੀ ਕਹਿੰਦੇ ਸੀ ਯਾਰ ਉਹ ਵੀ ਨਹੀਂ ਬੋਲਦੇ ਯਾਰ ਉਹ ਵੀ ਨਹੀਂ ਬੋਲਦੇ ਮਨ ਲਾ ਹਰ ਬੰਦਾ ਕਹਿੰਦਾ ਸੀ ਸੋ ਬੰਦਾ ਮੈਂ ਅਸੀਂ ਆਪਣੀ ਉਸ ਜ਼ਿੰਮੇਵਾਰੀ ਦਾ ਅਹਿਸਾਸ ਕੀਤਾ ਜੋ ਲੋਕ ਚਾਹੁੰਦੇ ਸੀ ਸੋ ਹੁਣ ਅੱਗੇ ਨੂੰ ਤੁਸੀਂ ਕਹਿੰਦੇ ਵੀ ਚਿਹਰਾ ਕਿਹ ਹੈ ਜ ਮੈਂ ਹੁਣ ਵਾਹਤਾ ਹੈ ਨਹੀਂ ਵੀ ਚਿਹਰੇ ਖਤਮ ਹੋ ਗਏ ਮਤਲਬ ਕਿਸੇ ਕਿਸਮ ਦਾ ਵੀ ਜਿਹੜਾ ਬੰਦਾ ਧਰਮ ਤੇ ਰਾਜਨੀਤੀ ਨੂੰ ਲੈ ਕੇ ਤੁਰਨ ਦੀ ਯੋਗਤਾ ਰੱਖਦਾ ਹੋਵੇ ਜੀਦੀ ਵੋਕੈਬਲਰੀ ਧਾਰਮਿਕ ਹੋਵੇ ਪੰਥਕ ਹੋਵੇ ਦਿਖ ਪੰਥਕ ਹੋਵੇ ਜਿਹੜਾ ਲੋਕਾਂ ਨੂੰ ਮਤਲਬ ਇੱਕ ਵਿਸ਼ਵਾਸ ਬਣਾ ਸਕੇ ਉਹ ਬੰਦਾ ਮਤਲਬ ਆ ਜੇ ਤਾਂ ਪਾਰਟੀ ਰਿਵਾਈਵ ਹੋ ਸਕਦੀ ਮੈਂ ਥੋੜਾ ਹੋਰ ਸਪਸ਼ਟਤਾ ਨਾਲ ਪੁੱਛਦਾ ਹਾਂ ਗਿਆਨੀ ਹਰਪ੍ਰੀਤ ਸਿੰਘ ਜਿਵੇਂ ਗੌਰਵ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਨਾਮ ਤੇ ਵਿਚਾਰ ਹੋਇਆ ਦੇਖੋ ਵਿਚਾਰ ਤਾਂ ਜ ਕਿਸੇ ਨਾਂ ਤੇ ਨਹੀਂ ਹੋਇਆ ਹਰਦੀਕ ਘੜੀਦਾ ਸੀ ਜਯਦਾ ਸਾਹਿਬ ਪ੍ਰੋਫੈਸਰ ਕੇਸ ਗਿਆ ਵਾ ਉਹ ਜੇ ਅਸੀਂ ਹੁਣੀ ਤੇ ਆਪਣੇ ਬੱਚਾ ਮਤਲਬ ਚੋਣ ਸ਼ੁਰੂ ਕਰਤੀ ਫਿਰ ਉਹ ਚੰਗਾ ਨਹੀਂ ਲੱਗਣਾ ਅਜੇ ਤਾਂ ਅਸੀਂ ਜਥੇਦਾਰ ਸਾਹਿਬ ਦੇ ਕੋਲ ਜੋ ਫੈਸਲਾ ਗਿਆ ਵਾ ਅਜੇ ਤਾਂ ਉਹਨਾਂ ਦੇ ਜੋ ਫੈਸਲਾ ਕਰਨਾ ਕੁਦਰਤੀ ਤੌਰ ਤੇ ਸਾਨੂੰ ਆਸ ਵੀ ਦਾ ਵੀ ਉਹ ਫੈਸਲਾ ਸਹੀ ਕਰਨਗੇ ਤੇ ਅਸੀਂ ਕਿਉਂ ਫਿਰ ਆਪਣੇ ਤੌਰ ਤੇ ਵੱਖਰਾ ਕਰੀਏ ਉਹ ਚੰਗਾ ਨਹੀਂ ਲੱਗਦਾ ਔਰ ਵੈਸੇ ਮਤਲਬ ਤੁਸੀਂ ਮੰਨਦੇ ਹੋ ਕਿ ਜਥੇਦਾਰ ਸਾਹਿਬ ਉਸ ਪੈਰਾਮੀਟਰ ਤੇ ਜ਼ਿਆਦਾ ਫਿੱਟ ਬੈਠਦੇ ਨੇ ਗਿਆਨੀ ਹਰਪ੍ਰੀਤ ਸਿੰਘ ਦੇਖੋ ਕੁਦਰਤੀ ਤੌਰ ਤੇ ਮਤਲਬ ਗਿਆਨੀ ਹਰਪ੍ਰੀਤ ਸਿੰਘ ਜਾਂ ਕੋਈ ਵੀ ਹੋਣ ਮਲ ਕੋਈ ਐ ਥੋੜਾ ਵੀ ਬਲ ਨਹੀਂ ਕਿ ਅਗਵਾਈ ਕਰਨ ਦੇ ਯੋਗ ਅਗਵਾਈ ਤਾਂ ਕਰ ਹੀ ਸਕਦੇ ਨੇ ਜਿਹੜਾ ਬੰਦਾ ਪੰਥਕ ਵੋਕੇਬਲਰੀ ਵਾਲਾ ਹੋਵੇ ਪੰਥਕ ਦੇਖ ਵਾਲਾ ਹੋਵੇ ਅਗਵਾਈ ਤਾਂ ਕਰ ਹੀ ਸਕਦਾ ਅੱਛਾ ਜਦੋਂ ਮਾਇਆ ਸਾਹਿਬ ਇੱਕ ਮੇਰਾ ਸਵਾਲ ਹੈ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਚੰਡੀਗੜ੍ਹ ਚ ਮੀਟਿੰਗ ਕੀਤੀ ਉਸ ਮੀਟਿੰਗ ਤੋਂ ਬਾਅਦ ਅਚਾਨਕ ਕਾਲੀ ਦਲ ਦਫਤਰ ਦੀ ਸਿਕਿਉਰਿਟੀ ਵਧ ਗਈ ਕਾਫੀ ਇਹ ਚਰਚਾ ਹੋਈ ਕਿ ਸ਼ਾਇਦ ਕੋਈ ਕਬਜ਼ਾ ਕਰ ਨਾ ਸਕਦਾ ਉੱਥੇ ਲੜਾਈ ਦਾ ਮਾਹੌਲ ਪੈਦਾ ਹੋ ਸਕਦਾ ਅਸੀਂ ਇਹ ਖਬਰਾਂ ਵੀ ਚਲਾਈਆਂ ਕੀ ਤੁਹਾਡੇ ਮਨ 'ਚ ਵਾਕਈ ਇਹ ਚੀਜ਼ ਹੈਗੀ ਹੈ ਤੁਹਾਡੇ ਜਿੰਨੇ ਬੰਦੇ ਬੈਠਦੇ ਆ ਕਦੇ ਚਰਚਾ ਹੁੰਦੀ ਹੋਵੇ ਵੀ ਦਫ਼ਤਰ ਹੈ ਪਾਰਟੀ ਦਾ ਦਫ਼ਤਰ ਹੈ ਅਸੀਂ ਵੀ ਜਾ ਕੇ ਬੈਠਣਾ ਹੈ ਕਿਸੇ ਦਾ ਨਿੱਜੀ ਤੇ ਯਾਨੀ ਤੁਸੀਂ ਸੋਚਦੇ ਹੋ ਇਹ ਗੱਲ ਆ ਚਲੋ ਗੱਲ ਸੁਣੋ ਬੈਠਣਾ ਜਾਂ ਕਰਨਾ ਉਹ ਤਾਂ ਅਲੱਗ ਗੱਲ ਆ ਪਰ ਤੁਸੀਂ ਕਦੇ ਸੋਚ ਸਕਦੇ ਹੋ ਮਤਲਬ ਇਹ ਤਾਂ ਬਿਲਕੁਲ ਇਹ ਬਚਪਨੇ ਵਾਲੀ ਗੱਲ ਕੀਤੀ ਨਾ ਵੀ ਮਤਲਬ ਜਿਹੜੇ ਇਹ ਅਸੀਂ ਇੰਨੇ ਨਿਆਣੇ ਤਾਂ ਹੈ ਨਹੀਂ ਸਾਨੂੰ ਪਤਾ ਪਾਰਟੀ ਦਾ ਸਿਸਟਮ ਕੀ ਆ ਕਾਨੂੰਨ ਕੀ ਆ ਵੀ ਜਿੰਨੀ ਦੇਰ ਲੀਗਲੀ ਪ੍ਰਧਾਨ ਸਾਹਿਬ ਸੁਵੀਰ ਸਿੰਘ ਬਾਦਲ ਨੇ ਉੰਨੀ ਦੇਰ ਦਫ਼ਤਰ ਦੇ ਇੰਚਾਰਜ ਵੀ ਉਹੀ ਨੇ ਤੇ ਅਸੀਂ ਮਤਲਬ ਨਾਲੇ ਅਸੀਂ ਤਾਂ ਜੋੜਨ ਲੱਗੇ ਹੋਏ ਆ ਅਸੀਂ ਤਾਂ ਪਾਰਟੀ ਨੂੰ ਸੁਧਾਰ ਕਰਨ ਦੇ ਲੱਗੇ ਹੋਇਆ ਅਸੀਂ ਕੋਈ ਖਾਨਾ ਚੰਗੀ ਭਰਾਵਾਂ ਨੂੰ ਜੰਗ ਥੋੜੋ ਕਰਾਉਣ ਲੱਗੇ ਆ ਅਸੀਂ ਆਪਸ ਵਿੱਚ ਜੁੰਡੋ ਜੁੰਡੀ ਵਾਲੇ ਬਰਾਤੇ ਥੋੜੋ ਦੂਰ ਲੱਗੇ ਆ ਇਹ ਤਾਂ ਮੈਨੂੰ ਉਹਨਾਂ ਤੇ ਬੜੀ ਹੈਰਾਨੀ ਹੁੰਦੀ ਆ ਸਿਆਣੇ ਵੈਣੇ ਬੱਤੇ ਮਤਲਬ ਭੁੰਦਰ ਦਾ ਵਰਗੇ ਵੀ ਜਾ ਕੇ ਬੈਠ ਗਏ ਬੇ ਉਹ ਇਹ ਸੋਚਣ ਵੀ ਇੱਥੇ ਕਬਜ਼ਾ ਕਰਨ ਲੱਗੇ ਆ ਇਹ ਕੋਈ ਨਿੱਜੀ ਜ਼ਾਇਦਾਦ ਨਹੀਂ ਸੀ ਸਾਰੇ ਪਤਾ ਨਹੀਂ ਹੁੰਦਾ ਮਤਲਬ ਨਾਲੇ ਸੋਚਿਆ ਵੀ ਨਹੀਂ ਜਾ ਸਕਦਾ ਅਸੀਂ ਕਿਉਂ ਕਰਾਂਗੇ ਅਸੀਂ ਮੈਨੂੰ ਤਾਂ ਹੈਰਾਨੀ ਆ ਜਿਹੜੇ ਬੰਦੇ ਇਸ ਕਿਸਮ ਦੀ ਸੋਚ ਰੱਖਦੇ ਨੇ ਚੰਦੂ ਮਾਦਰਾ ਜੀ ਹੁਣ ਅੱਗੇ ਦੱਸੋ ਸ਼੍ਰੋਮਣੀ ਅਕਾਲੀ ਦਲ ਹੀ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਕੋਈ ਨਵਾਂ ਦੇਖੋ ਗੱਲ ਇਹ ਆ ਅਸੀਂ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਮੋੜ ਲੀਹਾਂ ਤੇ ਲਿਆ ਕੇ ਅਕਾਲੀ ਸੋਚ ਤੇ ਲਿਆ ਕੇ ਮੁੜ ਕੇ ਪੰਜਾਬ ਦੇ ਹਿੱਤਾਂ ਦੀ ਫੈਰੇਦਾਰ ਪਾਰਟੀ ਬਣਾਉਣ ਦੇ ਦੌਰ ਤੇ ਲੱਗੇ ਹੋਏ ਆ ਔਰ ਅਸੀਂ ਹਰ ਯਤਨ ਕਰਾਂਗੇ ਕਿ ਕ ਪਾਰਟੀ ਨੂੰ ਇੰਟੈਕਟ ਰੱਖਿਆ ਜਾਵੇ ਇਹ ਪਾਰਟੀ ਨੂੰ ਵੰਡਣ ਤੋਂ ਪੰਡਤਾਂ ਤੋਂ ਉੱਚਾਇਆ ਜਾਵੇ ਸਮੇਂ-ਸਮੇਂ ਦੇ ਉੱਤੇ ਹੀ ਹੋਈਆਂ ਬ੍ਰਹਮਪੁਰਾ ਸਾਹਿਬ ਚਲੇ ਗਏ ਸੀ ਵਾਪਸ ਆ ਗਏ ਸੇਖਮਾ ਸਾਹਿਬ ਇਧਰੋਂ ਢੀਂਸਾ ਸਾਹਿਬ ਉਹਨਾਂ ਨੇ ਵੱਖਰਾ ਅਕਾਲੀ ਦਲ ਬਣਾ ਲਿਆ ਬਹੁਤ ਸਾਰੇ ਅਕਾਲੀ ਦਲ ਪਿਛਲੇ ਕਈ ਦਹਾਕਿਆਂ ਦੇ ਵਿੱਚ ਬਣੇ ਹਨ ਬਹੁਤ ਸਾਰੇ ਨਾਮ ਹੈ ਜੇ ਮੈਂ ਨਾਮ ਲਵਾਂ ਸ਼੍ਰੋਮਣੀ ਅਕਾਲੀ ਦਲ ਸਹਿਯੋਗ 1920 ਯੂਨਾਈਟਿਡ ਵੀ ਨਾਮ ਬੜੇ ਮੈਂਸ਼ਨ ਕੀਤੇ ਕਿ ਇਸ ਪਰਿਵਾਰ ਚੋਂ ਨੇ ਇਸ ਪਰਿਵਾਰ ਚੋਂ ਨੇ ਲੇਖੋ ਗੱਲ ਇਹ ਆ ਬਈ ਬੰਦਾ ਦਾ ਕੋਸ਼ਿਸ਼ ਹੁੰਦੀ ਆ ਮਾਲਾ ਆਪਣੇ ਜਿਹੜੀ ਸੋਚ ਆ ਉਹਨੂੰ ਸਫਲ ਕਰਨ ਦੀ ਇਹ ਬਕਰੀ ਗੱਲ ਆ ਵੀ ਉਹ ਸਫਲ ਹੁੰਦਾ ਕਿ ਨਹੀਂ ਹੁੰਦਾ ਸਾਡੀ ਇਹ ਸੋਚ ਆ ਵੀ ਅਸੀਂ ਇਹਨੂੰ ਸਫਲ ਕਰੀਏ ਸਾਡਾ ਹਰ ਯਤਨ ਹੋਏਗਾ ਵੀ ਅਸੀਂ ਪਾਰਟੀ ਨੂੰ ਮੁੜ ਕੇ ਜਿਸ ਤਰ੍ਹਾਂ ਪੰਜਾਬ ਦੇ ਲੋਕ ਆਸ ਤਵਕਕੋ ਕਰਦੇ ਆ ਅਕਾਲੀਆਂ ਤੇ ਅਕਾਲੀ ਲੀਡਰਸ਼ਿਪ ਤੇ ਉਹਦੇ ਹਾਂ ਦਾ ਬਣਾ ਸਕੀਏ ਇਹ ਸਾਡੀ ਇਮਾਨਦਾਰੀ ਨਾਲ ਪੂਰੀ ਯਤਨ ਹੋਏਗਾ ਔਰ ਉਹਦੇ ਲਈ ਅਸੀਂ ਹਰ ਤਰ੍ਹਾਂ ਦਾ ਤਿਆਗ ਕਰਨ ਨੂੰ ਤਿਆਰ ਅੱਗੇ ਚਾਰ ਬਾਈ ਇਲੈਕਸ਼ਨ ਪੰਜਾਬ ਦੇ ਵਿੱਚ ਆਣੀਆਂ ਵਿਧਾਨ ਸਭਾ ਸੀਟਾਂ ਦੇ ਉੱਤੇ ਕੀ ਬਾਗੀ ਤੜਾ ਆਪਣੀ ਅਲੱਗ ਤੋਂ ਉਮੀਦਵਾਰ ਉਤਾਰੇਗਾ ਨਹੀਂ ਅਸੀਂ ਤਾਂ ਪਹਿਲੀ ਗੱਲ ਤਾਂ ਅਸੀਂ ਆਪਣੇ ਆਪ ਨੂੰ ਬਾਗੀ ਨਹੀਂ ਸਮਝਦੇ ਅਸੀਂ ਤਾਂ ਆਪਣੇ ਆਪ ਨੂੰ ਮਤਲਬ ਪਾਰਟੀ ਨੂੰ ਮਜ਼ਬੂਤ ਕਰਨ ਦੇ ਇੱਕ ਲਹਿਰ ਖੜੀ ਕਰਕੇ ਯਤਨ ਲੱਗੇ ਹੋਏ ਆ ਪਰ ਬਾਗੀ ਕਹਣਾ ਤੁਹਾਨੂੰ ਪਸੰਦ ਨਹੀਂ ਆ ਰਿਹਾ ਚਲੋ ਬਾਗੀ ਕਹਣਾ ਕੋਈ ਮਾੜਾ ਵੀ ਹੈ ਨਹੀਂ ਬਾਗੀ ਕੋਈ ਮਾੜਾ ਸ਼ਬਦ ਨਹੀਂ ਹੈ ਮੈਂ ਕਹਾਂਗਾ ਕਿਉਂਕਿ ਜਦੋਂ ਤੁਸੀਂ ਕਿਸੇ ਗਲਤ ਗੱਲ ਦੇ ਵਿਰੁੱਧ ਕਿਸੇ ਕਿਤਾਹੀਆਂ ਦੇ ਵਿਰੁੱਧ ਲੜਦੇ ਆ ਤਾਂ ਉਹਨੂੰ ਬਾਗੀ ਵੀ ਕਹਿ ਲੋ ਤਾਂ ਮਾੜੀ ਗੱਲ ਨਹੀਂ ਪਰ ਸਾਡਾ ਯਤਨ ਹੋਏਗਾ ਕਿ ਅਸੀਂ ਇਹਨੂੰ ਸੁਧਾਰ ਦੇ ਵੱਲ ਲੈ ਕੇ ਜਾਈਏ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਵੀ ਚੌਣਾ ਲੜ ਕੇ ਹੀ ਤੁਸੀਂ ਰਾਜਨੀਤੀ ਨਹੀਂ ਕਰ ਸਕਦੇ ਚੋਣਾਂ ਤੋਂ ਬਿਨਾਂ ਵੀ ਤੁਸੀਂ ਤੁਸੀਂ ਪੇਮਾਨਾ ਸੁਖਬੀਰ ਬਾਦਲ ਦੀ ਪਰਫਾਰਮੈਂਸ ਨੂੰ ਚੋਣਾ ਹੀ ਬਣਾਉਂਦੇ ਹੋ ਕੀ ਚੋਣਾਂ ਦੇ ਵਿੱਚ ਪਰਫਾਰਮੈਂਸ ਨਹੀਂ ਕਰਦੇ ਸੁਖਬੀਰ ਬਾਦਲ ਚੋਣਾਂ ਦੇ ਵਿੱਚ ਜੋਨਾ ਤਾਂ ਫਿਰ ਬਾਰ-ਬਾਰ ਜਦ ਦਵਾਈਆਂ ਉਹਦੇ ਚ ਨਤੀਜੇ ਚ ਨਿਕਲੇ ਕੁਦਰਤੀ ਤੌਰ ਤੇ ਮੈਂ ਇਸੀ ਕਰਕੇ ਪੁੱਛ ਰਿਹਾ ਕਿ ਕੀ ਤੁਸੀਂ ਤੁਸੀਂ ਬਾਈ ਇਲੈਕਸ਼ਨ ਦੇ ਉੱਤੇ ਇਹ ਬਾਈ ਇਲੈਕਸ਼ਨ ਦਾ ਬਾਈ ਇਲੈਕਸ਼ਨ ਤਾਂ ਅਜੇ ਮੁੱਢਲੀ ਸਟੇਜ ਆ ਬਾਈ ਇਲੈਕਸ਼ਨ ਪਹਿਲੀ ਗੱਲ ਤਾਂ ਜੇ ਐਲਾਨ ਹੀ ਨਹੀਂ ਹੋਈ ਤੇ ਦੂਜੀ ਗੱਲ ਹੈ ਜਦੋਂ ਹੋਏਗੀ ਉਦੋਂ ਦੇਖਾਂਗੇ ਤੇ ਉਦੋਂ ਤੱਕ ਤਾਂ ਅਜੇ ਕੀ ਕੁਝ ਹੋਣਾ ਤੁਸੀਂ ਤਕੜੀ ਸਿੰਬਲ ਦੇ ਲਈ ਅੱਗੇ ਵਧੋ ਨਹੀਂ ਅਜੇ ਤਾਂ ਦੇਖੋ ਅਜੇ ਤਾਂ ਮੈਂ ਅੱਜ ਦੀ ਜਿਹੜੀ ਸਟੇਜ ਆ ਅੱਜ ਦੀ ਸਟੇਜ ਤਾਂ ਸਾਡੀ ਇਸੇ ਸਿਸਟਮ ਨੂੰ ਸੁਧਾਰਨ ਦੀ ਕਿਉਂਕਿ ਤੁਸੀਂ ਕਹਿੰਦੇ ਹੋ ਕਿ ਅਸੀਂ ਅਕਾਲੀ ਦਲ ਹੈ ਤੁਹਾਡੇ ਜਿੰਨੇ ਤੁਹਾਡੇ ਬਿਆਨ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਤੁਸੀਂ ਉਹਦੇ ਚ ਇੱਕ ਇੱਕ ਟਕਸਾਲੀ ਪਰਿਵਾਰ ਨੂੰ ਮੈਂਸ਼ਨ ਕੀਤਾ ਉਹਨਾਂ ਦਾ ਨਾਮ ਲਿਖਿਆ ਯਾਨੀ ਤੁਸੀਂ ਕਿਤੇ ਨਾ ਕਿਤੇ ਇਹ ਤੇ ਸਾਬਿਤ ਕਰਨ ਦੀ ਕੋਸ਼ਿਸ਼ ਕਰ ਹੀ ਰਹੇ ਹੋ ਨਾ ਕਿ ਸਾਡੇ ਨਾਲ ਪੁਰਾਣੇ ਟਕਸਾਲੀ ਪਰਿਵਾਰ ਨੇ ਤੇ ਜੇ ਅਕਾਲੀ ਦਲ ਦੇ ਸਾਰੇ ਟਕਸਾਲੀ ਪਰਿਵਾਰ ਤੁਹਾਡੇ ਨਾਲ ਨੇ ਪੁਰਾਣੇ ਤਾਂ ਫਿਰ ਸਿੰਬਲ ਵੀ ਕਹਿੰਦੇ ਉੱਡਾਂ ਹੀ ਪਰਿਵਾਰਾਂ ਵੱਲ ਜਾਣਾ ਚਾਹੀਦਾ ਕਿਉਂਕਿ ਮਹਾਰਾਸ਼ਟਰਾ ਦੇ ਵਿੱਚ ਜਾਂ ਹੋਰ ਸਟੇਟਾਂ ਦੇ ਵਿੱਚ ਇਹ ਚੀਜ਼ਾਂ ਹੋਈਆਂ ਨੇ ਚਲੋ ਅਸੀਂ ਜਦੋਂ ਜਦੋਂ ਅਸੀਂ ਉਸ ਰਾਹ ਤੇ ਤੁਰਾਂਗੇ ਉਦੋਂ ਫਿਰ ਇਹ ਤਾਂ ਉਦੋਂ ਗੱਲਾਂ ਕੰਸੀਡਰ ਹੋਣੀਆਂ ਅੱਜ ਜਿਹੜਾ ਸਾਡਾ ਰਾਹ ਅੱਜ ਸਾਡਾ ਰਾਹ ਵੀ ਜਿਹੜਾ ਇਹ ਮੌਜੂਦਾ ਸਿਸਟਮ ਆ ਇਹ ਸੁਧਾਰਨਾ ਮੌਜੂਦਾ ਸਿਸਟਮ ਦੇ ਵਿੱਚ ਜਿਹਨੀਆਂ ਖਾਮੀਆਂ ਕਮੀਆਂ ਭਾਵੇਂ ਲੀਡਰਸ਼ਿਪ 'ਚ ਨੇ ਭਾਵੇਂ ਸੋਚ 'ਚ ਨੇ ਵਿਚਾਰਧਾਰਾ 'ਚ ਨੇ ਪਰ ਉਹਨਾਂ ਨੂੰ ਸੁਧਾਰ ਕੇ ਮਤਲ ਅੱਗੇ ਵਧਣ ਦੀ ਆ ਤੇ ਜਦੋਂ ਮਤਲਬ ਬੰਦਾ ਕਹਿੰਦਾ ਵੀ ਜਦ ਸਾਰੇ ਹਿੱਲੇ ਵਸੀਲੇ ਫੇਲ ਹੋ ਜਾਣ ਫਿਰ ਕੀ ਰਾਹ ਚੁੰਡਾ ਫਿਰ ਉਦੋਂ ਫੈਸਲਾ ਹੋਊਗਾ ਨਹੀਂ ਪਰ ਦੇਖੋ ਇੱਕੇ ਵੀ ਧਾਰਨਾ ਪਿਛਲੇ ਕੁਝ ਦਿਨਾਂ ਚ ਬਣੀ ਹੈ ਕਿ ਜਲੰਧਰ ਮੀਟਿੰਗ ਤੋਂ ਬਾਅਦ ਬਾਗੀ ਧੜੇ ਦੇ ਤੇਵਰ ਨਰਮ ਪਏ ਨੇ ਇਹ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਤੇ ਚਲੇ ਗਿਆ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਤੇ ਜਦੋਂ ਗਿਆ ਤੇ ਉਹਦੇ ਚ ਨਾ ਮਤਲਬ ਕੱਲਾ ਪੰਜਾਬ ਨਹੀਂ ਦੇਸ਼ ਔਰ ਦੁਨੀਆ ਦੇ ਲੋਕ ਜਿਹੜੇ ਨੇ ਪੰਥ ਅਸਥਾਸੀ ਪੰਥ ਪ੍ਰਸਤ ਲੋਕ ਜਿਹੜੇ ਉਹ ਇਨਵੋਲਵ ਹੋ ਗਏ ਹੁਣ ਤੁਸੀਂ ਹੈਰਾਨ ਹੋਵੋਗੇ ਜਹਜਦਾਰ ਜੀ ਗਏ ਉੱਥੇ ਇੰਗਲੈਂਡ ਆ ਹੁਣ 2-4 ਦਿਨ ਪਹਿਲਾਂ ਮੈਂ ਉੱਥੋਂ ਇਨੇ ਟੈਲੀਫੋਨ ਆਏ ਕੋਈ ਕਹਿੰਦਾ ਜਹਜਦਾਰੀ ਲੱਭ ਨਹੀਂ ਰਹੇ ਤੁਹਾਨੂੰ ਪਤਾ ਕਿੱਥੇ ਨੇ ਕੋਈ ਕਹਿੰਦਾ ਕਿੱਥੇ ਗਏ ਨੇ ਮਤਲਬ ਦੁਨੀਆ ਦੇ ਵਿੱਚ ਬੈਠੇ ਪੰਥਦਾਰ ਦੀ ਪੰਥਰਤਾ ਸੀ ਹੁਣ ਸਾਰਿਆਂ ਦੀ ਇਨਵੋਲਵਮੈਂਟ ਹੋ ਗਈ ਹੁਣ ਉਹ ਮੈਂ ਇਹ ਜਹਜਦਾਰ ਸ੍ਰੀ ਅਕਾਲ ਤਖਤ ਸਾਹਿਬ ਉਹ ਪੰਥਕ ਹਤੈਸੀ ਭਾਵਨਾਵਾਂ ਦੀ ਕਦਰ ਕਰਕੇ ਉਹਨਾਂ ਨੂੰ ਪੂਰਤੀ ਕਰਨ ਲਈ ਮਤਲਬ ਕੁਦਰਤੀ ਤੌਰ ਤੇ ਉਹਨਾਂ ਦੀ ਹੁਣ ਹੋਰ ਵੀ ਜ਼ਿਆਦਾ ਮਤਲਬ ਤੁਹਾਡੀ ਕੋਈ ਉਮੀਦ ਹੋਣਾ ਪਰੇ ਕਿ ਉਹੀ ਸੁਖਵੀਰ ਬਾਦਲ ਨੂੰ ਹਟਾ ਸਕਦੇ ਆ ਹੋਰ ਕੋਈ ਨਹੀਂ ਨਹੀਂ ਗੱਲ ਤੁਸੀਂ ਅੱਗੇ ਪੰਥਕ ਵਿਚਾਰਧਾਰਾ ਵਾਲੇ ਲੋਕ ਜਦੋਂ ਸਾਰੇ ਸ਼ਾਮਲ ਹੋਗੇ ਉਦੋਂ ਕੁਦਰਤੀ ਤੌਰ ਤੇ ਫਿਰ ਜਦੋਂ ਗੇਂਦ ਉਹਨਾਂ ਦੇ ਹੱਥੇ ਚਲੀ ਗਈ ਪਹਿਲਾਂ ਮਤਲਬ ਉਹਦੇ ਤੇ ਇੰਤਜ਼ਾਰ ਕਰਨੀ ਹੈ ਨਾ ਉਹੀ ਜੋ ਫੈਸਲਾ ਕਰਨਗੇ ਸਾਨੂੰ ਪੂਰਾ ਵਿਸ਼ਵਾਸ ਆ ਕਿ ਉਹ ਮਤਲਬ ਸਹੀ ਰੂਪ ਦੇ ਵਿੱਚੋਂ ਪਾਸੇ ਤੁਰਨਗੇ ਕਿਉਂਕਿ ਜਿੰਨਾ ਸਾਨੂੰ ਫਿਕਰ ਆ ਸਾਤੋਬਦ ਜਿਹੇਦਾਰ ਸਾਹਿਬਾਨ ਨੂੰ ਵੀ ਫਿਕਰ ਆ ਕੁਦਰਤੀ ਤੌਰ ਤੇ ਹਰੇਕ ਨੂੰ ਚਿੰਤਾ ਇਸ ਗੱਲ ਦੀ ਤੇ ਉਹ ਜਦੋਂ ਸਾਰਿਆਂ ਦੀ ਚਿੰਤਾ ਹੁੰਦੀ ਆ ਤਾਂ ਕੋਈ ਨਾ ਕੋਈ ਫੈਸਲਾ ਤਾਂ ਕਰਦੇ ਆ ਨਾ ਤੇ ਉਹ ਤੋਂ ਪਹਿਲਾਂ ਅਸੀਂ ਆਪਣਾ ਵੱਖਰਾ ਅ ਮਿਲ ਕੇ ਵਜਦੀਏ ਉਹਦਾ ਚੰਗਾ ਨਹੀਂ ਨਾ ਹੈ ਚਲੋ ਸ਼ੁਕਰੀਆ ਜੰਦੂ ਮਜਰਾ ਸਾਹਿਬ ਬਹੁਤ ਬਹੁਤ ਧੰਨਵਾਦ ਅਸੀਂ ਬਹੁਤ ਸਾਰੇ ਸਵਾਲ ਇਸ ਪੂਰੀ ਚਰਚਾ ਦੇ ਵਿੱਚੋਂ ਮੈਨੂੰ ਲੱਗਦਾ ਇਹ ਵੀ ਚੀਜ਼ ਨਿਕਲ ਕੇ ਸਾਹਮਣੇ ਆਈ ਹੈ ਕਿ ਜੱਥੇਦਾਰ ਸਾਹਿਬ ਕੀ ਡਿਸੀਜਨ ਲੈਂਦੇ ਨੇ ਜਾਂ ਕੀ ਸਜ਼ਾ ਸੁਣਾਉਂਦੇ ਨੇ ਉਹਨਾਂ ਦੇ ਉੱਤੇ ਸਭ ਦੀ ਨਜ਼ਰ ਆ ਸਾਰੀਆਂ ਗਤੀਵਿਧੀਆਂ ਦੇ ਤੇ ਨਿਰਭਰ ਕਰਦੀਆਂ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਸਾਡਾ ਜੀ ਇੱਕ ਵਾਰੀ ਅਸੀਂ ਜ਼ਰੂਰ ਤਾੜੀਆਂ ਦੇ ਨਾਲ ਤੁਹਾਡਾ ਧੰਨਵਾਦ ਸਾਡੇ ਪੂਰੇ ਨਿਊਜ਼ੂਮ ਦੇ ਵਿੱਚੋਂ ਸ਼ੁਕਰੀਆ ਬਹੁਤ-ਬਹੁਤ ਕਿ ਤੁਸੀਂ ਸਾਡੇ ਨਾਲ ਜੁੜੇ ਥੈਂਕ ਯੂ ਜੀ ਤਾਂ ਅਕਾਲੀ ਦਲ ਦਾ ਵਿਵਾਦ ਚੰਡੀਗੜ੍ਹ ਜਲੰਧਰ ਵਾਲੀ ਮੀਟਿੰਗ ਤੋਂ ਹੁੰਦਾ ਹੋਇਆ ਹੁਣ ਪਹੁੰਚ ਚੁੱਕਿਆ ਹੈ ਅਕਾਲ ਤਖਤ ਸਾਹਿਬ ਦੇ ਦਰਬਾਰ ਤੱਕ ਹੁਣ ਜਥੇਦਾਰ ਸਾਹਿਬ ਦੇ ਵੱਲੋਂ ਕੀ ਕੁਝ ਕਿਹਾ ਜਾਂਦਾ ਉਸ ਦੇ ਉੱਤੇ ਨਜ਼ਰਾਂ ਟਿਕੀਆਂ ਹੋਈਆਂ ਨੇ ਪ੍ਰਿੰਮ ਸਿੰਘ ਚੰਦੂ ਮਾਜਰਾ ਜੀ ਤੋਂ ਬਹੁਤ ਸਾਰੇ ਸਵਾਲਾਂ ਦੇ ਅਸੀਂ ਜਵਾਬ ਲੈਣ ਦੀ ਕੋਸ਼ਿਸ਼ ਕੀਤੀ ਹੈ ਹੁਣ ਘੁੰਮ ਫਿਰ ਕੇ ਗੱਲ ਉਸ ਪੁਆਇੰਟ ਦੇ ਉੱਤੇ ਪਹੁੰਚ ਰਹੀ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਆਦੇਸ਼ ਕੀ ਦਿੱਤੇ ਜਾਂਦੇ ਨੇ ਕਿਤੇ ਨਾ ਕਿਤੇ ਉਹਨਾਂ ਦਾ ਫੈਸਲਾ ਅਕਾਲੀ ਦਲ ਦਾ ਅੱਗੇ ਦਾ ਭਵਿੱਖ ਜ਼ਰੂਰ ਤੈਅ ਕਰ ਸਕਦਾ ਹੈ ਨਿਊਜ਼ ਰੂਮ ਕਟੇਰਾ ਦੇ ਵਿੱਚ ਅੱਜ ਦੇ ਲਈ ਇੰਨਾ ਹੀ ਮੈਨੂੰ ਇਜਾਜ਼ਤ ਦਿਓ ਧੰਨਵਾਦ